ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਕਵਰ ਕਰਨਾ ਹੈ ਐਕਸੀਅਲ ਐਂਡ ਅਪੈਂਡੀਕੂਲਰ ਬਾਡੀ। ਠੀਕ ਹੈ, ਸੋ ਪਹਿਲਾਂ ਤਾਂ ਆਪਾਂ ਗੱਲ ਕਰ ਲਈ ਕਿਨਸੀਓਲੋਜੀ। ਕਿਨਸੀਓਲੋਜੀ ਕੀ ਆ? ਇੱਕ ਵਿਗਿਆਨ ਦੀ ਐਸੀ ਸ਼ਾਖਾ ਜਿਹਦੇ ਵਿੱਚ ਆਪਾਂ ਹਿਊਮਨ ਮੂਵਮੈਂਟ ਦੇ ਬਾਰੇ ਸਟੱਡੀ ਕਰਦੇ ਹਾਂ। ਹੁਣ ਤੁਸੀਂ ਸੋਚ ਕੇ ਦੇਖੋ ਕਿ ਜਿਹੜੀ ਮੂਵਮੈਂਟ ਆ, ਮੂਵਮੈਂਟ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਇੰਪੋਰਟੈਂਟ ਹਿੱਸਾ ਹੈ। ਠੀਕ ਹੈ, ਬਿਨਾਂ ਮੂਵਮੈਂਟ ਤੋਂ ਆਪਾਂ ਆਪਣੀ ਜ਼ਿੰਦਗੀ ਨੂੰ ਇਮੈਜਿਨ ਨਹੀਂ ਕਰ ਸਕਦੇ। ਠੀਕ ਹੈ, ਜਿੱਦਾਂ ਮੈਂ ਬੋਲ ਰਿਹਾ, ਤੁਹਾਡੇ ਨਾਲ ਇੰਟਰੈਕਟ ਕਰ ਰਿਹਾ, ਮੂਵਮੈਂਟ ਦੇ ਰਾਹੀਂ ਕਰ ਰਿਹਾ, ਹੈ ਨਾ? ਇੱਦਾਂ ਹੀ ਹੁੰਦਾ ਕਿ ਨਹੀਂ? ਅਸੀਂ ਬੋਲ ਰਹੇ ਹਾਂ, ਮੂਵਮੈਂਟ ਹੋ ਰਹੀ ਆ, ਚੱਲ ਰਹੇ ਹਾਂ, ਮੂਵਮੈਂਟ ਹੋ ਰਹੀ ਆ, ਹੈ ਨਾ? ਲਿਖ ਰਹੇ ਹਾਂ, ਮੂਵਮੈਂਟ ਹੋ ਰਹੀ ਆ, ਦੌੜ ਰਹੇ ਹਾਂ, ਮੂਵਮੈਂਟ ਹੋ ਰਹੀ ਆ। ਹਰ ਚੀਜ਼ ਦੇ ਵਿੱਚ, ਛੋਟੀ ਤੋਂ ਛੋਟੀ ਚੀਜ਼ ਦੇ ਵਿੱਚ ਮੂਵਮੈਂਟ ਇਨਵੋਲਵ ਆ। ਸੋ ਮੂਵਮੈਂਟ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਅਹਿਮ ਹਿੱਸਾ ਹੈ। ਠੀਕ ਹੈ, ਸੋ ਉਸ ਮੂਵਮੈਂਟ ਦੀ ਸਟੱਡੀ ਨੂੰ ਆਪਾਂ ਕਹਿੰਦੇ ਹਾਂ ਕਿਨਸੀਓਲੋਜੀ। ਸੋ ਮੂਵਮੈਂਟ ਦੀ ਇੱਕ ਡੈਫੀਨੇਸ਼ਨ ਹੈ, ਬੜੀ ਵਧੀਆ ਮੈਨੂੰ ਲੱਗਦੀ ਆ। ਸੋ ਮੂਵਮੈਂਟ ਕੀ ਆ? ਮੂਵਮੈਂਟ ਇੱਕ ਇਜ਼ ਅ ਮੀਨਸ। ਠੀਕ ਹੈ, ਮੂਵਮੈਂਟ ਇਜ਼ ਅ ਮੀਨਸ। ਮੀਨਸ ਦਾ ਕੀ ਮਤਲਬ ਹੁੰਦਾ? ਇੱਕ ਜ਼ਰੀਆ। ਜਿਹੜੀ ਚਾਲ ਆ ਉਹ ਕੀ ਆ? ਇੱਕ ਜ਼ਰੀਆ ਆ, ਇੱਕ ਮੀਨਸ ਆ, ਜਿਹਦੇ ਦੁਆਰਾ, ਠੀਕ ਹੈ, ਥਰੂ ਵਿਚ ਜਾਂ ਬਾਏ ਵਿਚ ਵੀ ਇੰਟਰੈਕਟ ਵਿਦ ਅਵਰ ਇਨਵਾਇਰਮੈਂਟ, ਜਿਹਦੇ ਦੁਆਰਾ ਆਪਾਂ ਆਪਣੇ ਵਾਤਾਵਰਨ ਦੇ ਨਾਲ ਕੀ ਕਰ ਪਾਉਂਦੇ ਹਾਂ? ਇੰਟਰੈਕਟ ਕਰ ਪਾਉਂਦੇ ਹਾਂ, ਮਤਲਬ ਗੱਲਬਾਤ ਕਰ ਪਾਉਂਦੇ। ਜਿੱਦਾਂ ਮੈਂ ਤੁਹਾਡੇ ਨਾਲ, ਤੁਸੀਂ ਮੇਰੇ ਲਈ ਇੱਕ ਵਾਤਾਵਰਨ ਹੋ, ਐਕਸਟਰਨਲ ਇਨਵਾਇਰਮੈਂਟ ਹੋ, ਹੈ ਨਾ? ਤੇ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ, ਕਿਹਦੇ ਰਾਹੀਂ ਕਰ ਰਿਹਾ? ਮੂਵਮੈਂਟ ਦੇ ਰਾਹੀਂ, ਹੈ ਨਾ? ਮੇਰੇ ਮਸਲਸ ਜਿਹੜੇ ਹੈਗੇ ਮੂੰਹ ਦੇ, ਉਹ ਮੂਵਮੈਂਟ ਕਰਾਉਣ ਦੇ ਵਿੱਚ ਹੈਲਪ ਕਰ ਰਹੇ, ਤਾਂ ਹੀ ਮੈਂ ਬੋਲ ਪਾ ਰਿਹਾ। ਇਹ ਮੇਰੇ ਜੈਸਚਰਸ ਆ, ਮੈਂ ਲਿਖਣਾ ਆ, ਮੇਰੇ ਮਸਲਸ, ਹੈ ਨਾ, ਕੰਮ ਕਰ ਰਹੇ, ਤਾਂ ਹੀ ਮੈਂ ਮੂਵਮੈਂਟ ਕਰ ਪਾ ਰਿਹਾ। ਸੋ ਕਿਨਸੀਓਲੋਜੀ ਬਹੁਤ ਹੀ ਮੇਰਾ ਤਾਂ ਫੇਵਰੇਟ ਸਬਜੈਕਟ ਆ, ਵਨ ਆਫ ਦਾ ਫੇਵਰੇਟ। ਕਿਨਸੀਓਲੋਜੀ ਐਂਡ ਸਪੋਰਟਸ ਟ੍ਰੇਨਿੰਗ ਐਂਡ ਐਕਸਰਸਾਈਜ਼ ਫਿਜ਼ੀਓਲੋਜੀ, ਸਪੋਰਟਸ ਸਾਈਕੋਲੋਜੀ ਵੀ ਅੱਛੀ ਲੱਗਦੀ ਹੈ। ਸਾਰੇ ਬਹੁਤ ਵਧੀਆ ਸਬਜੈਕਟ, ਸਾਰੇ ਅਪਲਾਈਡ ਸਬਜੈਕਟਸ ਨੇ। ਸੋ ਇੰਨਾ ਕਲੀਅਰ ਹੋ ਗਿਆ। ਸੋ ਮੂਵਮੈਂਟ ਕੀ ਆ? ਇਜ਼ ਅ ਮੀਨਸ ਬਾਈ ਵਿਚ ਵੀ ਇੰਟਰੈਕਟ ਵਿਦ ਅਵਰ ਇਨਵਾਇਰਮੈਂਟ। ਸੋ ਇਹ ਡੈਫੀਨੇਸ਼ਨ ਤੁਸੀਂ ਲਿਖ ਲਿਓ। ਹੁਣ ਸਾਨੂੰ ਕਿੱਦਾਂ ਪਤਾ ਲੱਗੇਗਾ ਕਿ ਮੂਵਮੈਂਟ ਹੋ ਚੁੱਕੀ ਹੈ, ਹੈ ਨਾ? ਇਹਦੀ ਮੈਂ ਵੀਡੀਓ ਵੀ ਬਣਾਈ ਹੋਈ ਆ, ਇਹਦੇ ਨਾਲ ਮੈਂ ਅਟੈਚ ਕੀਤੀ ਹੋਈ ਆ ਵੀਡੀਓ, ਤੁਸੀਂ ਜਾ ਕੇ 10-11 ਮਿੰਟ ਦੀ ਵੀਡੀਓ ਹੈ, ਬੜੀ ਅੱਛੀ ਵੀਡੀਓ ਬਣਾਈ ਆ, ਉਹ ਦੇਖ ਸਕਦੇ ਹੋ। ਠੀਕ ਹੈ, ਸੋ ਜਦੋਂ 3 P ਚੇਂਜ ਹੋ ਜਾਣ, ਕਿੰਨੇ ਪੀ? 3 P। ਪਹਿਲਾ ਪੀ ਹੈਗਾ ਸਾਡੇ ਕੋਲ P for Place। ਠੀਕ ਹੈ ਜੀ, ਲਾਈਕ ਹਲੇ ਮੇਰੀ ਪਲੇਸ ਇਹ ਆ, ਠੀਕ ਹੈ ਜੀ, ਥੋੜ੍ਹੀ ਦੇਰ ਬਾਅਦ ਮੇਰੀ ਪਲੇਸ ਇਹ ਹੋ ਗਈ, ਆਪਾਂ ਕੀ ਕਹਿ ਸਕਦੇ ਹਾਂ ਕਿ ਮੂਵਮੈਂਟ ਹੋ ਚੁੱਕੀ ਹੈ। ਜਦੋਂ ਮੇਰਾ ਪੋਸਚਰ ਚੇਂਜ ਹੋ ਜਾਏ, ਠੀਕ ਹੈ ਜੀ, ਜਦੋਂ ਮੇਰਾ ਪੋਸਚਰ ਚੇਂਜ ਹੋ ਜਾਏ, ਲਾਈਕ ਹਲੇ ਮੈਂ ਇੱਦਾਂ ਖੜਾ, ਠੀਕ ਹੈ ਜੀ, ਸਿੱਧਾ, ਥੋੜ੍ਹੀ ਦੇਰ ਬਾਅਦ ਮੈਂ ਇੱਦਾਂ ਖੜਾ ਹੋ ਗਿਆ, ਤੁਸੀਂ ਕੀ ਕਹੋਗੇ? ਕਿ ਇਹਦਾ ਪੋਸਚਰ ਚੇਂਜ ਹੋ ਗਿਆ, ਮੂਵਮੈਂਟ ਹੋ ਗਈ। ਹਲੇ ਮੈਂ ਲਾਈਕ ਇੱਦਾਂ ਖੜਾ ਆ, ਥੋੜ੍ਹੀ ਦੇਰ ਬਾਅਦ ਮੈਂ ਇੱਦਾਂ ਖੜਾ ਹੋ ਜਾ, ਤੁਸੀਂ ਕਹੋਗੇ ਕੀ ਹੋ ਗਈ? ਮੂਵਮੈਂਟ ਚੇਂਜ ਹੋ ਗਈ, ਹੈ ਨਾ, ਮੂਵਮੈਂਟ ਹੋ ਗਈ। ਦੈਨ ਤੀਸਰਾ ਜਿਹੜਾ ਪੀ ਸਾਡੇ ਕੋਲ ਹੈਗਾ ਉਹ ਹੈਗੀ ਆ ਕਿ ਪਹਿਲੀ ਕੀ ਹੋ ਗਈ? ਪਲੇਸ, ਦੂਸਰੀ ਪੋਸਚਰ, ਤੇ ਤੀਸਰੀ ਪੋਜੀਸ਼ਨ। ਸੋ ਪੋਜੀਸ਼ਨ ਦੇ ਵਿੱਚ ਕੀ ਆ? ਹਲੇ ਮੈਂ ਸਿਟਿੰਗ ਪੋਜੀਸ਼ਨ 'ਚ ਆ, ਥੋੜ੍ਹੀ ਦੇਰ ਬਾਅਦ ਮੈਂ ਸਟੈਂਡਿੰਗ ਪੋਜੀਸ਼ਨ 'ਚ ਆ ਗਿਆ। ਠੀਕ ਹੈ, ਕਲੀਅਰ ਹੈ? ਸੋ ਜਦੋਂ 3 P ਦੇ ਵਿੱਚ ਚੇਂਜ ਆ ਜਾਵੇ, ਤੇ ਆਪਾਂ ਕੀ ਸਮਝਣਾ ਕਿ ਮੂਵਮੈਂਟ ਹੋ ਗਈ ਹੈ। ਕਲੀਅਰ ਹੈ ਨਾ? ਬੋਲ ਕੇ ਦੱਸੋ, ਫਿਰ ਆਪਾਂ ਅੱਗੇ ਚੱਲੀਏ। ਸਮਝ ਆ ਰਿਹਾ ਕਿੰਨਾ ਪੜਿਆ? ਵਿਸ਼ਾਲੀ, ਸਮਝ ਆ ਰਿਹਾ ਜੀ? ਹਾਂਜੀ ਸਰ। ਓਕੇ, ਆਪਾਂ ਤਦ ਤੱਕ ਅੱਗੇ ਨਹੀਂ ਵਧਣਾ ਜਦ ਤੱਕ ਤੁਹਾਨੂੰ ਸਮਝ ਨਹੀਂ ਆਏਗਾ। ਥੋੜ੍ਹਾ ਸੈਸ਼ਨ ਲੰਬਾ ਚਲਾ ਜਾਏਗਾ 1 ਘੰਟੇ ਦਾ, ਬਟ ਬਹੁਤ ਜ਼ਿਆਦਾ ਫਰੂਟਫੁੱਲ ਹੋਏਗਾ, ਐਂਡ ਉਹ ਚੀਜ਼ਾਂ ਹੀ ਕਵਰ ਕਰਾਂਗੇ ਜਿਹੜੀਆਂ ਐਗਜ਼ਾਮ ਦੇ ਵਿੱਚ ਪੁੱਛਣ ਜਾਣ ਦੇ ਚਾਂਸਿਸ ਜ਼ਿਆਦਾ ਨੇ। ਮਤਲਬ ਜਦੋਂ ਆਪਾਂ UGC ਨੈੱਟ ਦਾ ਸ਼ੁਰੂ ਕੀਤਾ ਸੀ, ਜਿਹਨਾਂ ਨੇ ਜੁਆਇਨ ਕੀਤਾ ਸੀ ਉਹਨਾਂ ਨੂੰ ਪਤਾ ਸ਼ਿਵਾਨੀ ਏਕਤਾ, ਹੈ ਨਾ, ਕਿ ਆਪਾਂ ਬਹੁਤ ਜ਼ਿਆਦਾ ਇਨ ਡੈਪਥ ਮਤਲਬ ਗੋਤਾ ਲਗਾਇਆ ਸੀਗਾ, ਹੈ ਨਾ ਸ਼ਿਵਾਨੀ, ਹੈ ਨਾ ਏਕਤਾ? ਯੈਸ ਸਰ। ਸੋ ਉਨਾ ਗੋਤਾ ਨਹੀਂ ਲਗਾਵਾਂਗੇ, ਜਿੰਨੀ ਜ਼ਰੂਰਤ ਆ ਉਨਾ ਹੀ ਗੋਤਾ ਲਗਾਵਾਂਗੇ। ਸੋ
ਜੇ ਆਪਾਂ ਗੱਲ ਕਰੀਏ ਸਾਡੇ ਸਰੀਰ ਦੀ, ਆਪਾਂ ਕੀ ਪੜ੍ਹਨਾ ਅੱਜ? ਐਕਸੀਅਲ ਐਂਡ ਅਪੈਂਡੀਕੁਲਰ ਬੋਡੀ। ਆਪਣੇ ਸਰੀਰ ਦੀ ਗੱਲ ਕਰੀਏ ਤੇ ਆਪਾਂ ਆਪਣੇ ਸਰੀਰ ਨੂੰ ਦੋ ਭਾਗਾਂ ਦੇ ਵਿੱਚ ਵੰਡ ਉਹਦੀ ਕਰ ਸਕਦੇ ਹਾਂ, ਡਿਵਾਈਡ ਕਰ ਸਕਦੇ ਹਾਂ। ਸੋ ਪਹਿਲਾ ਪਾਰਟ ਹੈਗਾ ਐਕਸੀਅਲ ਬੋਡੀ ਪਾਰਟ, ਤੇ ਦੂਸਰਾ ਪਾਰਟ ਕਿਹੜਾ ਹੈਗਾ? ਅਪੈਂਡੀਕੁਲਰ ਬੋਡੀ ਪਾਰਟ। ਠੀਕ ਹੈ ਜੀ। ਸੋ ਇੱਥੇ ਮੈਂ ਲਿਖਿਆ ਹੋਇਆ ਉਹੀ ਏਜੰਡੇ ਦੇ ਵਿੱਚ ਕਿ ਆਪਾਂ ਸਰੀਰ ਨੂੰ ਦੋ ਪਾਰਟਸ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਠੀਕ ਹੈ ਜੀ। ਪਹਿਲਾ ਸਾਡੇ ਕੋਲ ਹੈਗਾ ਐਕਸੀਅਲ ਬੋਡੀ ਪਾਰਟ, ਤੇ ਦੂਸਰਾ ਸਾਡੇ ਕੋਲ ਹੈਗਾ ਅਪੈਂਡੀਕੁਲਰ ਬੋਡੀ ਪਾਰਟ। ਹੁਣ ਐਕਸੀਅਲ ਬੋਡੀ ਪਾਰਟ ਕੀ ਹੁੰਦਾ, ਅਪੈਂਡੀਕੁਲਰ ਬੋਡੀ ਪਾਰਟ ਕੀ ਹੁੰਦਾ, ਇਹਦੇ ਬਾਰੇ ਗੱਲ ਕਰਦੇ ਹਾਂ। ਸੋ ਇੱਥੇ ਤੁਹਾਨੂੰ ਦਿਖ ਰਹੀ ਹੈ ਪੀਪੀਟੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਐਕਸੀਅਲ ਬੋਡੀ ਬਾਰੇ। ਠੀਕ ਹੈ। ਐਕਸੀਅਲ ਬੋਡੀ ਕੀ ਹੁੰਦੀ ਹੈ? ਸੋ ਇੱਥੇ ਕੀ ਲਿਖਿਆ, ਐਕਸੀਅਲ ਬੋਡੀ ਇਜ਼ ਦਾ ਸੈਂਟਰਲ ਕੋਰ ਐਕਸਿਸ। ਸੈਂਟਰਲ ਕੋਰ ਐਕਸਿਸ, ਸੈਂਟਰਲ ਦਾ ਮਤਲਬ ਕੀ ਹੁੰਦਾ? ਜਿਹੜੀ ਚੀਜ਼ ਵਿੱਚ ਹੋਵੇ। ਕੋਰ ਦਾ ਮਤਲਬ ਕੀ ਹੁੰਦਾ? ਜਿਹੜੀ ਚੀਜ਼ ਬਹੁਤ ਜ਼ਰੂਰੀ, ਬਹੁਤ ਅਸੈਂਸ਼ੀਅਲ, ਬਹੁਤ ਜਿਹਦਾ ਮਹੱਤਵ ਹੈਗਾ, ਉਹਨੂੰ ਆਪਾਂ ਕੀ ਬੋਲਦੇ ਹਾਂ? ਕੋਰ। ਐਂਡ ਐਕਸਿਸ ਦਾ ਮਤਲਬ ਕੀ ਹੁੰਦਾ? ਜਿਹਦੇ ਇਰਦ ਗਿਰਦ ਚੀਜ਼ਾਂ ਘੁੰਮਦੀਆਂ ਨੇ। ਠੀਕ ਹੈ। ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਇੱਥੇ ਮੇਰੇ ਕੋਲ ਪਿਆ ਹੋਣਾ, ਇੱਕ ਮਿੰਟ ਰੁਕਿਓ, ਸਪੈਸ਼ਲੀ ਤੁਹਾਡੇ ਵਾਸਤੇ ਲੈ ਕੇ ਆਇਆ ਇਹ ਕਿ ਤੁਹਾਨੂੰ ਵਧੀਆ ਤਰੀਕੇ ਨਾਲ ਡੈਮੋਨਸਟ੍ਰੇਟ ਕਰ ਸਕਾਂ। ਇਹ ਤੁਸੀਂ ਦੇਖਿਆ ਹੋਏਗਾ ਹੈ ਨਾ, ਇਹਨੂੰ ਆਪਾਂ ਕੀ ਬੋਲਦੇ ਹਾਂ? ਪਿਨ ਵੀਲ ਬੋਲਦੇ ਨਾ ਇਹਨੂੰ। ਹੁਣ ਆਹ ਵੇਖੋ, ਆਹ ਜਿਹੜਾ ਪੁਆਇੰਟ ਆ, ਇਹ ਪੁਆਇੰਟ ਆਪਣੀ ਜਗ੍ਹਾ ਤੇ ਆ। ਜਦੋਂ ਆਪਾਂ ਫੂਕ ਮਾਰਾਂ, ਮੈਂ ਫੂਕ ਮਾਰਦਾ, ਇਹ ਵੀਲ ਇਹਦੇ ਇਰਦ ਗਿਰਦ ਘੁੰਮ ਰਿਹਾ, ਲੇਕਿਨ ਆਹ ਪੁਆਇੰਟ ਕੀ ਆ? ਆਪਣੀ ਜਗ੍ਹਾ ਤੇ ਹੀ ਆ। ਇਵੇਂ ਮੈਂ ਘੜੀ ਬਣਾਈ ਆ, ਦੇਖੋ ਇੱਥੇ। ਠੀਕ ਹੈ ਜੀ। ਇਹ ਘੜੀ ਦੇ ਵਿੱਚ ਆਹ ਜਿਹੜਾ ਪੁਆਇੰਟ ਹੈਗਾ, ਇਹਨੂੰ ਕੀ ਬੋਲਦੇ ਆ ਆਪਾਂ? ਐਕਸਿਸ। ਠੀਕ ਹੈ ਜੀ। ਇਹ ਪੁਆਇੰਟ ਆਪਣੀ ਜਗ੍ਹਾ ਤੇ ਹੀ ਰਹਿੰਦਾ, ਤੇ ਇਹਦੇ ਇਰਦ ਗਿਰਦ ਕੀ ਆ? ਘੜੀ ਦੀਆਂ ਸੂਈਆਂ ਘੁੰਮਦੀਆਂ ਨੇ। ਸੋ ਇੱਦਾਂ ਸਾਡੀ ਜਿਹੜੀ ਐਕਸੀਅਲ ਬੋਡੀ ਆ, ਉਹ ਕੀ ਆ? ਸੈਂਟਰਲ ਮਤਲਬ ਵਿੱਚ ਵਿਚਾਲੇ ਆ, ਜਿੱਦਾਂ ਬਿੰਦੂ ਵਿੱਚ ਵਿਚਾਲੇ ਆ, ਸਾਡੀ ਐਕਸੀਅਲ ਬੋਡੀ ਕੀ ਆ? ਵਿੱਚ ਵਿਚਾਲੇ ਆ। ਉਸ ਤੋਂ ਬਾਅਦ ਕੀ ਆ? ਕੋਰ। ਕੋਰ ਦਾ ਮਤਲਬ ਬਹੁਤ ਇੰਪੋਰਟੈਂਟ, ਬਹੁਤ ਜ਼ਰੂਰੀ। ਸੋ ਇੰਪੋਰਟੈਂਟ ਕਿਉਂ ਆ? ਕਿਉਂਕਿ ਤੁਸੀਂ ਦੇਖੋ, ਜਿੰਨੇ ਵੀ ਮੇਜਰ ਔਰਗਨਸ ਨੇ ਤੁਹਾਡੇ, ਹੈ ਨਾ, ਆਪਾਂ ਗੱਲ ਕਰੀਏ ਬ੍ਰੇਨ, ਬ੍ਰੇਨ ਕਿੱਥੇ ਆ ਤੁਹਾਡੇ? ਇੱਥੇ ਆ ਨਾ, ਇਸ ਪਾਰਟ ਦੇ ਵਿੱਚ, ਹੈੱਡ ਦੇ ਵਿੱਚ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤੁਹਾਡਾ ਹਾਰਟ, ਹਾਰਟ ਕਿੱਥੇ ਆ ਤੁਹਾਡੇ? ਟਰੰਕ ਦੇ ਵਿੱਚ, ਹੈ ਨਾ। ਤੁਹਾਡਾ ਡਾਈਜੈਸਟਿਵ ਸਿਸਟਮ, ਜਿੰਨੀ ਵੀ ਤੁਹਾਡੀ ਇੰਟੈਸਟਾਈਨ ਹੈਗੀ, ਜੀ ਆਈ ਟ੍ਰੈਕਟ ਜਿੰਨਾ ਵੀ ਹੈਗਾ ਤੁਹਾਡਾ, ਉਹ ਕਿੱਥੇ ਹੈਗਾ ਤੁਹਾਡੇ? ਐਬਡੋਮੀਨਲ ਸੈਕਸ਼ਨ ਦੇ ਵਿੱਚ, ਇੱਥੋਂ ਸਟਾਰਟ ਹੋ ਜਾਂਦਾ, ਹੈਡ ਤੋਂ ਨੈਕ ਤੋਂ ਐਬਡੋਮੀਨਲ ਤੱਕ ਜਾਂਦਾ। ਸੋ ਐਕਸੀਅਲ ਬੋਡੀ ਕੀ ਹੈ? ਸੈਂਟਰਲ ਕੋਰ ਐਕਸਿਸ ਆਫ ਦਾ ਬੋਡੀ ਦੈਟ ਕੰਟੇਨ ਫੋਲੋਇੰਗ ਬੋਡੀ ਪਾਰਟ। ਹੁਣ ਇਹਦੇ ਵਿੱਚ ਕਿਹੜੇ ਕਿਹੜੇ ਬੋਡੀ ਪਾਰਟ ਆਉਂਦੇ ਨੇ? ਇੰਨਾ ਸਮਝ ਲੱਗ ਗਿਆ? ਆਪਾਂ ਅੱਗੇ ਚੱਲੀਏ। ਯੈਸ ਕਰ ਦਿਆ ਕਰੋ। ਜੇ ਕਿਸੇ ਨੂੰ ਨਹੀਂ ਪਤਾ ਲੱਗਿਆ, ਤੁਸੀਂ ਉਸੇ ਟਾਈਮ ਕੁਐਸਚਨ ਕਰਨਾ ਹੈ। ਠੀਕ ਹੈ ਕਿ ਸਰ ਮੈਨੂੰ ਸਮਝ ਨਹੀਂ ਲੱਗਾ, ਦੁਬਾਰਾ ਸਮਝਾਓ। ਸੋ ਇਹਦੇ ਵਿੱਚ ਕਿਹੜੇ ਕਿਹੜੇ ਬੋਡੀ ਪਾਰਟ ਆਉਂਦੇ ਆ? ਸਭ ਤੋਂ ਪਹਿਲਾਂ ਸਾਡੇ ਕੋਲ ਆਉਂਦਾ ਸਾਡਾ ਹੈੱਡ। ਠੀਕ ਹੈ ਜੀ। ਸਭ ਤੋਂ ਪਹਿਲਾਂ ਕੀ ਆ ਗਿਆ ਸਾਡੇ ਕੋਲ? ਇੱਕ ਤਾਂ ਤੁਸੀਂ ਰੇਜ਼ ਕੀਤਾ ਹੈਂਡ, ਪ੍ਰੋਬਲਮ ਹੈਗੀ ਕੋਈ? ਨੋ ਸਰ, ਮੈਂ ਯੈਸ ਕਹਿਣਾ ਸੀ ਬਸ। ਸੋ ਸਭ ਤੋਂ ਪਹਿਲਾਂ ਸਾਡੇ ਕੋਲ ਕੀ ਆ ਗਿਆ? ਹੈੱਡ ਆ ਗਿਆ। ਠੀਕ ਹੈ ਜੀ, ਮੈਂ ਮਾਰਕ ਕਰ ਦਿੰਦਾ। ਸਭ ਤੋਂ ਪਹਿਲਾਂ ਸਾਡੇ ਕੋਲ ਕੀ ਆ ਗਿਆ? ਹੈੱਡ। ਠੀਕ ਹੈ। ਉਸ ਤੋਂ ਬਾਅਦ ਸਾਡੇ ਕੋਲ ਕੀ ਆ ਗਿਆ? ਸਾਡੀ ਆਹ ਜਿਹੜੀ ਦੇਖ ਰਹੇ ਹੋ ਧੋਣ, ਇਹਨੂੰ ਕੀ ਬੋਲਦੇ ਆ ਆਪਾਂ? ਇਹਨੂੰ ਬੋਲਦੇ ਹਾਂ ਜੀ ਆਪਾਂ ਨੈਕ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਸਾਡੇ ਕੋਲ ਜਿਹੜਾ ਧੜ ਹੈਗਾ ਸਾਡਾ, ਇਹਨੂੰ ਆਪਾਂ ਕੀ ਬੋਲਦੇ ਹਾਂ ਜੀ? ਇਹਨੂੰ ਬੋਲਦੇ ਹਾਂ ਆਪਾਂ ਟ੍ਰੰਕ। ਸੋ ਇਹ ਕੀ ਆ? ਸੋ ਇਹ ਤਿੰਨ ਬੋਡੀ ਪਾਰਟ ਜਿਹੜੇ ਹੈਗੇ ਆ, ਹੈੱਡ, ਨੈਕ ਤੇ ਟ੍ਰੰਕ, ਇਹ ਕੀ ਆ? ਐਕਸੀਅਲ ਬੋਡੀ ਪਾਰਟਸ ਨੇ। ਕਲੀਅਰ?
ਹੈਡ ਨੈਕ ਤੇ ਟਰੰਕ ਹੀ ਆ ਐਕਸੀਅਲ ਬਾਡੀ ਪਾਰਟ ਨੇ ਸੋ ਇਹਦੇ ਵਿੱਚ ਹੀ ਦੇਖੋ ਜਿੰਨੇ ਵੀ ਤੁਹਾਡੇ ਮੇਜਰ ਆਰਗਨਸ ਨੇ ਹਨਾ ਤੁਹਾਡਾ ਬ੍ਰੇਨ ਤੁਹਾਡੀ ਜੀ ਆਈ ਟ੍ਰੈਕਟ ਹੋ ਗਿਆ ਹਾਰਟ ਹੋ ਗਿਆ ਲੰਗਸ ਹੋ ਗਿਆ ਉਹ ਸਭ ਇਹਦੇ ਵਿੱਚ ਆ ਇਸੇ ਕਰਕੇ ਇਹ ਕੋਰ ਹੈਗੀ ਹੈ ਐਂਡ ਐਕਸਿਸ ਕਿਉਂ ਹੈਗੀ ਆ ਉੱਤੇ ਆਪਾਂ ਹੁਣੇ ਜਦੋਂ ਅਪੈਂਡੀਕੁਲਰ ਬਾਡੀ ਪੜਾਂਗੇ ਉਹ ਫਿਰ ਤੁਹਾਨੂੰ ਦੱਸੂਗਾ ਕਿ ਇਹਨੂੰ ਐਕਸਿਸ ਕਿਉਂ ਕਹਿੰਦੇ ਆ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਹਾਂ ਅਪੈਂਡੀਕੁਲਰ ਬਾਡੀ ਦੀ ਸੋ ਇੱਥੇ ਕੀ ਲਿਖਿਆ ਦ ਅਪੈਂਡੀਕੁਲਰ ਬਾਡੀ ਇਜ਼ ਮੇਡ ਅਪ ਆਫ ਅਪੈਂਡੇਜਿਸ ਠੀਕ ਹੈ ਜੀ ਅਪੈਂਡੇਜਿਸ ਜਿੱਦਾਂ ਆਪਾਂ ਘੜੀ ਦੇਖੀ ਸੀਗੀ ਘੜੀ ਦੇ ਵਿੱਚ ਕੀ ਸੀਗੀਆਂ ਸੂਈਆਂ ਸੀਗੀਆਂ ਨਾ ਉਹ ਸੂਈਆਂ ਕਿਹਦੇ ਇਰਦ ਗਿਰਦ ਘੁੰਮ ਰਹੀਆਂ ਸੀਗੀਆਂ ਉਸ ਬਿੰਦੂ ਦੇ ਇਰਦ ਗਿਰਦ ਉਸ ਐਕਸਿਸ ਦੇ ਇਰਦ ਗਿਰਦ ਇੱਦਾਂ ਹੀ ਆਹ ਵੇਖੋ ਆਹ ਕੀ ਐਕਸਿਸ ਆ ਤੇ ਆਹ ਚੱਕਾ ਇਹਦੇ ਇਰਦ ਗਿਰਦ ਘੁੰਮ ਰਿਹਾ ਮਤਲਬ ਆਪਾਂ ਕਹਿ ਸਕਦੇ ਕਿ ਇਹ ਕੀ ਇੱਕ ਅਪੈਂਡੇਜਿਸ ਆ ਇੱਦਾਂ ਸਾਡਾ ਸਰੀਰ ਆ ਠੀਕ ਹੈ ਜੀ ਹੈਡ ਨੈਕ ਟਰੰਕ ਸਾਡੀਆਂ ਜਿਹੜੀਆਂ ਬਾਹਾਂ ਨੇ ਹਨਾ ਅਪਰ ਐਕਸਟ੍ਰੀਮਿਟੀਜ਼ ਬੋਲ ਦਿੰਦੇ ਆ ਆਰਮ ਫੋਰਆਰਮ ਤੇ ਹੈਂਡ ਤੇ ਆਹ ਕੀ ਆ ਸਾਡਾ ਸ਼ੋਲਡਰ ਗ੍ਰਿਡਲ ਠੀਕ ਹੈ ਜੀ ਇਹ ਕੀ ਆ ਅਪੈਂਡੇਜਿਸ ਨੇ ਜਿਹੜੀਆਂ ਇਸ ਐਕਸੀਅਲ ਬਾਡੀ ਦੇ ਉੱਤੇ ਲੱਗੀਆਂ ਹੋਈਆਂ ਨੇ ਤੇ ਇਹ ਬਾਹਾਂ ਇਸ ਐਕਸੀ ਜਿਹੜੀ ਬਾਡੀ ਆ ਸਾਡੀ ਐਕਸੀਅਲ ਬਾਡੀ ਉਹਦੇ ਇਰਦ ਗਿਰਦ ਘੁੰਮ ਰਹੀਆਂ ਨੇ ਹੋ ਰਿਹਾ ਕਿ ਨਹੀਂ ਇੱਦਾਂ ਜਿੱਦਾਂ ਸੂਈਆਂ ਘੁੰਮ ਰਹੀਆਂ ਘੜੀ ਦੇ ਵਿੱਚ ਉਹਦੀ ਤੁਹਾਡੀ ਬਾਹਾਂ ਅਤੇ ਤੁਹਾਡੀਆਂ ਜਿਹੜੀ ਲੱਤਾਂ ਜਿਹੜਾ ਤੁਹਾਡਾ ਥੱਲੇ ਵਾਲਾ ਧੜ ਹੈਗਾ ਉਹ ਵੀ ਇਸ ਐਕਸੀਅਲ ਬਾਡੀ ਦੇ ਇਰਦ ਗਿਰਦ ਘੁੰਮਦਾ ਹੈ ਕਲੀਅਰ ਹੋਇਆ ਇਹ ਪੁਆਇੰਟ ਠੀਕ ਹੈ ਜੀ ਸੋ ਅਪੈਂਡੀਕੁਲਰ ਬਾਡੀ ਇਜ਼ ਮੇਡ ਅਪ ਆਫ ਅਪੈਂਡਜਿਸ ਦੈਟ ਆਰ ਐਡਿਡ ਔਨ ਟੂ ਦ ਐਕਸੀਅਲ ਬਾਡੀ ਜਿਹੜੀ ਐਕਸੀਅਲ ਬਾਡੀ ਦੇ ਉੱਤੇ ਸੂਈਆਂ ਵਾਂਗੂ ਲੱਗੀ ਹੋਈ ਹੈ ਠੀਕ ਹੈ ਮੈਂ ਐਗਜ਼ਾਮਪਲ ਦੇ ਕੇ ਤੁਹਾਨੂੰ ਸਮਝਾ ਰਿਹਾ ਤੁਹਾਨੂੰ ਕਲੀਅਰ ਹੋ ਜਾਵੇ ਸੋ ਅੱਗੇ ਆਪਾਂ ਗੱਲ ਕਰਦੇ ਹਾਂ ਦ ਅਪੈਂਡੀਕੁਲਰ ਬਾਡੀ ਕੈਨ ਬੀ ਡਿਵਾਈਡਿਡ ਇਨ ਟੂ ਟੂ ਪਾਰਟਸ ਦੋ ਪਾਰਟਸ ਦੇ ਵਿੱਚ ਇਹਨੂੰ ਆਪਾਂ ਇਹਦੀ ਵੰਡ ਕਰ ਸਕਦੇ ਹਾਂ ਇੱਕ ਹੈਗੀ ਆ ਅਪਰ ਐਕਸਟ੍ਰੀਮਿਟੀਜ਼ ਅਪਰ ਮਤਲਬ ਉੱਪਰ ਵਾਲੀਆਂ ਐਕਸਟ੍ਰੀਮਿਟੀਜ਼ ਹਨਾ ਠੀਕ ਹੈ ਜੀ ਇੱਕ ਹੈਗੀ ਸਾਡੇ ਕੋਲ ਅਪਰ ਐਕਸਟ੍ਰੀਮਿਟੀਜ਼ ਇੱਕ ਹੈਗੀ ਸਾਡੇ ਕੋਲ ਲੋਅਰ ਐਕਸਟ੍ਰੀਮਿਟੀਜ਼ ਲੋਅਰ ਮਤਲਬ ਥੱਲੇ ਵਾਲਾ ਧੜ ਅਪਰ ਐਕਸਟ੍ਰੀਮਿਟੀਜ਼ ਮਤਲਬ ਉੱਪਰ ਵਾਲਾ ਜਿਹੜਾ ਸਾਡਾ ਬਾਹਾਂ ਹੋ ਗਈਆਂ ਠੀਕ ਹੈ ਜੀ ਸੋ ਜਿਹੜੀ ਸਾਡੀ ਅਪਰ ਐਕਸਟ੍ਰੀਮਿਟੀਜ਼ ਆ ਉਹਨੂੰ ਵੀ ਆਪਾਂ ਦੋ ਪਾਰਟਸ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ ਲੈਫਟ ਅਪਰ ਐਕਸਟ੍ਰੀਮਿਟੀਜ਼ ਤੇ ਰਾਈਟ ਅਪਰ ਐਕਸਟ੍ਰੀਮਿਟੀਜ਼ ਆਪਾਂ ਕਹਿੰਦੇ ਵੀ ਸੱਜੀ ਬਾਂਹ ਖੱਬੀ ਬਾਂਹ ਹਨਾ ਸੱਜਾ ਹੱਥ ਖੱਬਾ ਹੱਥ ਹਨਾ ਸੋ ਆਪਾਂ ਇੱਦਾਂ ਡਿਫਰੈਂਸ਼ੀਏਟ ਕਰ ਸਕਦੇ ਹਾਂ ਇਸੇ ਤਰੀਕੇ ਨਾਲ ਆਪਾਂ ਲੋਅਰ ਐਕਸਟ੍ਰੀਮਿਟੀਜ਼ ਨੂੰ ਵੀ ਰਾਈਟ ਐਂਡ ਲੈਫਟ ਪਾਰਟ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ ਸੋ ਇੱਥੇ ਸਾਡੇ ਕੋਲ ਇੱਥੇ ਮਾਰਕ ਕਰ ਰਿਹਾ ਇਹ ਸਾਡੇ ਕੋਲ ਕੀ ਆ ਗਈਆਂ ਇਹ ਸਾਡੇ ਕੋਲ ਆ ਗਈਆਂ ਅਪਰ ਐਕਸਟ੍ਰੀਮਿਟੀਜ਼ ਇਹ ਸਾਡੇ ਕੋਲ ਕੀ ਆ ਗਈ ਲੋਅਰ ਐਕਸਟ੍ਰੀਮਿਟੀਜ਼ ਹੁਣ ਅਪਰ ਐਕਸਟ੍ਰੀਮਿਟੀਜ਼ ਦੇ ਵਿੱਚ ਕਿਹੜੇ ਬਾਡੀ ਪਾਰਟਸ ਆਉਂਦੇ ਨੇ ਤੇ ਲੋਅਰ ਐਕਸਟ੍ਰੀਮਿਟੀਜ਼ ਦੇ ਵਿੱਚ ਕਿਹੜੇ ਬਾਡੀ ਪਾਰਟਸ ਆਉਂਦੇ ਨੇ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਠੀਕ ਹੈ ਤੋ ਸਭ ਤੋਂ ਪਹਿਲਾਂ ਮੈਂ ਗੱਲ ਕਰਾਂ ਅਪਰ ਐਕਸਟ੍ਰੀਮਿਟੀਜ਼ ਦੇ ਵਿੱਚ ਸਭ ਤੋਂ ਪਹਿਲਾਂ ਅਪਰ ਐਕਸਟ੍ਰੀਮਿਟੀ ਦੇ ਵਿੱਚ ਕੀ ਆਉਂਦਾ ਤੁਹਾਡਾ ਸ਼ੋਲਡਰ ਗ੍ਰਿਡਲ ਠੀਕ ਹੈ ਜੀ ਸ਼ੋਲਡਰ ਗ੍ਰਿਡਲ ਦੇ ਵਿੱਚ ਕੀ ਆ ਜਾਂਦਾ ਤੁਹਾਡਾ ਦੇਖਿਆ ਹੰਸਾ ਜਿਹੜੀ ਹੱਡੀ ਹੁੰਦੀ ਹੈ ਇਹਨੂੰ ਕੀ ਬੋਲਦੇ ਆ ਕਿਹੜੀ ਬੋਨ ਆ ਇਹ ਕਿਹੜੀ ਬੋਨ ਹੈ ਜੀ ਇਹ ਇਹਨੂੰ ਆਪਾਂ ਬੋਲਦੇ ਆ ਕਲੈਵਿਕਲ ਠੀਕ ਹੈ ਜੀ ਠੀਕ ਹੈ ਨਾ ਸੋ ਕਲੈਵਿਕਲ ਜਾਂ ਕੋਲਰ ਬੋਨ ਇਹਨੂੰ ਬੋਲਦੇ ਹਾਂ ਆਪਾਂ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਡੀ ਪਿੱਛੇ ਆ ਬੋਨ ਤੁਸੀਂ ਦੇਖ ਰਹੇ ਹੋ ਇਹਨੂੰ ਆਪਾਂ ਕੀ ਬੋਲਦੇ ਹਾਂ ਇਹਨੂੰ ਆਪਾਂ ਬੋਲਦੇ ਹਾਂ ਸਕੈਪੂਲਾ ਹੁਣੇ ਆਪਾਂ ਪੜ੍ਹਾਂਗੇ ਠੀਕ ਹੈ ਹੁਣੇ ਆਪਾਂ ਸਾਰੀਆਂ ਹੱਡੀਆਂ ਪੜ੍ਹਾਂਗੇ ਇਹਨੂੰ ਬੋਲਦੇ ਹਾਂ ਸਕੈਪੂਲਾ ਸੋ ਕਲੈਵਿਕਲ ਤੇ ਸਕੈਪੂਲਾ ਨੂੰ ਮਿਲਾ ਕੇ ਕੀ ਬਣਦਾ ਤੁਹਾਡਾ
ਸ਼ੋਲਡਰ ਗ੍ਰਿਡਲ। ਹੁਣ ਗ੍ਰਿਡਲ ਕਿਉਂ ਬੋਲਦੇ ਆ, ਗ੍ਰਿਡਲ ਦਾ ਮਤਲਬ ਹੁੰਦਾ, ਇੱਕ ਮਿੰਟ ਸੋਰੀ, ਗ੍ਰਿਡਲ ਸ਼ੋਲਡਰ ਗ੍ਰਿਡਲ, ਗ੍ਰਿਡਲ ਦਾ ਮਤਲਬ ਕੀ ਆ, ਇੱਕ ਘੇਰਾ ਬਣਾਉਣਾ ਕਮਰ ਵਾਂਗੂ, ਹੈ ਨਾ, ਜਿੱਦਾਂ ਕੋਈ ਵੀ ਚੀਜ਼ ਜਦੋਂ ਐਨਸਰਕਲ ਕਰਦੀ ਆ, ਜਿੱਦਾਂ ਹੁਣ ਆਪ ਜਿੱਥੋਂ ਦੇਖੀਏ, ਮੈਂ ਇੱਥੇ ਮਾਰਕਿੰਗ ਕਰ ਰਿਹਾ, ਇਹ ਤੁਹਾਡੀ ਕਲੈਵੀਕਲ ਹੋ ਗਈ, ਇਹ ਤੁਹਾਡੀ ਕਲੈਵੀਕਲ ਹੋ ਗਈ, ਇਹ ਤੁਹਾਡੀ ਸਕੈਪੂਲਾ, ਇੱਥੇ ਇਹ ਤੁਹਾਡੀ ਸਕੈਪੂਲਾ, ਇੱਦਾਂ ਸਕੈਪੂਲਾ ਹੁੰਦੀ ਇੱਦਾਂ, ਠੀਕ ਹੈ ਨਾ। ਸੋ ਜੇ ਆਪਾਂ ਇੱਦਾਂ ਇਹਨੂੰ ਮੈਚ ਕਰ ਦਈਏ ਤੇ ਇਹ ਕੀ ਆ, ਇੱਕ ਗੋਲ ਘੇਰਾ ਬਣਾ ਰਹੀ ਆ, ਹੈ ਨਾ, ਐਨਸਰਕਲ ਕਰ ਰਹੀ ਆ ਸਾਡੀ ਬਾਡੀ ਨੂੰ, ਇੱਕ ਘੇਰਾ ਬਣਾ ਰਹੀ ਆ। ਸੋ ਇਸ ਕਰਕੇ ਇਹਨੂੰ ਆਪਾਂ ਕੀ ਬੋਲਦੇ ਹਾਂ, ਗ੍ਰਿਡਲ। ਤੇ ਗ੍ਰਿਡਲ ਕਿੱਥੇ ਆ, ਸਾਡੇ ਸ਼ੋਲਡਰ ਤੇ, ਇਸ ਲਈ ਇਹਨੂੰ ਕੀ ਬੋਲਿਆ ਜਾਂਦਾ, ਸ਼ੋਲਡਰ ਗ੍ਰਿਡਲ, ਠੀਕ ਹੈ। ਸੋ ਸ਼ੋਲਡਰ ਗ੍ਰਿਡਲ ਆ ਗਿਆ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਹੈਗੀ ਆ ਆਮ, ਠੀਕ ਹੈ ਜੀ। ਨੈਕਸਟ ਕੀ ਹੈ ਸਾਡੇ ਕੋਲੇ, ਆਮ, ਠੀਕ ਹੈ ਜੀ। ਮਤਲਬ ਤੁਹਾਡੇ ਸ਼ੋਲਡਰ ਗ੍ਰਿਡਲ ਤੋਂ ਲੈ ਕੇ ਤੁਹਾਡੇ ਜਿਹੜਾ ਐਲਬੋ ਜੁਆਇੰਟ ਆ, ਠੀਕ ਹੈ, ਇਹ ਕੀ ਹੈ ਤੁਹਾਡੀ ਆਮ, ਠੀਕ ਹੈ। ਹਰ ਬਾਡੀ ਪਾਰਟ ਨੂੰ ਇੱਕ ਚੀਜ਼ ਦਿਮਾਗ 'ਚ ਰੱਖ ਲਿਓ, ਮੰਨ ਲਓ ਕੋਈ ਬਾਡੀ ਪਾਰਟ ਆ, ਆਹ ਫੋਰ ਆਮ ਆ, ਇਹ ਆਮ ਆ, ਠੀਕ ਹੈ। ਆਮ ਨੂੰ ਫੋਰ ਆਮ ਤੋਂ ਕਿਹੜੀ ਚੀਜ਼ ਅਲੱਗ ਕਰ ਰਹੀ ਹੈ, ਮੇਰਾ ਕੁਸ਼ਚਨ ਕੀ ਆ, ਆਮ ਨੂੰ ਫੋਰ ਆਮ ਤੋਂ ਕਿਹੜੀ ਚੀਜ਼ ਅਲੱਗ ਕਰ ਰਹੀ ਹੈ, ਜੁਆਇੰਟ, ਇਹ ਕਿਹੜਾ ਆ ਗਿਆ ਤੁਹਾਡਾ, ਐਲਬੋ ਜੁਆਇੰਟ, ਠੀਕ ਹੈ। ਇੱਦਾਂ ਹੀ ਤੁਹਾਡੀ ਜਿਹੜੀ ਸ਼ੋਲਡਰ ਗ੍ਰਿਡਲ ਆ, ਸ਼ੋਲਡਰ ਗ੍ਰਿਡਲ ਦੇ ਵਿੱਚ ਕਿਹੜਾ ਜੁਆਇੰਟ ਆ ਤੁਹਾਡਾ, ਸ਼ੋਲਡਰ ਜੁਆਇੰਟ, ਸ਼ੋਲਡਰ ਜੁਆਇੰਟ ਕੀ ਹੈ, ਸ਼ੋਲਡਰ ਗ੍ਰਿਡਲ ਤੇ ਤੁਹਾਡੀ ਆਮ ਨੂੰ ਅਲੱਗ ਕਰ ਰਿਹਾ। ਇੱਦਾਂ ਹੀ ਤੁਹਾਡਾ ਕੀ ਆ, ਆਹ ਹੱਥ ਆ ਤੇ ਆਹ ਤੁਹਾਡੀ ਫੋਰ ਆਮ ਆ, ਫੋਰ ਆਮ ਤੇ ਹੱਥ ਨੂੰ ਕਿਹੜੀ ਚੀਜ਼ ਅਲੱਗ ਕਰ ਰਿਹਾ, ਰਿਸਟ ਜੁਆਇੰਟ, ਰਿਸਟ ਜੁਆਇੰਟ, ਠੀਕ ਹੈ। ਸੋ ਨੈਕਸਟ ਸਾਡੇ ਕੋਲ ਕੀ ਆ, ਨੈਕਸਟ ਸਾਡੇ ਕੋਲ ਕੀ ਆ, ਫੋਰ ਆਮ, ਤੇ ਲਾਸਟ ਸਾਡੇ ਕੋਲ ਕੀ ਆ, ਹੈਂਡ, ਕਲੀਅਰ। ਹੁਣ ਇਹਨਾਂ ਵਿੱਚ ਜਿੰਨੀਆਂ ਵੀ ਹੱਡੀਆਂ ਨੇ ਉਹ ਆਪਾਂ ਸਾਰੀਆਂ ਪੜ੍ਹਨੀਆਂ ਨੇ, ਇਕੱਲੀ ਇਕੱਲੀ ਹੱਡੀ, ਠੀਕ ਹੈ ਜੀ। ਥੋੜ੍ਹਾ ਜਿਹਾ ਸੈਸ਼ਨ ਲੰਬਾ ਹੋਣਾ, ਲੇਕਿਨ ਬਹੁਤ ਫਰੂਟਫੁਲ ਹੋਣ ਵਾਲਾ ਹੈ। ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰ ਰਹੇ ਹਾਂ ਪੈਲਵਿਕ ਗ੍ਰਿਡਲ ਦੀ, ਕਿਹਦੀ ਗੱਲ ਕਰ ਰਹੇ ਹਾਂ, ਪੈਲਵਿਕ ਗ੍ਰਿਡਲ, ਪੈਲਵਿਕ ਗ੍ਰਿਡਲ ਸਮਝਦੇ ਹੋ, ਪੈਲਵਿਸ ਪੜ੍ਹੀ ਹੋਏਗੀ ਤੁਸੀਂ, ਜੇ ਜਿੱਦਾਂ ਮਾਫ ਕਰਨ ਜਾ ਰਹੇ ਹਾਂ, ਟਰੰਕ ਦੇ ਪਾਸ ਸਰ, ਨਹੀਂ ਟਰੰਕ, ਟਰੰਕ ਆ, ਥੋੜਾ ਟਰੰਕ ਆ ਗਿਆ, ਨਹੀਂ ਉਹ ਸੋਰੀ ਉਹ ਨੀਚੇ ਥੋੜਾ, ਹਾਂਜੀ ਪੈਲਵਿਸ, 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 ਮੈਂ ਇੱਥੇ ਲਿਖ ਵੀ ਦਿੰਦਾ ਥੋੜਾ ਜਿਹਾ, ਇੱਥੇ ਲਿਖ ਦਿੰਦੇ ਆਪਾਂ ਪੈਲਵਿਸ, ਇਹਨੂੰ ਪੈਲਵਿਕ ਗ੍ਰਿਡਲ ਬੋਲ ਦਿੰਦੇ ਆ, ਠੀਕ ਹੈ। ਉਸ ਤੋਂ ਇਹ ਵੀ ਗ੍ਰਿਡਲ ਕਿਉਂ, ਕਿਉਂਕਿ ਇਹ ਵੀ ਐਨਸਰਕਲ ਕਰ ਰਹੀ ਆ, ਆਪਾਂ ਦੇਖਾਂਗੇ ਗ੍ਰਿਡਲ, ਪੈਲਵਿਕ ਗ੍ਰਿਡਲ ਦੇਖਾਂਗੇ, ਇਹ ਵੀ ਮਤਲਬ ਅੱਗੇ ਤੋਂ ਲੈ ਕੇ ਪਿੱਛੇ ਤੱਕ ਪੂਰੀ ਇਹ ਚੱਲ ਰਹੀ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਕੀ ਪਾਰਟ ਆਇਆ, ਇੱਕ ਮਿੰਟ ਰੁਕਿਓ, ਓਕੇ। ਸੋ ਇਹ ਪੈਲਵਿਕ ਗ੍ਰਿਡਲ ਆ ਗਿਆ ਸਾਡੇ ਕੋਲ, ਉਸ ਤੋਂ ਬਾਅਦ ਸਾਡੇ ਕੋਲ ਆ ਗਿਆ, ਇਹ ਆ ਗਿਆ ਥਾਈ, ਇਹ ਕੀ ਆ, ਥਾਈ। ਪੈਲਵਿਕ ਗ੍ਰਿਡਲ ਤੇ ਥਾਈ ਨੂੰ ਕਿਹੜੀ ਚੀਜ਼ ਅਲੱਗ ਕਰ ਰਹੀ ਹੈ ਦੱਸੋ, ਪੈਲਵਿਕ ਗ੍ਰਿਡਲ ਤੇ ਥਾਈ ਨੂੰ ਕਿਹੜਾ ਜੁਆਇੰਟ ਅਲੱਗ ਕਰਦਾ ਤੁਹਾਡਾ, ਹਿਪ ਜੁਆਇੰਟ, ਕਿਹੜਾ ਜੁਆਇੰਟ, ਹਿਪ ਜੁਆਇੰਟ, ਮੈਂ ਇੱਥੇ ਲਿਖ ਦਿੰਦਾ ਹਿਪ ਜੁਆਇੰਟ, ਠੀਕ ਹੈ ਜੀ। ਉਸ ਤੋਂ ਬਾਅਦ ਸਾਡੇ ਕੋਲ ਕੀ ਆ, ਤੁਹਾਡੀ ਲੈਗ, ਇਹਨੂੰ ਆਪਾਂ ਕੀ ਬੋਲਦੇ ਹਾਂ, ਇਹਨੂੰ ਆਪਾਂ ਕੀ ਬੋਲਦੇ ਹਾਂ, ਲੈਗ, ਇਹ ਤੁਹਾਡਾ ਕੀ ਆ, ਥਾਈ, ਠੀਕ ਹੈ। ਹੁਣ ਜਿਹੜੀ ਤੁਹਾਡੀ ਲੈਗ ਆ ਉਹ ਥਾਈ ਤੋਂ ਕੌਣ ਨੂੰ ਅਲੱਗ ਕਰ ਰਿਹਾ, ਕਿਹੜਾ ਜੁਆਇੰਟ ਅਲੱਗ ਕਰ ਰਿਹਾ, ਨੀ ਜੁਆਇੰਟ, ਨੀ ਜੁਆਇੰਟ, ਤੁਹਾਡਾ ਜਿਹਨੂੰ ਆਪਾਂ ਕਹਿੰਦੇ ਨਾ ਗੋਡਾ, ਨੀ ਜੁਆਇੰਟ, ਆ ਨੀ ਆ ਤੁਹਾਡੀ, ਠੀਕ ਹੈ। ਉਸ ਤੋਂ ਬਾਅਦ ਸਾਡੇ ਕੋਲ ਕੀ ਆ ਗਿਆ,
ਉਸ ਤੋਂ ਬਾਅਦ ਸਾਡੇ ਕੋਲ ਆ ਗਿਆ ਤੁਹਾਡਾ ਫੁੱਟ। ਫੁੱਟ ਨੂੰ ਲੈਗ ਤੋਂ ਕੌਣ ਅਲੱਗ ਕਰ ਰਿਹਾ? ਐਂਕਲ ਜੁਆਇੰਟ। ਐਂਕਲ ਜੁਆਇੰਟ, ਠੀਕ ਹੈ ਜੀ। ਸੋ ਇਹ ਆਪਾਂ ਸਾਰੇ ਬਾਡੀ ਪਾਰਟਸ ਜਿਹੜੇ ਹੈਗੇ ਆ, ਮੇਜਰ ਬਾਡੀ ਪਾਰਟਸ, ਉਹ ਪੜ੍ਹ ਲਏ ਆ। ਹੁਣ ਆਪਾਂ ਪੜ੍ਹਨੀ ਆ ਇਹਦੇ ਵਿੱਚ ਜਿਹੜੀਆਂ ਬੇਸਿਕ ਬੇਸਿਕ ਹੱਡੀਆਂ, ਹੈ ਨਾ, ਅਤੇ ਉਹਨਾਂ ਬਾਰੇ ਦੇਖਾਂਗੇ। ਹੁਣ ਇੱਥੇ ਤੱਕ ਦੱਸੋ, ਕਿਸੇ ਨੂੰ ਕੋਈ ਡਾਊਟ ਹੈ? ਸਭ ਚੀਜ਼ ਸਮਝ ਲੱਗ ਰਹੀ ਹੈ? ਅਨੂ ਮੈਮ, ਸ਼ਿਵਾਨੀ, ਏਕਤਾ, ਅੰਮ੍ਰਿਤ, ਅੰਮ੍ਰਿਤ, ਓਕੇ ਓਕੇ। ਵਿਸ਼ਾਲੀ, ਲੱਗ ਰਿਹਾ ਸਮਝ? ਕੁਛ ਔਖਾ ਲੱਗ ਰਿਹਾ ਹੋਵੇ? ਓਕੇ। ਸੋ ਹੁਣ ਅੱਗੇ ਚੱਲਦੇ ਹਾਂ। ਸੋ ਇੱਥੇ ਇੱਕ ਇੰਪੋਰਟੈਂਟ ਚੀਜ਼ ਹੈ, ਇੱਥੋਂ ਕੁਸ਼ਚਨ, ਇਸ ਤੋਂ ਬਾਅਦ ਤੁਸੀਂ ਕਵਿਜ਼ ਕਰਨਾ। ਮੈਨੂੰ ਇੱਕ ਮਿੰਟ ਦੇਣਾ ਸੀਗਾ, ਮੈਂ ਉਸ ਕਵਿਜ਼ 'ਤੇ ਕਮਿੰਗ ਸੂਨ ਲਿਖਿਆ ਹੋਇਆ ਉਹਨੂੰ ਲਾਈਵ ਕਰ ਦੇਣਾ। ਇਸ ਤੋਂ ਬਾਅਦ ਜਸਟ ਕਲਾਸ ਤੋਂ ਇੱਕ ਮਿੰਟ ਬਾਅਦ ਤੁਹਾਡਾ 27 ਕੁਸ਼ਚਨ ਦਾ ਕਵਿਜ਼ ਆ, ਉਹ ਅਟੈਂਪਟ ਕਰਨਾ। ਉੱਥੋਂ ਤੁਹਾਨੂੰ ਪਤਾ ਲੱਗੇਗਾ ਤੁਹਾਨੂੰ ਕਿੰਨਾ ਸਮਝ ਲੱਗਿਆ ਅੱਜ, ਠੀਕ ਹੈ? ਅਤੇ ਉੱਤੋਂ ਮੈਨੂੰ ਵੀ ਫੀਡਬੈਕ ਮਿਲੇਗਾ। ਸੋ ਜੇ ਆਪਾਂ ਗੱਲ ਕਰੀਏ ਪੈਲਵਿਸ ਦੀ, ਜਿਹੜੀ ਆਪਾਂ ਪੜ੍ਹੀ ਹੈ ਪੈਲਵਿਸ, ਇਹਨੂੰ ਕੰਸੀਡਰ ਕੀਤਾ ਜਾਂਦਾ ਹੈ। ਇੱਥੇ ਮੈਂ ਇੱਕ ਮਿੰਟ ਲਿਖ ਦਿੰਦਾ। ਸੋ ਪੈਲਵਿਸ ਇਜ਼ ਆਫਨ ਕੰਸੀਡਰ ਟੂ ਬੀ ਏ ਪਾਰਟ ਆਫ ਐਕਸੀਅਲ ਬਾਡੀ। ਇਹਨੂੰ ਮੰਨਿਆ ਜਾਂਦਾ ਕਿ ਐਕਸੀਅਲ ਬਾਡੀ ਦਾ ਪਾਰਟ ਆ, ਬਟ ਐਕਚੁਅਲ ਦੇ ਵਿੱਚ ਇਹ ਐਕਸੀਅਲ ਬਾਡੀ ਦਾ ਪਾਰਟ ਹੈਗਾ ਵੀ ਆ ਅਤੇ ਨਹੀਂ ਵੀ ਹੈਗਾ, ਉਹ ਕਿਵੇਂ, ਠੀਕ ਹੈ? ਇਨ ਐਕਚੁਅਲਿਟੀ, ਸੱਚਾਈ ਦੇ ਵਿੱਚ, ਠੀਕ ਹੈ, ਇਹਦੀ ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਵੀ PDF ਦੇ ਦੂੰਗਾ, ਠੀਕ ਹੈ? ਇਨ ਐਕਚੁਅਲਿਟੀ ਇਟ ਇਜ਼ ਏ ਟ੍ਰਾਂਜੀਸ਼ਨਲ ਬਾਡੀ ਪਾਰਟ ਆਫ ਬੋਥ ਐਕਸੀਅਲ ਐਂਡ ਅਪੈਂਡੀਕੁਲਰ ਬਾਡੀ। ਠੀਕ ਹੈ ਜੀ, ਇਹ ਇੱਕ ਟ੍ਰਾਂਜੀਸ਼ਨਲ ਬਾਡੀ ਪਾਰਟ ਹੈ। ਇਹ ਐਕਸੀਅਲ ਬਾਡੀ ਦਾ ਪਾਰਟ ਵੀ ਹੈਗਾ ਅਤੇ ਅਪੈਂਡੀਕੁਲਰ ਬਾਡੀ ਦਾ ਪਾਰਟ ਵੀ ਹੈਗਾ। ਜਿੱਦਾਂ ਸਾਡੀ ਗੱਡੀਆਂ ਹੁੰਦੀਆਂ, ਸਟਿਪਣੀ ਹੁੰਦੀ ਹੈ, ਇਹਦਾ ਉਹਦੇ ਵਾਂਗੂ ਕੰਮ ਆ, ਠੀਕ ਹੈ? ਸੋ ਇਹ ਸਟਿਪਨੀ ਦਾ ਕੰਮ ਵੀ ਕਰਦੀ, ਟਾਇਰ ਦਾ ਵੀ ਕੰਮ ਕਰਦੀ ਆ, ਓਕੇ? ਸੋ ਇਹ ਜਿਹੜਾ ਤੁਹਾਡੀ ਪੈਲਵਿਕ ਆ, ਇਹ ਐਕਸੀਅਲ ਬਾਡੀ ਦਾ ਪਾਰਟ ਵੀ ਹੈ ਅਤੇ ਅਪੈਂਡੀਕੁਲਰ ਬਾਡੀ ਦਾ ਪਾਰਟ ਵੀ ਹੈ। ਹੁਣ ਤੁਸੀਂ ਪੁੱਛੋ ਕਿੱਦਾਂ ਸਰ, ਕਿਵੇਂ ਹੋ ਸਕਦਾ ਕਿ ਐਕਸੀਅਲ ਬਾਡੀ ਦਾ ਵੀ ਪਾਰਟ ਹੈ ਅਤੇ ਅਪੈਂਡੀਕੁਲਰ ਬਾਡੀ ਦਾ ਪਾਰਟ ਹੈ? ਪਾਰਟ ਹੈ, ਹੈ ਨਾ? ਤੁਸੀਂ ਇੱਕ ਚੀਜ਼ ਪੜ੍ਹੀ ਹੋਈ, ਜਦੋਂ ਸਪਾਈਨ ਪੜ੍ਹਦੇ ਹਾਂ ਆਪਾਂ, ਸਪਾਈਨ ਦੇ ਵਿੱਚ ਕੀ ਹੁੰਦੀ ਹੈ ਸਾਡੀ? ਸਭ ਤੋਂ ਪਹਿਲਾਂ ਸਰਵਾਈਕਲ, ਥੋਰੈਸਿਕ, ਉਹ ਪੜ੍ਹਾਂਗੇ ਹੁਣੇ, ਠੀਕ ਹੈ? ਦੈਨ ਲੰਬਰ, ਦੈਨ ਸੈਕਰਮ, ਅਤੇ ਲਾਸਟ ਦੇ ਵਿੱਚ ਕੋਕਿਕਸ, ਠੀਕ ਹੈ? ਜਿਹੜੀ ਸੈਕਰਮ ਅਤੇ ਕੋਕਿਕਸ ਆ, ਉਹ ਐਕਸੀਅਲ ਬਾਡੀ ਦਾ ਪਾਰਟ ਆ, ਕਿਉਂਕਿ ਉਹ ਸਪਾਈਨ ਦੇ ਨਾਲ ਹੈਗੀ ਆ। ਅਤੇ ਜਿਹੜੀ ਤੁਹਾਡੀ ਬਾਕੀ ਪੈਲਵਿਕ ਹੈਗੀ, ਜਿਹਦੇ ਵਿੱਚ ਤਿੰਨ ਹੱਡੀਆਂ ਤੋਂ ਮਿਲ ਕੇ ਬਣੀ ਆ, ਇਸ਼ੀਅਮ, ਇਲੀਅਮ ਅਤੇ ਪਿਊਬਿਸ, ਠੀਕ ਹੈ ਜੀ? ਉਹ ਅਪੈਂਡੀਕੁਲਰ ਬਾਡੀ ਦਾ ਪਾਰਟ ਹੈਗੇ। ਹੁਣ ਜਦੋਂ ਆਪਾਂ ਉਹਨਾਂ ਨੂੰ ਦੇਖਾਂਗੇ, ਤੁਹਾਨੂੰ ਇਕੱਲੀ ਇਕੱਲੀ ਚੀਜ਼ ਸਮਝ ਆ ਜਾਏਗੀ। ਸੋ ਦਿਮਾਗ ਦੇ ਵਿੱਚ ਰੱਖਣਾ, ਜਿਹੜੀ ਪੈਲਵਿਸ ਆ, ਠੀਕ ਹੈ, ਉਹ ਕੀ ਹੈ? ਤੁਹਾਡੀ ਐਕਸੀਅਲ ਬਾਡੀ ਦਾ ਪਾਰਟ ਵੀ ਹੈ ਅਤੇ ਅਪੈਂਡੀਕੁਲਰ ਬਾਡੀ ਦਾ ਪਾਰਟ ਵੀ ਹੈ। ਕਲੀਅਰ ਹੈ ਜੀ ਇੰਨਾ? ਓਕੇ, ਸੋ ਇਹ ਸਲਾਈਡ ਇੱਥੇ ਖਤਮ ਹੁੰਦੀ ਆ। ਹੁਣ ਮੈਂ ਜਿਹੜੀ ਨਵੀਂ ਸਲਾਈਡ ਹੈਗੀ ਆ, ਮੈਂ ਸੋਫਟਵੇਅਰ ਵੀ ਓਪਨ ਕਰ ਲੈਂਦਾ, ਇੱਕ ਮਿੰਟ ਦਿਓ ਮੈਨੂੰ। ਸੋ ਇਨ ਕੇਸ ਕਦੀ ਜਿੱਦਾਂ ਲਾਈਟ ਚਲੇ ਜਾਏ, ਹੈ ਨਾ, ਇਨ ਕੇਸ ਅਗਰ ਕਦੀ ਲਾਈਟ ਚਲੇ ਜਾਏ ਤੇ ਇੱਕ ਦੋ ਮਿੰਟ ਦੇ ਵਿੱਚ ਦੁਬਾਰਾ ਸਿਸਟਮ ਸਟਾਰਟ ਹੋ ਜਾਏਗਾ, ਠੀਕ ਹੈ? ਕਿਉਂਕਿ ਮੈਂ ਇਨਵੇਟਰ ਵਗੈਰਾ ਲਗਵਾ ਲਿਆ ਹੋਇਆ, ਐਂਡ ਪਤਾ ਨਹੀਂ ਕੀ ਹੁੰਦਾ, ਕਈ ਵਾਰੀ ਕੰਪਿਊਟਰ ਬੰਦ ਹੋ ਜਾਂਦਾ ਚੱਲਦਾ ਚੱਲਦਾ, ਤੇ ਇੱਕ ਦੋ ਮਿੰਟ ਤੁਸੀਂ ਵੇਟ ਕਰਨੀ ਹੈ, ਠੀਕ ਹੈ? ਲੀਵ ਨਹੀਂ ਕਰਨਾ ਇਨ ਕੇਸ ਅਗਰ ਕਦੀ ਇਲੈਕਟ੍ਰਿਸਿਟੀ ਕੱਟ ਲੱਗ ਜਾਏ। ਸੋ ਅੱਗੇ ਆਪਾਂ ਹੁਣ ਗੱਲ ਕਰਨੀ ਆ, ਇੱਕ ਮਿੰਟ ਰੁਕਿਓ, ਇੱਥੇ ਆਪਾਂ ਆਉਂਦੇ ਹਾਂ ਮਾਡਲ 'ਤੇ। ਸੋ
ਇਹ ਜਿਹੜੀ ਪੀਪੀਟੀ ਆ ਇਹ ਮੈਂ ਤੁਹਾਡੇ ਨੋਟਸ ਦੇ ਵਿੱਚ ਅਪਲੋਡ ਕਰ ਦਿੱਤੀ ਹੋਈ ਹੈ, ਠੀਕ ਹੈ। ਇਹ ਬਾਇਲਿੰਗੁਅਲ ਹੈ, ਇਹ ਪੰਜਾਬੀ ਦੇ ਵਿੱਚ ਵੀ ਹੈਗੀ ਆ ਤੇ ਅੰਗਰੇਜ਼ੀ ਦੇ ਵਿੱਚ ਵੀ ਹੈਗੀ ਆ, ਠੀਕ ਹੈ। ਸੋ ਪਹਿਲਾਂ ਆਪਾਂ ਸਟਾਰਟ ਕਰ ਰਹੇ ਹਾਂ ਕਿ ਜਿਹੜੀ ਸਾਡੀ ਹਿਊਮਨ ਬਾਡੀ ਆ, ਹਿਊਮਨ ਬਾਡੀ, ਹਿਊਮਨ ਸਕੈਲੇਟਲ ਓਵਰਵਿਊ। ਟਿਪੀਕਲੀ ਜੇ ਆਪਾਂ ਗੱਲ ਕਰੀਏ, ਤੁਹਾਨੂੰ ਕੁਐਸਚਨ ਆ ਜਾਵੇ ਕਿ ਸਾਡੇ ਸਰੀਰ ਦੇ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਨੇ, ਸਾਡੇ ਸਰੀਰ ਦੇ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਨੇ ਤੇ ਕਿੰਨੀਆਂ ਹੁੰਦੀਆਂ ਨੇ, 200 206। ਠੀਕ ਹੈ, 206 ਹੱਡੀਆਂ ਸਾਡੇ ਸਰੀਰ ਦੇ ਵਿੱਚ ਟੋਟਲ ਹੁੰਦੀਆਂ ਨੇ। ਸੋ ਜੇ ਆਪਾਂ 206 ਦੀਆਂ 206 ਹੱਡੀਆਂ ਅੱਜ ਕਰਨੀਆਂ ਆ, ਠੀਕ ਹੈ ਜੀ, 206 ਦੀਆਂ 206 ਹੱਡੀਆਂ ਆਪਾਂ ਕਰਨੀਆਂ। ਹੁਣ ਆਪਾਂ ਪਹਿਲਾਂ ਪੜ੍ਹਿਆ ਕਿ ਸਾਡੇ ਕੋਲ ਕੀ ਆ, ਸਾਡੇ ਕੋਲ ਐਕਸੀਅਲ ਬਾਡੀ ਪਾਰਟ ਆ ਤੇ ਸਾਡੇ ਕੋਲ ਅਪੈਂਡੀਕੁਲਰ ਬਾਡੀ ਪਾਰਟ ਆ। ਹੁਣ ਐਕਸੀਅਲ ਦੇ ਵਿੱਚ ਜਿਹੜੀਆਂ ਹੱਡੀਆਂ ਹੁੰਦੀਆਂ ਨੇ, ਠੀਕ ਹੈ, ਐਕਸੀਅਲ ਬਾਡੀ ਪਾਰਟਸ ਦੇ ਵਿੱਚ ਜਿੱਦਾਂ ਆਪਾਂ ਕਿਹੜੇ ਕਿਹੜੇ ਪੜ੍ਹੇ, ਹੈਡ, ਨੈਕ ਤੇ ਟਰੰਕ, ਉਹਦੇ ਵਿੱਚ ਜਿਹੜੀਆਂ ਹੱਡੀਆਂ ਹੁੰਦੀਆਂ ਨੇ ਉਹਨੂੰ ਆਪਾਂ ਕੀ ਬੋਲਦੇ ਹਾਂ, ਉਹਨੂੰ ਆਪਾਂ ਬੋਲਦੇ ਹਾਂ ਐਕਸੀਅਲ ਸਕੈਲੇਟਨ। ਕੀ ਬੋਲਦੇ ਹਾਂ? ਐਕਸੀਅਲ ਸਕੈਲੇਟਨ। ਤੇ ਜਿਹੜੀਆਂ ਹੱਡੀਆਂ ਸਾਡੇ ਅਪੈਂਡੀਕੁਲਰ ਬਾਡੀ ਪਾਰਟ ਦੇ ਵਿੱਚ ਹੁੰਦੀਆਂ ਨੇ ਉਹਨੂੰ ਆਪਾਂ ਕੀ ਬੋਲਦੇ ਹਾਂ, ਅਪੈਂਡੀਕੁਲਰ ਸਕੈਲੇਟਨ, ਠੀਕ ਹੈ ਜੀ। ਜੇ ਮੈਂ ਗੱਲ ਕਰਾਂ ਐਕਸੀਅਲ ਸਕੈਲੇਟਲ ਦੀ, ਠੀਕ ਹੈ, ਇਹਦੇ ਵਿੱਚ ਸਾਡੇ ਕੋਲ 80 ਹੱਡੀਆਂ ਹੁੰਦੀਆਂ ਨੇ। ਕਿੰਨੀਆਂ ਹੱਡੀਆਂ ਹੁੰਦੀਆਂ ਨੇ? 80 ਹੱਡੀਆਂ। ਤੇ ਜੇ ਮੈਂ ਗੱਲ ਕਰਾਂ ਅਪੈਂਡੀਕੁਲਰ ਸਕੈਲੇਟਨ ਦੀ, ਇਹਦੇ ਵਿੱਚ ਸਾਡੇ ਕੋਲ ਕਿੰਨੀਆਂ ਹੁੰਦੀਆਂ ਨੇ? 126 ਹੱਡੀਆਂ, ਠੀਕ ਹੈ। ਕਲੀਅਰ ਕਲੀਅਰ ਹੋਇਆ ਕਿ ਨਹੀਂ ਹੋਇਆ? ਅੱਗੇ ਵਧੀਆ, ਅੱਗੇ ਵਧੀਆ। ਹਾਂਜੀ ਸਰ। ਓਕੇ, ਸੋ ਅੱਗੇ ਵਧਦੇ ਹਾਂ। ਇਹ ਦੇਖ ਰਹੇ ਹੋ ਤੁਸੀਂ, ਇਹ ਕੀ ਸਾਡੇ ਕੋਲ ਇੱਕ ਸਕੈਲੇਟਨ ਸਿਸਟਮ, ਠੀਕ ਹੈ ਜੀ। ਇਹ ਤੁਹਾਡਾ ਕੀ ਆ, ਜੇ ਆਪਾਂ ਗੱਲ ਕਰੀਏ ਇਸ ਪਾਰਟ ਦੀ, ਠੀਕ ਹੈ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇਸ ਪਾਰਟ ਦੀ। ਇਸ ਪਾਰਟ ਨੂੰ ਆਪਾਂ ਕੀ ਬੋਲਦੇ ਹਾਂ ਜੀ, ਇਸ ਪਾਰਟ ਨੂੰ ਐਲੀ, ਦੱਸੋ ਕੀ ਡਾਊਟ ਹੈਗਾ ਕੋਈ? ਭੁਪਿੰਦਰ ਡਾਊਟ ਹੈ ਜੀ ਕੋਈ, ਪੁੱਛ ਸਕਦੇ ਹੋ? ਹੈਂਡ ਰੇਜ਼ ਕੀਤਾ। ਸਰ ਵੀਡੀਓ ਨਹੀਂ ਸ਼ੋ ਹੋ ਰਹੀ ਤੁਹਾਡੀ? ਵੀਡੀਓ ਸ਼ੋ ਨਹੀਂ ਹੋ ਰਹੀ ਬੱਚੇ? ਹਾਂਜੀ ਸਰ, ਹਾਂਜੀ ਸਰ। ਅਨੂ ਮੈਮ ਹੋ ਰਹੀ ਹੈ ਵੀਡੀਓ ਸ਼ੋ? ਵੀਡੀਓ ਸ਼ੋ ਨਹੀਂ, ਠੀਕ ਹੈ ਸਰ, ਚੱਲ ਰਹੀ ਹੈ। ਚੱਲ ਰਹੀ ਹੈ ਬੱਚੇ, ਇੱਧਰ ਤੁਸੀਂ ਇੱਕ ਵਾਰੀ ਦੁਬਾਰਾ ਰੀਜੁਆਇਨ ਕਰੋ। ਓਕੇ ਸਰ। ਹਾਂ, ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ, ਇਹ ਤੁਸੀਂ ਦੇਖ ਰਹੇ ਹੋ, ਇਹਨੇ ਆਪਾਂ ਹੈਡ, ਓਕੇ। ਸੋ ਇਹਦੀਆਂ, ਇਹਦੇ ਵਿੱਚ ਆਪਾਂ ਦੇਖਾਂਗੇ ਕਿੰਨੀਆਂ ਹੱਡੀਆਂ ਨੇ, ਹਨਾ। ਸੋ ਇਸ ਪਾਰਟ ਨੂੰ ਆਪਾਂ ਪੂਰਾ ਟੋਟਲੀ ਆਪਾਂ ਅਗਰ ਕਹਿਣਾ ਹੋਵੇ ਇਹਨੂੰ ਆਪਾਂ ਸਕਲ ਬੋਲ ਦਿੰਦੇ ਹਾਂ। ਤੇ ਜੇ ਆਪਾਂ ਸਕਲ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਟੋਟਲੀ 28 ਬੋਨਸ ਹੁੰਦੀਆਂ, ਠੀਕ ਹੈ ਜੀ। ਹੁਣ ਉਹ ਬੋਨਸ ਆਪਾਂ ਕੱਲੀ ਕੱਲੀ ਗਿਣੀਆਂ ਨੇ, ਠੀਕ ਹੈ। ਪਲੀਜ਼ ਆਪਣਾ ਮਾਈਕ ਆਫ ਕਰ ਦਿਓ, ਠੀਕ ਹੈ, ਜਦੋਂ ਮੈਂ ਤੁਹਾਨੂੰ ਪੁੱਛੂੰਗਾ ਤੁਸੀਂ ਉਦੋਂ ਔਨ ਕਰਿਓ, ਠੀਕ ਹੈ। ਸੋ ਜੇ ਆਪਾਂ ਗੱਲ ਕਰੀਏ ਸਕਲ ਦੀ, ਸੋ ਇੱਥੇ ਸਾਡੇ ਕੋਲ ਆ ਗਿਆ ਸਕਲ। ਸਕਲ ਦੇ ਵਿੱਚ ਟੋਟਲ 28 ਬੋਨਸ ਨੇ, ਠੀਕ ਹੈ। ਸੋ ਸਕਲ ਨੂੰ ਆਪਾਂ ਤਿੰਨ ਪਾਰਟਸ ਦੇ ਵਿੱਚ ਡਿਵਾਈਡ ਕਰ ਲੈਂਦੇ ਹਾਂ। ਸਭ ਤੋਂ ਪਹਿਲਾ ਪਾਰਟ ਸਾਡੇ ਕੋਲ ਹੁੰਦਾ ਕਿਹੜਾ? ਕ੍ਰੇਨੀਅਮ। ਕਿਹੜਾ? ਕ੍ਰੇਨੀਅਮ, ਆਹ ਜਿਹੜਾ ਤੁਸੀਂ ਦੇਖ ਰਹੇ ਹੋ ਨਾ, ਆਹ ਖੋਪੜੀ ਜਿਹਨੂੰ ਆਪਾਂ ਕਹਿੰਦੇ ਹਾਂ, ਉੱਪਰਲਾ ਪਾਰਟ ਹੋ ਗਿਆ, ਇੱਧਰਲਾ ਪਾਰਟ ਹੋ ਗਿਆ, ਇਹਨੂੰ ਕੀ ਬੋਲਦੇ ਹਾਂ ਆਪਾਂ, ਆਹ ਅਗਲਾ ਪਾਰਟ ਹੋ ਗਿਆ, ਇਹ ਕੀ ਹੈ ਸਾਡੀ ਕ੍ਰੇਨੀਅਮ। ਉਸ ਤੋਂ ਬਾਅਦ ਕੀ ਹੈ ਸਾਡਾ ਫੇਸ, ਠੀਕ ਹੈ। ਫੇਸ ਬੋਨਸ ਹੁੰਦੀਆਂ ਸਾਡੇ ਕੋਲ, ਆਹ ਫੇਸ ਦੀਆਂ ਬੋਨਸ ਆ। ਤੇ ਉਸ ਤੋਂ ਬਾਅਦ ਸਾਡੇ ਕੋਲ ਕਿਹੜੀਆਂ ਹੁੰਦੀਆਂ? ਸਾਡੀ ਈਅਰਸ ਦੀਆਂ ਬੋਨਸ, ਠੀਕ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕ੍ਰੇਨੀਅਮ ਦੀ। ਸੋ ਕ੍ਰੇਨੀਅਮ ਦੇ ਵਿੱਚ ਸਾਡੇ ਕੋਲ ਕਿੰਨੀਆਂ ਹੱਡੀਆਂ ਨੇ ਟੋਟਲ? ਇੱਥੇ ਲਿਖਿਆ ਹੋਇਆ
8 ਹੱਡੀਆਂ ਠੀਕ ਹੈ ਜੀ ਸਭ ਤੋਂ ਪਹਿਲੀ ਸਾਡੇ ਕੋਲ ਹੱਡੀ ਕਿਹੜੀ ਹੈ ਉਹਦਾ ਨਾਮ ਕੀ ਆ ਫਰੰਟਲ ਬੋਨ ਕੀ ਕਿਹੜੀ ਬੋਨ ਫਰੰਟਲ ਬੋਨ ਹੁਣੇ ਆਪਾਂ ਦੇਖਾਂਗੇ ਵੀ ਉਹਨਾਂ ਨੂੰ ਉਸ ਤੋਂ ਬਾਅਦ ਕੀ ਹੈ ਸਾਡੇ ਕੋਲ ਪਰਾਈਟਲ ਬੋਨ ਠੀਕ ਹੈ ਪਰਾਈਟਲ ਕਿੰਨੀ ਹੈ ਸਾਡੇ ਕੋਲ 2 ਇਹ ਦੇਖੀ ਚੱਲੋ ਮੈਂ ਆਪਾਂ ਕੱਲੀ ਕੱਲੀ ਹੱਡੀ ਗਿਣਨੀ ਆ ਸਭ ਤੋਂ ਪਹਿਲਾਂ ਆ ਗਈ ਸਾਡੇ ਕੋਲ ਫਰੰਟਲ ਬੋਨ ਦੂਸਰੀ ਆ ਗਈ ਸਾਡੇ ਕੋਲ ਪਰਾਈਟਲ ਬੋਨ ਪਰਾਈਟਲ ਦੇ ਵਿੱਚ ਸਾਡੇ ਕੋਲ 2 ਹੁੰਦੀਆਂ ਹੈ ਉਸ ਤੋਂ ਬਾਅਦ ਸਾਡੇ ਕੋਲ ਥਰਡ ਹੈਗੀ ਆ ਟੈਂਪੋਰਲ ਠੀਕ ਹੈ ਟੈਂਪੋਰਲ ਟੈਂਪੋਰਲ ਦੇ ਵਿੱਚ ਵੀ ਸਾਡੇ ਕੋਲ 2 ਹੱਡੀਆਂ ਨੇ ਉਸ ਤੋਂ ਬਾਅਦ ਸਾਡੇ ਕੋਲ ਕਿਹੜੀ ਆ ਗਈ ਆਕਸੀਪਿਟਲ ਆਕਸੀਪਿਟਲ ਦੇ ਵਿੱਚ ਸਾਡੇ ਕੋਲ 1 ਹੱਡੀ ਆ ਦੈਨ ਸਫੈਨੋਇਡ ਸਫੈਨੋਇਡ ਦੇ ਵਿੱਚ ਵੀ 1 ਆ ਦੈਨ ਐਥਮੋਇਡ ਠੀਕ ਹੈ ਜੀ ਐਥਮੋਇਡ ਦੇ ਵਿੱਚ ਵੀ ਸਾਡੇ ਕੋਲ 1 ਸੋ 8 ਹੱਡੀਆਂ ਨੇ ਸਾਡੇ ਕ੍ਰੇਨੀਅਮ ਦੇ ਵਿੱਚ ਫਰੰਟਲ ਦੇ ਵਿੱਚ 1 ਠੀਕ ਹੈ ਦੈਨ ਪਰਾਈਟਲ ਦੇ ਵਿੱਚ 2 ਟੈਂਪੋਰਲ ਦੇ ਵਿੱਚ ਕਿੰਨੀਆਂ 2 ਉਸ ਤੋਂ ਬਾਅਦ ਸਾਡੇ ਕੋਲ ਆਕਸੀਪਿਟਲ ਦੇ ਵਿੱਚ 1 ਸਫੈਨੋਇਡ ਦੇ ਵਿੱਚ 1 ਤੇ ਐਥਮੋਇਡ ਦੇ ਵਿੱਚ 1 ਤੇ ਹੁਣ ਆਪਾਂ ਗੱਲ ਕਰਨੀ ਹੈ ਹੱਡੀਆਂ ਹੈ ਕਿੱਥੇ ਕਿੱਥੇ ਠੀਕ ਹੈ ਜੀ ਸੋ ਮੈਂ ਥੋੜ੍ਹਾ ਜਿਹਾ ਨੂੰ ਮਿਨੀਮਾਈਜ਼ ਕਰਕੇ ਕਮੈਂਟ ਰੱਖਿਓ ਓਕੇ ਹੁਣ ਆਪਾਂ ਚੱਲਦੇ ਹਾਂ ਆਪਣੇ ਮਾਡਲ ਵੱਲ ਸੋ ਇਹ ਦਿਖ ਰਿਹਾ ਤੁਹਾਨੂੰ ਸਾਰਿਆਂ ਨੂੰ ਠੀਕ ਹੈ ਸੋ ਮੈਂ ਥੋੜ੍ਹੀ ਜਿਹੀ ਨਾ ਲਾਈਟ ਘਟਾਉਂਦਾ ਜਿੰਨਾ ਤੁਹਾਨੂੰ ਥੋੜ੍ਹਾ ਵਿਊ ਵਧੀਆ ਮਿਲ ਸਕਿਆ ਹੁਣ ਸਹੀ ਹੈ ਵਿਊ ਜ਼ਿਆਦਾ ਬ੍ਰਾਈਟ ਤਾਂ ਨਹੀਂ ਹੈਗਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਪਰਾਈਟਲ ਬੋਨ ਦੀ ਆਹ ਤੁਸੀਂ ਦੇਖ ਰਹੇ ਹੋ ਮੱਥੇ ਵਾਲੀ ਹੱਡੀ ਆਹ ਸੋਰੀ ਫਰੰਟਲ ਬੋਨ ਦੀ ਆਹ ਦੇਖ ਰਹੇ ਹੋ ਮੱਥੇ ਵਾਲੀ ਹੱਡੀ ਤੁਸੀਂ ਇੱਥੇ ਮੈਂ ਕਲਿੱਕ ਕਰਦਾ ਇਹਨੂੰ ਕੀ ਬੋਲਦੇ ਹਾਂ ਆਪਾਂ ਫਰੰਟਲ ਬੋਨ ਕੀ ਬੋਲਦੇ ਆ ਫਰੰਟਲ ਬੋਨ ਸੋ ਫਰੰਟਲ ਕਿੰਨੀ ਹੈ ਸਾਡੇ ਕੋਲ 1 ਹੀ ਹੱਡੀ ਆ ਉਸ ਤੋਂ ਬਾਅਦ ਥੋੜ੍ਹਾ ਜਿਹਾ ਨੂੰ ਮੈਂ ਇੱਦਾਂ ਘੁਮਾਉਂਦਾ ਠੀਕ ਹੈ ਜੀ ਹੁਣ ਆਪਾਂ ਗੱਲ ਕਰਾਂਗੇ ਪਰਾਈਟਲ ਬੋਨ ਦੀ ਆਹ ਦੇਖ ਰਹੇ ਹੋ ਇੱਧਰ ਵਾਲੀ ਸਾਈਡ ਤੇ ਆਹ ਦੇਖ ਰਹੇ ਹੋ ਇੱਧਰ ਵਾਲੀ ਸਾਈਡ ਇਹ ਕੀ ਹੈ ਸਾਡੀ ਪਰਾਈਟਲ ਬੋਨ ਠੀਕ ਹੈ ਇਹ ਪਰਾਈਟਲ ਬੋਨ ਰਾਈਟ ਸਾਈਡ ਦੀ ਹੈ ਤੇ ਇਹ ਪਰਾਈਟਲ ਬੋਨ ਤੁਹਾਡੇ ਲੈਫਟ ਸਾਈਡ ਦੀ ਹੈ ਠੀਕ ਹੈ ਸੋ ਪਰਾਈਟਲ ਦੇ ਵਿੱਚ ਸਾਡੇ ਕੋਲ 2 ਹੋ ਗਈਆਂ ਫਰੰਟਲ ਦੇ ਵਿੱਚ ਟੋਟਲ ਸਾਡੇ ਕੋਲ 3 ਹੱਡੀਆਂ ਹੋ ਗਈਆਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਟੈਂਪੋਰਲ ਬੋਨ ਦੀ ਹਨਾ ਆਹ ਦੇਖ ਰਹੇ ਹੋ ਤੁਸੀਂ ਇੱਧਰ ਇਹ ਕੀ ਹੈ ਤੁਹਾਡੀ ਟੈਂਪੋਰਲ ਬੋਨ ਰਾਈਟ ਸਾਈਡ ਦੀ ਸੱਜੇ ਸਾਈਡ ਦੀ ਟੈਂਪੋਰਲ ਬੋਨ ਇੱਦਾਂ ਮੈਂ ਥੋੜ੍ਹਾ ਘੁਮਾ ਲੈਂਦਾ ਇਹਨੂੰ ਠੀਕ ਹੈ ਜੀ ਆਹ ਦੇਖ ਰਹੇ ਹੋ ਇੱਧਰ ਇਹ ਕੀ ਹੈ ਤੁਹਾਡੀ ਲੈਫਟ ਸਾਈਡ ਦੀ ਟੈਂਪੋਰਲ ਬੋਨ ਠੀਕ ਹੈ ਕਲੀਅਰ ਹੋ ਰਿਹਾ ਕਲੀਅਰ ਹੋ ਰਿਹਾ ਯੈਸ ਸਰ ਓਕੇ ਦੈਨ ਨੈਕਸਟ ਸਾਡੇ ਕੋ ਇਹ ਤੁਸੀਂ ਦੇਖ ਰਹੇ ਹੋ ਵਾਲੀ ਹੱਡੀ ਪਿੱਛੇ ਵਾਲੀ ਆਹ ਵਾਲੀ ਇੱਦਾਂ ਇਹ ਕੀ ਹੈ ਤੁਹਾਡੀ ਆਕਸੀਪਿਟਲ ਕੀ ਇਹਨੂੰ ਬੋਲਦੇ ਆਕਸੀਪਿਟਲ ਬੋਨ ਠੀਕ ਹੈ ਜੀ ਐਂਡ ਹੁਣ ਸਾਡੇ ਕੋ ਟੋਟਲ ਕਿੰਨੀਆਂ ਹੋ ਚੁੱਕੀਆਂ ਹਾਲੇ ਤੱਕ ਆਪਾਂ ਫਰੰਟਲ ਦੀ ਗੱਲ ਕਰ ਲਈ 2 ਪਰਾਈਟਲ ਦੀ ਗੱਲ ਕਰ ਲਈ ਟੈਂਪੋਰਲ ਦੀ ਗੱਲ ਕਰ ਲਈ ਤੇ 1 ਆਕਸੀਪਿਟਲ ਦੀ ਗੱਲ ਕਰ ਲਈ ਟੋਟਲ ਹੁਣ ਕਿੰਨੀਆਂ ਹੋ ਗਈਆਂ ਸਾਡੇ ਕੋਲ 6 ਹੋ ਗਈਆਂ ਤੇ 2 ਰਹਿ ਗਈਆਂ ਹੁਣ 2 ਕਿਹੜੀਆਂ ਰਹਿ ਗਈਆਂ ਇਹ ਦੇਖ ਰਹੇ ਹੋ ਇਹ ਟੈਂਪੋਰਲ ਆ ਟੈਂਪੋਰਲ ਦੇ ਬਿਲਕੁਲ ਨਾਲ ਤੁਸੀਂ ਦੇਖ ਰਹੇ ਹੋ ਇਹ ਵਾਲੀ ਜਿਹੜੀ ਹੱਡੀ ਹੈ ਇਹਨੂੰ ਬੋਲਦੇ ਆ ਸਫੈਨੋਇਡ ਕਿਹੜੀ ਹੈ ਇਹ ਸਫੈਨੋਇਡ ਇਹ 1 ਹੀ ਹੱਡੀ ਹੁੰਦੀ ਆ ਇਹ ਬਟਰਫਲਾਈ ਵਾਂਗੂ ਹੁੰਦੀ ਆ ਤੁਹਾਨੂੰ ਕੁਐਸਚਨ ਆ ਜਾਏ ਕਿ ਜਿਹੜੀ ਸਾਡੇ ਸਕਲ ਦੇ ਵਿੱਚ ਬਟਰਫਲਾਈ ਵਾਂਗੂ ਕਿਹੜੀ ਹੱਡੀ ਆ ਤੇ ਤੁਸੀਂ ਆਪਸ਼ਨ ਕੀ ਮਾਰਕ ਕਰਨਾ ਹੈ ਸਫੈਨੋਇਡ ਠੀਕ ਹੈ ਜੀ 1 ਹੀ ਹੱਡੀ ਆ ਇਹ ਸਫੈਨੋਇਡ ਇੱਧਰ ਮਤਲਬ ਇਹ ਇਕੱਠੀ ਹੁੰਦੀ ਆ ਤੁਸੀਂ ਦੇਖੋ ਮੈਂ ਇੱਥੇ ਕਲਿੱਕ ਕਰ ਰਿਹਾ ਤੇ
ਆਹ ਵੇਖੋ ਇੱਧਰ ਵਾਲੀ ਸਾਈਡ ਵੀ ਹੈਗੀ ਹੈ ਇੱਧਰ ਵਾਲੀ, ਬਟ ਇਹ ਹੱਡੀ ਇਕੱਠੀ ਹੈ, ਠੀਕ ਹੈ, ਇਹਨੂੰ ਆਪਾਂ ਇਹ ਨਹੀਂ ਕਹਾਂਗੇ ਰਾਈਟ ਸਾਈਡ ਦੀ ਹੈ ਲੈਫਟ ਸਾਈਡ ਦੀ ਹੈ, ਠੀਕ ਹੈ, ਇਹ ਕੀ ਹੈ ਸਪੈਨੋਇਡ, ਸੱਤ ਹੋ ਗਈਆਂ। ਹੁਣ ਇੱਕ ਰਹਿ ਗਈ ਸਾਡੇ ਕੋਲ, ਕਿਹੜੀ ਰਹਿ ਗਈ, ਇਹ ਦੇਖ ਰਹੇ ਹੋ ਤੁਸੀਂ, ਇਹਨੂੰ ਬੋਲਦੇ ਹੈ ਐਥਮੋਇਡ, ਤੁਹਾਡੀ ਅੱਖ ਦੇ ਵਿੱਚ, ਹੈ ਨਾ, ਐਥ ਮਤਲਬ ਅੱਖ ਤੋਂ ਯਾਦ ਰੱਖਣਾ, ਐਥ ਮਤਲਬ ਅੱਖ ਦੇ ਵਿੱਚ ਜਿਹੜੀ ਹੱਡੀ ਹੈ ਐਥਮੋਇਡ, ਇੱਧਰ ਇਹ ਵੀ ਇੱਕ ਹੀ ਹੱਡੀ ਹੈ, ਦੇਖੋ ਕਲਿੱਕ ਕੀਤਾ ਮੈਂ, ਇੱਕ ਤੇ ਕਲਿੱਕ ਕੀਤਾ ਹੋਇਆ ਉੱਧਰ, ਇੱਧਰ ਵੀ ਮਤਲਬ ਇਹਦਾ ਕਲਰ ਚੇਂਜ ਕੀਤਾ, ਇੱਧਰ ਵੀ ਕਲਰ ਚੇਂਜ ਕੀਤਾ, ਮਤਲਬ ਇੱਕ ਹੀ ਹੈ, ਇੱਕ ਹੱਡੀ ਹੈ ਸਾਡੇ ਕੋਲ, ਦਿਖ ਰਿਹਾ ਕਿ ਨਹੀਂ, ਠੀਕ ਹੈ ਜੀ। ਸੋ ਇਹ ਸਾਡੇ ਕੋਲ ਕ੍ਰੇਨੀਅਮ ਦੀਆਂ ਹੱਡੀਆਂ ਹੋ ਗਈਆਂ ਨੇ। ਕੋਈ ਡਾਊਟ ਹੈਗਾ ਤੇ ਪੁੱਛ ਸਕਦੇ ਹੋ, ਜੇ ਕੁਛ ਨਹੀਂ ਸਮਝ ਲੱਗਿਆ ਤੇ ਆਪਾਂ ਦੁਬਾਰਾ ਇਹਨੂੰ ਕਰਦੇ ਹਾਂ, ਨਹੀਂ ਤਾਂ ਅੱਗੇ ਵੱਧਦੇ ਹਾਂ। ਦੱਸੋ ਆਲ ਕਲੀਅਰ? ਹਾਂਜੀ ਸਰ। ਅਨੂ ਮੈਮ? ਹਾਂਜੀ ਹਾਂਜੀ ਸਰ, ਕਲੀਅਰ ਹੈ। ਓਕੇ ਓਕੇ, ਨੈਕਸਟ ਹੁਣ ਆਪਾਂ ਗੱਲ ਕਰਨੀ ਹੈ ਸਾਡੀ ਫੇਸ਼ੀਅਲ ਬੋਨਸ ਦੇ ਬਾਰੇ ਦੇ ਵਿੱਚ। ਸੋ ਪਹਿਲਾਂ ਆਪਾਂ ਚੱਲਦੇ ਹਾਂ ਸਾਡੀ PDF ਤੇ। ਓਕੇ, ਸੋ PDF ਤੇ ਚੱਲਦੇ ਹਾਂ, ਮੈਂ ਵਿਊ ਰੀਡ ਮੋਡ ਕਰ ਦਿੰਦਾ। ਸੋ ਇੱਕ ਵਾਰੀ ਆਪਾਂ ਟਿਕ ਕਰ ਦਿੰਦੇ ਹਾਂ ਕਿ ਸਾਡੀਆਂ ਵਾਲੀਆਂ ਹੋ ਗਈਆਂ, ਕ੍ਰੇਨੀਅਮ ਫਰੰਟਲ ਕਰ ਲਈ, ਪਰਾਈਟਲ ਕਰ ਲਈ, ਦੈਨ ਨੈਕਸਟ ਟੈਂਪੋਰਲ ਹੋ ਗਈ, ਆਕਸੀਪਿਟਲ ਹੋ ਗਈ, ਸਪੈਨੋਇਡ ਹੋ ਗਈ ਤੇ ਐਥਮੋਇਡ ਹੋ ਗਈ। ਠੀਕ ਹੈ, ਇਹ ਦੇਖੋ ਇੱਧਰ ਡਾਇਗਰਾਮ ਵੀ ਹੈਗਾ, ਤੁਸੀਂ ਤੁਹਾਡਾ ਕੰਮ ਕੀ ਹੈ, ਤੁਸੀਂ ਮਾਰਕਿੰਗ ਕਰਨੀ ਹੈ, ਇਹਦੀ ਤੁਹਾਡੀ ਅਸਾਈਨਮੈਂਟ ਆ। ਠੀਕ ਹੈ, ਇਹਦੇ ਵਿੱਚ ਹੀ ਅਸਾਈਨਮੈਂਟ ਆ, ਠੀਕ ਹੈ, ਅਲੱਗ ਤੋਂ ਅਸਾਈਨਮੈਂਟ ਨਹੀਂ ਦਊਂਗਾ, ਇਹਦੇ ਵਿੱਚ ਹੀ ਅਸਾਈਨਮੈਂਟ ਆ। ਤੁਸੀਂ ਇਹ ਇਕੱਲੇ ਇਕੱਲੇ ਪਾਰਟ ਦੀ ਮਾਰਕਿੰਗ ਕਰਨੀ ਹੈ, ਠੀਕ ਹੈ, ਜਿਹੜੇ ਨੋਟਸ ਹੈਗੇ ਆ PDF, ਹੈ ਨਾ, ਉਹ ਤੁਸੀਂ ਸਿਰਫ ਉਹਦਾ ਪ੍ਰਿੰਟ ਆਊਟ ਨਹੀਂ ਕਢਾ ਸਕਦੇ, ਹੈ ਨਾ, ਨਾ ਉਹਦਾ ਸਕਰੀਨਸ਼ੋਟ ਲੈ ਸਕਦੇ, ਬਟ ਮੈਂ ਸੈਪਰੇਟਲੀ ਤੁਹਾਨੂੰ ਵਟਸਐਪ ਗਰੁੱਪ ਆਪਾਂ ਬਣਾ ਲਾਂਗੇ, ਉਹਦੇ ਵਿੱਚ ਇਹਦੇ ਮੈਂ ਤੁਹਾਨੂੰ ਨੋਟਸ ਦੇ ਦੂੰਗਾ, ਤੁਸੀਂ ਉਹਦੇ ਪ੍ਰਿੰਟ ਆਊਟਸ ਕਢਾ ਲਿਓ, ਠੀਕ ਹੈ ਨਾ, ਤੁਹਾਡੇ ਵਾਸਤੇ ਉਹ ਬੈਨੀਫਿਸ਼ੀਅਲ ਰਹੇਗਾ। ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਫੇਸ ਦੀਆਂ ਬੋਨਸ। ਫੇਸ ਦੇ ਵਿੱਚ ਸਾਡੇ ਕੋਲ ਕਿੰਨੀਆਂ ਨੇ? ਫੇਸ ਦੇ ਵਿੱਚ ਸਾਡੇ ਕੋਲ ਟੋਟਲ 14 ਬੋਨਸ ਨੇ, 14 ਹੱਡੀਆਂ ਹੁੰਦੀਆਂ ਨੇ। ਸੋ ਦੋ ਸਾਡੇ ਨੱਕ ਦੇ ਵਿੱਚ ਹੱਡੀਆਂ ਹੁੰਦੀਆਂ ਨੇ, ਜਿਹਨੂੰ ਆਪਾਂ ਕੀ ਬੋਲਦੇ ਹਾਂ, ਨੈਸਲ, ਠੀਕ ਹੈ, ਨੈਸਲ ਦੋ ਹੋ ਗਈਆਂ। ਦੈਨ ਦੋ ਮੈਕਸੀਲਰੀ, ਮੈਕਸੀਲਰੀ ਬੋਲ ਦੋ ਜਾਂ ਮੈਕਸੀਲਾ ਬੋਲ ਦੋ, ਥੋੜੇ ਨਾਮ ਔਖੇ ਆ, ਪਰ ਜਿੱਦਾਂ ਜਿੱਦਾਂ ਤੁਸੀਂ ਲਿਖੋਗੇ ਇਹਨਾਂ ਨੂੰ ਤੁਹਾਨੂੰ ਯਾਦ ਹੋ ਜਾਣੇ ਆ, ਠੀਕ ਹੈ। ਆਪਾਂ ਬਹੁਤ ਜ਼ਿਆਦਾ ਜਿੱਦਾਂ UGC ਨੈਟ ਦੇ ਵਿੱਚ ਆਪਾਂ ਕਵਰ ਕੀਤਾ ਸੀ, ਉਨਾ ਨਹੀਂ ਕਵਰ ਕਰਨਾ, ਇਹਦੇ ਵਿੱਚ ਸਿਰਫ ਬੇਸਿਕ ਬੇਸਿਕ ਕਵਰ ਕਰਨਾ, ਇਹ ਬੇਸਿਕ, ਠੀਕ ਹੈ। ਸੋ ਮੈਕਸੀਲਰੀ, ਇਹਨੂੰ ਆਪਾਂ ਮੈਕਸੀਲਾ ਵੀ ਬੋਲ ਦਿੰਦੇ ਹਾਂ, ਮੈਕਸੀਲਾ, ਠੀਕ ਹੈ ਜੀ। ਉਸ ਤੋਂ ਬਾਅਦ ਜ਼ੈਗੋਮੈਟਿਕ, ਠੀਕ ਹੈ, ਜ਼ੈਗੋਮੈਟਿਕ ਇਹ ਵੀ ਦੋ ਗੁਣੇ ਸਾਡੇ ਕੋਲ। ਉਸ ਤੋਂ ਬਾਅਦ ਮੈਂਡੇਬਲ, ਹੈ ਨਾ, ਜਿਹੜੀ ਆਹ ਵਾਲੀ ਹੱਡੀ ਹੈ ਤੁਹਾਡੀ ਥੋਡੀ ਵਾਲੀ ਹੁੰਦੀ ਹੈ ਨਾ, ਆਹ ਵਾਲੀ, ਇਹਨੂੰ ਮੈਂਡੇਬਲ ਬੋਲਦੇ ਹਾਂ, ਜਦੋਂ ਤੁਸੀਂ ਚਬਾਉਂਦੇ ਹੋ ਚੀਜ਼ਾਂ ਨੂੰ, ਹੈ ਨਾ, ਚਬਾਉਣ ਵਾਸਤੇ, ਚੂ ਕਰਨ ਵਾਸਤੇ, ਚੂ ਕਰਨ ਵਾਸਤੇ ਮੈਂਡੇਬਲ। ਉਸ ਤੋਂ ਬਾਅਦ ਲੈਕਰੀਮਲ, ਲੈਕਰੀਮਲ ਵੀ ਤੁਹਾਡੇ ਕੋਲ ਦੋ ਨੇ। ਸੋ ਕਿੰਨੀਆਂ ਹੋ ਗਈਆਂ? ਦੋ ਨੈਸਲ, ਦੋ ਮੈਕਸੀਲਰੀ, ਦੋ ਜ਼ੈਗੋਮੈਟਿਕ, ਇੱਕ ਮੈਂਡੇਬਲ ਤੇ ਦੋ ਲੈਕਰੀਮਲ, ਦੋ ਤੇ ਦੋ ਚਾਰ ਅੱਠ ਨੌ ਹੱਡੀਆਂ ਸਾਡੇ ਕੋਲ ਇੱਥੇ ਹੋ ਚੁੱਕੀਆਂ ਨੇ, ਟੋਟਲ ਕਿੰਨੀਆਂ ਨੇ? 14। ਥੱਲੇ ਚੱਲਦੇ ਹਾਂ, ਸਾਡੇ ਕੋਲ ਕੀ ਆ ਇੱਥੇ? ਪੈਲਾਟਾਈਨ, ਕੀ ਆ? ਪੈਲਾਟਾਈਨ, ਪੈਲਾਟਾਈਨ ਦੋ ਹੁੰਦੀਆਂ ਨੇ ਸਾਡੇ ਕੋਲ। ਉਸ ਤੋਂ ਬਾਅਦ ਇਨਫੀਰੀਅਰ ਨੈਸਲ ਕੌਂਚਾ, ਠੀਕ ਹੈ, ਇਨਫੀਰੀਅਰ ਨੈਸਲ ਕੌਂਚਾ, ਇਹ ਵੀ ਸਾਡੇ ਕੋਲ ਦੋ ਹੁੰਦੀਆਂ ਨੇ। ਉਸ ਤੋਂ ਬਾਅਦ ਸਾਡੇ ਕੋਲ ਕਿਹੜੀ ਆ? ਪੋਮਰ। ਹੁਣ ਤੁਸੀਂ ਆਪਣਾ ਸਿਰ ਫੜੋਗੇ, ਸਰ ਇੰਨੀਆਂ ਕਿੱਦਾਂ ਯਾਦ ਕਰਾਂਗੇ, ਇੰਨੇ ਔਖੇ ਔਖੇ ਨਾਮ,
ਹਨਾ। ਮੈਂ ਤੁਹਾਨੂੰ ਦੱਸ ਰਿਹਾ ਕਿ ਸਿਰਫ ਤੁਸੀਂ ਕੁਛ ਨਹੀਂ ਕਰਨਾ, ਇਹਨਾਂ ਨੂੰ ਲਿਖਣਾ ਆ। ਮੈਂ ਤੁਹਾਨੂੰ ਇਹਦੀ ਪੋਜੀਸ਼ਨਿੰਗ ਦੱਸ ਦੇਣੀ ਆ, ਕਿਉਂਕਿ ਪੋਜੀਸ਼ਨ ਦੱਸਣ ਨਾਲ ਤੁਹਾਨੂੰ ਪਤਾ ਹੋਵੇਗਾ ਨਾ ਕਿ ਆਹ ਵਾਲੀ ਹੱਡੀ ਕਿੱਥੇ ਹੈਗੀ ਆ, ਹਨਾ, ਉਹਦੇ ਪਿੱਛੇ ਮੀਨਿੰਗ ਕੀ ਬਣ ਰਿਹਾ, ਤੇ ਸਾਨੂੰ ਜਲਦੀ ਯਾਦ ਹੋ ਜਾਏਗੀ। ਠੀਕ ਹੈ, ਸੋ ਉਹਦੀ ਤੁਹਾਨੂੰ ਮੈਂ ਪੋਜੀਸ਼ਨਿੰਗ ਦੱਸ ਦਿੰਦਾ। ਇੱਕ ਮਿੰਟ ਰੁਕਿਓ ਜੀ, ਰੱਖ ਸੋ ਹੁਣ ਆਪਾਂ ਗੱਲ ਕਰਨੀ ਸਭ ਤੋਂ ਪਹਿਲਾਂ ਨੈਸਲ ਬੋਨਸ। ਠੀਕ ਹੈ ਜੀ, ਮੈਂ ਸਭ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ, ਕਿਉਂਕਿ ਕੁਛ ਹੱਡੀਆਂ ਜਿਹੜੀਆਂ ਹੈਗੀਆਂ ਉਹ ਅੰਦਰ ਵੱਲ ਨੂੰ ਆ, ਸੋ ਕਈ ਚੀਜ਼ਾਂ ਸਾਨੂੰ ਕੀ ਕਰਨੀਆਂ ਪੈਣਗੀਆਂ, ਇੱਥੇ ਹਾਈਡ ਕਰਨੀਆਂ ਪੈਣਗੀਆਂ। ਆਪਾਂ ਫਰੰਟਲ ਬੋਨ ਹਾਈਡ ਕਰ ਦਿੰਦੇ ਹਾਂ, ਆਪਾਂ ਪਰਾਈਟਲ ਵੀ ਹਾਈਡ ਕਰ ਦਿੰਦੇ, ਸੋਰੀ ਹਾਈਡ ਕਰ ਦਿੰਦੇ ਹਾਂ, ਇਹ ਵਾਲੀ ਪਰਾਈਟਲ ਵੀ ਹਾਈਡ ਕਰ ਦਿੰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਆਹ ਵਾਲੀ ਬੋਨ, ਦੇਖ ਰਹੇ ਹੋ ਤੁਸੀਂ ਆਹ ਵਾਲੀ, ਇੱਥੇ ਹੱਥ ਲਾਓ ਆਪਣੇ, ਇਹ ਵਾਲੀ ਬੋਨ ਦੇਖੋ, ਇਹਦਾ ਨਾਮ ਕੀ ਹੈ, ਜ਼ੈਗੋਮੈਟਿਕ। ਕੀ ਆ, ਮੈਂ ਇੱਥੇ ਲਿਖ ਦਿੰਦਾ, ਜ਼ੈਗੋਮੈਟਿਕ ਬੋਨ। ਇੱਕ ਤੁਹਾਡੇ ਇੱਧਰ ਵਾਲੀ ਸਾਈਡ ਆ, ਇੱਕ ਤੁਹਾਡੇ ਇੱਧਰ ਵਾਲੀ ਸਾਈਡ ਆ। ਠੀਕ ਹੈ ਜੀ, ਇਹਨੂੰ ਕੀ ਬੋਲਦੇ ਆ ਆਪਾਂ, ਜ਼ੈਗੋਮੈਟਿਕ ਬੋਨ। ਉਸ ਤੋਂ ਬਾਅਦ ਆਪਾਂ ਗੱਲ ਕਰੀਏ, ਇਹ ਸਾਡੇ ਕੋਲ ਕਿੰਨੀਆਂ ਹੋ ਗਈਆਂ, ਦੋ। ਠੀਕ ਹੈ, ਦੈਨ ਨੈਕਸਟ ਆਪਾਂ ਗੱਲ ਕਰਦੇ ਹਾਂ, ਇੱਧਰ ਵੀ ਮੈਂ ਦਿਖਾ ਦਿੰਦਾ, ਆ ਵੇਖੋ ਇਹ ਵੀ ਕੀ ਹੈ, ਜ਼ਾਈਗੋਮੈਟਿਕ। ਇੰਨਾ ਠੀਕ ਹੈ ਜ਼ੂਮ, ਇੰਨਾ ਜ਼ੂਮ ਸਹੀ ਹੈ। ਹਾਂਜੀ ਸਰ। ਓਕੇ, ਸੋ ਇਹ ਜ਼ਾਈਗੋਮੈਟਿਕ ਇੱਧਰ ਵੀ, ਜ਼ਾਈਗੋਮੈਟਿਕ ਇੱਧਰ ਵੀ। ਉਸ ਤੋਂ ਬਾਅਦ ਆਹ ਵਾਲੀ ਬੋਨ ਦੇਖ ਰਹੇ ਹੋ, ਠੀਕ ਹੈ, ਇਹ ਵਾਲੀ ਦੇਖੋ, ਇਹਨੂੰ ਬੋਲਦੇ ਆਪਾਂ ਮੈਕਸੀਲਾ, ਜਿਹੜੀ ਆਹ ਆਹ ਵਾਲੀ ਹੱਡੀਆਂ, ਹੱਥ ਲਾਓ ਇੱਥੇ, ਫੀਲ ਹੋ ਰਹੀ ਹੱਡੀ ਹਨਾ, ਜਿਹੜੀ ਤੁਹਾਡੇ ਉੱਪਰਲੇ ਦੰਦਾਂ ਦੇ ਉੱਪਰ ਆ ਜਿਹੜੀ ਹੱਡੀ, ਇਹਨੂੰ ਕੀ ਬੋਲਦੇ ਆ, ਮੈਕਸੀਲਾ। ਇੱਕ ਇੱਧਰ, ਇੱਕ ਇੱਧਰ, ਟੋਟਲ ਕਿੰਨੀਆਂ ਹੋ ਗਈਆਂ ਸਾਡੇ ਕੋਲੇ, ਦੋ ਜ਼ੈਗੋਮੈਟਿਕ, ਦੋ ਮੈਕਸੀਲਾ, ਮਤਲਬ ਟੋਟਲ ਹੋ ਗਈਆਂ ਸਾਡੇ ਕੋਲੇ ਚਾਰ। ਉਸ ਤੋਂ ਬਾਅਦ ਆਹ ਦੇਖ ਰਹੇ ਹੋ, ਇਹ ਕੀ ਹੈ ਸਾਡੀ, ਮੈਂਡੇਬਲ, ਆਹ ਵਾਲੀ ਥੋਡੀ ਵਾਲੀ ਜਿਹੜੀ ਹੱਡੀ ਹੁੰਦੀ ਹੈ, ਜੋ ਬੋਨ, ਮੈਂਡੇਬਲ। ਸੋ ਮੈਕਸੀਲਾ ਤੇ ਮੈਂਡੇਬਲ ਇਕੱਠੇ ਮਿਲ ਕੇ ਕੀ ਕੰਮ ਕਰ ਰਹੀਆਂ ਨੇ, ਖਾਣਾ ਖਾਂਦੇ ਹੋ ਨਾ ਤੁਸੀਂ, ਚਬਾਉਣਾ, ਚਿਊ ਕਰਨਾ, ਓਕੇ। ਦੰਦਾਂ ਬਾਰੇ ਵੀ ਗੱਲ ਕਰਾਂਗੇ, ਦੰਦ ਬਹੁਤ ਸੋਹਣੇ ਆ, ਦੇਖੋ ਕਿੰਨਾ ਸੋਹਣਾ ਹੱਸ ਰਿਹਾ ਹੈ, ਇਹਦੇ ਬਾਰੇ ਵੀ ਗੱਲ ਕਰਾਂਗੇ। ਠੀਕ ਹੈ, ਤੁਹਾਡੇ ਇਨਸੀਜ਼ਰ ਕਿਹੜੇ ਹੁੰਦੇ ਆ, ਹਨਾ, ਪ੍ਰੀ ਮੋਲਰ, ਮੋਲਰ, ਸਾਰਿਆਂ ਬਾਰੇ ਗੱਲ ਕਰਾਂਗੇ, ਇਹ ਕੁਸ਼ਚਨ ਪੁੱਛੇ ਜਾਂਦੇ ਨੇ। ਉਸ ਤੋਂ ਬਾਅਦ ਹੁਣ ਸਾਡੇ ਕੋਲ ਕਿੰਨੀਆਂ ਹੋ ਗਈਆਂ, ਦੋ ਇੱਧਰ, ਆਹ ਵਾਲੀ ਤੇ ਆਹ ਵਾਲੀ, ਆਹ ਵਾਲੀ ਤੇ ਆਹ ਵਾਲੀ, ਆਹ ਵਾਲੀ, ਮਤਲਬ ਟੋਟਲ ਪੰਜ ਹੱਡੀਆਂ ਆਪਾਂ ਪੜ੍ਹ ਲਈਆਂ। ਉਸ ਤੋਂ ਬਾਅਦ ਤੁਹਾਡੀਆਂ ਨੱਕ ਦੀਆਂ ਹੱਡੀਆਂ ਆਪਾਂ ਦੇਖਣੀਆਂ। ਮੈਂ ਹੁਣ ਇੱਦਾਂ ਕਰਦਾ, ਇਹਨੂੰ ਹਾਈਡ ਕਰ ਦਿੰਦਾ, ਤੇ ਇਹਨੂੰ ਵੀ ਹਾਈਡ ਕਰ ਦਿੰਦਾ, ਇਹਨੂੰ ਵੀ ਹਾਈਡ ਕਰ ਦਿੰਦੇ ਹਾਂ, ਤੇ ਇਹਨੂੰ ਵੀ ਹਾਈਡ ਕਰ ਦਿੰਦੇ ਹਾਂ। ਠੀਕ ਹੈ, ਹੁਣ ਆਹ ਦੇਖ ਰਹੇ ਹੋ ਤੁਸੀਂ, ਨੱਕ ਤੇ ਜਿਹੜੀ ਤੁਹਾਡੀ ਹੱਡੀਆਂ, ਹੱਥ ਲਗਾਓ, ਹੈਗੀਆਂ ਕਿ ਨਹੀਂ ਹੈਗੀਆਂ, ਹੈਗੀਆਂ ਨੇ ਸਾਰਿਆਂ ਦੇ। ਆਹ ਵਾਲੀ ਬੋਨ ਦੇਖ ਰਹੇ ਹੋ ਤੁਸੀਂ, ਇਹ ਕਿਹੜੀ ਹੈ ਸਾਡੀ, ਨੈਸਲ ਬੋਨ, ਕਿਹੜੇ ਸਾਈਡ ਦੀ, ਰਾਈਟ ਸਾਈਡ ਦੀ। ਆਹ ਵਾਲੀ ਬੋਨ ਦੇਖ ਰਹੇ ਹੋ, ਇਹ ਕਿਹੜੀ ਹੈ ਸਾਡੀ, ਨੈਸਲ ਬੋਨ, ਕਿਹੜੇ ਸਾਈਡ ਦੀ, ਲੈਫਟ ਸਾਈਡ ਦੀ। ਸੋ ਟੋਟਲ ਸਾਡੇ ਕੋਲ ਇਹ ਕਿਹੜੀ ਆ ਗਈ, ਨੈਸਲ। ਕਲੀਅਰ, ਠੀਕ ਹੈ, ਦੋ ਨੈਸਲ ਹੋ ਗਈਆਂ ਸਾਡੇ ਕੋਲ, ਟੋਟਲ ਆਪਾਂ ਸੱਤ ਹੋ ਚੁੱਕੀਆਂ ਨੇ।
ਉਸ ਤੋਂ ਬਾਅਦ ਆਹ ਵਾਲੀ ਬੋਨ ਦੇਖ ਰਹੇ ਹੋ, ਮੈਂ ਥੋੜਾ ਜਿਹਾ ਇਹਨੂੰ ਟਿਲਟ ਕਰਦਾ, ਥੋੜਾ ਜਿਹਾ ਟਿਲਟ ਕਰਦਾ ਮੈਂ, ਦਿਖ ਰਿਹਾ ਸਹੀ ਹੈ ਨਾ? ਆਹ ਦੇਖ ਰਹੇ ਹੋ ਤੁਸੀਂ ਬੋਨ, ਨੈਸਲ ਬੋਨ ਤੋਂ ਥੱਲੇ, ਨੈਸਲ ਬੋਨ ਤੋਂ ਕੀ ਥੱਲੇ, ਇਹਨੂੰ ਬੋਲਦੇ ਆ ਇਨਫੀਰੀਅਰ ਨੈਸਲ ਕੋਨਕਾ, ਠੀਕ ਹੈ? ਕੀ ਬੋਲਦੇ ਆ? ਇਨਫੀਰੀਅਰ, ਇਨਫੀਰੀਅਰ ਕਿਉਂ ਬੋਲ ਰਹੇ ਹਾਂ? ਕਿਉਂਕਿ ਇਹ ਥੱਲੇ ਆ, ਕਿਹਦੇ ਥੱਲੇ ਆ? ਨੈਸਲ ਬੋਨ ਦੇ ਥੱਲੇ, ਇਨਫੀਰੀਅਰ ਨੈਸਲ ਕੋਨਚਾ, ਠੀਕ ਹੈ? ਇਨਫੀਰੀਅਰ ਨੈਸਲ ਕੋਨਚਾ, ਇੱਧਰ ਵੀ ਤੁਹਾਡੇ ਰਾਈਟ ਤੇ ਲੈਫਟ ਸਾਈਡ ਦੇ ਵਿੱਚ ਇਨਫੀਰੀਅਰ ਨੈਸਲ ਕੋਨਚਾ। ਇਹ ਇਨਫੀਰੀਅਰ ਨੈਸਲ ਕੋਨਚਾ ਦੇ ਵਿੱਚ ਆਹ ਵਾਲੀ ਹੱਡੀ ਦੇਖ ਰਹੇ ਹੋ ਤੁਸੀਂ, ਆਹ ਵਾਲੀ, ਇੱਥੇ ਕਲਿੱਕ ਕਰਦਾ, ਦਿਖ ਰਹੀ ਹੈ ਇਹ ਵਾਲੀ ਹੱਡੀ? ਇਹਨੂੰ ਆਪਾਂ ਬੋਲਦੇ ਹਾਂ ਫੋਮਰ। ਕੀ ਬੋਲਦੇ ਹਾਂ? ਵਾਮਰ, ਠੀਕ ਹੈ ਜੀ? ਇਨਫੀਰੀਅਰ ਨੈਸਲ ਕੋਨਚਾ, ਵਾਮਰ ਨੈਸਲ ਬੋਨ। ਹੁਣ ਸਾਡੀ ਕਿਹੜੀ ਰਹਿ ਗਈ ਆ ਦੱਸੋ? ਦੋ ਹੱਡੀਆਂ ਹੋਰ ਰਹਿ ਗਈਆਂ ਸਾਡੀਆਂ, ਟੋਟਲ ਕਿੰਨੀਆਂ ਹੋ ਚੁੱਕੀਆਂ ਸਾਡੀਆਂ? ਟੋਟਲ ਕਿੰਨੀਆਂ ਹੋ ਗਈਆਂ? ਜ਼ਾਈਗੋਮੈਟਿਕ ਪੜ੍ਹ ਲਈਆਂ ਦੋ, ਮੈਕਸੀਲਾ ਪੜ੍ਹ ਲਈਆਂ ਦੋ, ਉਸ ਤੋਂ ਬਾਅਦ ਮੈਂਡੇਬਲ ਪੜ੍ਹ ਲਈ ਆਪਾਂ, ਕਿੰਨੀਆਂ? ਪੰਜ ਹੋ ਗਈਆਂ। ਦੋ ਨੈਸਲ ਪੜ੍ਹ ਲਈਆਂ, ਕਿੰਨੀਆਂ ਹੋ ਗਈਆਂ? ਸੱਤ ਹੋ ਗਈਆਂ, ਅੱਠ ਹੋ ਗਈਆਂ, ਠੀਕ ਹੈ? ਦੋ ਆਪਾਂ ਪੜ੍ਹ ਲਈਆਂ, ਇਨਫੀਰੀਅਰ ਬੋਲੋ, ਇਨਫੀਰੀਅਰ ਨੈਸਲ ਕੋਨਚਾ, ਠੀਕ ਹੈ? ਕਿੰਨੀਆਂ ਹੋ ਗਈਆਂ? ਦਸ ਹੋ ਗਈਆਂ, ਮਤਲਬ ਚਾਰ ਰਹਿ ਗਈਆਂ ਨੇ। ਹੁਣ ਚਾਰ ਕਿਹੜੀਆਂ ਕਿਹੜੀਆਂ ਨੇ, ਮਤਲਬ ਉਹ ਵੀ ਪੇਅਰਸ ਦੇ ਵਿੱਚ ਆ। ਹੁਣ ਮੈਂ ਇੱਥੇ ਕਰ ਰਿਹਾ ਥੋੜਾ ਜਿਹਾ, ਇਹ ਹੱਡੀ ਦੇਖ ਰਹੇ ਹੋ ਤੁਸੀਂ, ਆਹ ਵਾਲੀ ਹੱਡੀ, ਆਹ ਵਾਲੀ ਹੱਡੀ, ਠੀਕ ਹੈ? ਨੈਸਲ ਬੋਨ ਤੋਂ ਥੋੜਾ ਜਿਹਾ ਪਿੱਛੇ ਆਹ ਵਾਲੀ ਹੱਡੀ ਤੁਸੀਂ ਦੇਖ ਰਹੇ ਹੋ, ਦਿਖ ਰਹੀ ਹੈ ਇੱਧਰ ਤੁਹਾਨੂੰ? ਇਹਨੂੰ ਆਪਾਂ ਬੋਲਦੇ ਹਾਂ ਲੈਕਰੀਮਲ ਬੋਨ। ਕਿਹੜੀ ਬੋਨ? ਮੈਂ ਇੱਥੇ ਲਿਖ ਦਿੰਦਾ, ਇਹਨੂੰ ਬੋਲਦੇ ਹਾਂ ਆਪਾਂ ਲੈਕਰੀਮਲ। ਇਹ ਰਾਈਟ ਸਾਈਡ ਤੇ ਵੀ ਹੈਗੀ ਆ ਤੇ ਤੁਹਾਡੇ ਇਹ ਇੱਧਰ ਥੋੜਾ ਜਿਹਾ ਨੂੰ ਆਪਾਂ ਇੱਦਾਂ ਕਰਕੇ ਲੈਫਟ ਸਾਈਡ ਤੇ ਵੀ ਹੈਗੀ ਆ। ਸੋ ਰਾਈਟ ਸਾਈਡ ਤੇ ਵੀ ਆ, ਲੈਫਟ ਸਾਈਡ ਤੇ ਵੀ ਆ, ਇਹਨੂੰ ਆਪਾਂ ਬੋਲਦੇ ਹਾਂ ਲੈਕਰੀਮਲ ਬੋਨ। ਉਸ ਤੋਂ ਬਾਅਦ ਲਾਸਟ ਸਾਡੇ ਕੋਲ ਆਹ ਵਾਲੀ ਹੱਡੀ ਦੇਖ ਰਹੇ ਹੋ ਤੁਸੀਂ, ਹੈ ਨਾ? ਆਹ ਵਾਲੀ ਹੱਡੀ ਤੁਹਾਡਾ ਮੂੰਹ ਹੈਗਾ ਨਾ, ਮੂੰਹ, ਜਦੋਂ ਆਪਾਂ ਖਾਂਦੇ ਹਾਂ ਖਾਣਾ ਤੇ ਪੈਲਟ ਹੁੰਦੀ ਆ, ਹਾਰਡ ਪੈਲਟ, ਸੋਫਟ ਪੈਲਟ, ਜੀਭ ਲਗਾਓ ਉੱਪਰ ਤਾਲੂ ਦੇ, ਹੈਗੀ ਨਾ ਤਾਲੂ, ਹੈਗਾ ਕਿ ਨਹੀਂ ਸਾਰਿਆਂ ਦੇ, ਇਹਨੂੰ ਪੈਲਟ ਬੋਲਦੇ ਆ, ਠੀਕ ਹੈ? ਸੋ ਆਹ ਪੈਲਟ ਤੋਂ ਯਾਦ ਰੱਖਣਾ, ਇਹ ਕੀ ਆ? ਪੈਲਾਟਾਈਨ ਬੋਨ, ਠੀਕ ਹੈ? ਰਾਈਟ ਪੈਲਾਟਾਈਨ ਇੱਧਰ, ਲੈਫਟ ਪੈਲਾਟਾਈਨ, ਠੀਕ ਹੈ? ਇਹ ਪੈਲਾਟਾਈਨ ਕੀ ਕਰਦੀ? ਤੁਹਾਡੇ ਤੁਹਾਡਾ ਜਿਹੜਾ ਆਹ ਨੇਜ਼ਲ ਕੈਵਿਟੀ ਆ, ਤੁਹਾਡਾ ਨੱਕ ਜਿਹੜਾ ਹੈਗਾ, ਹੈ ਨਾ, ਉਹਨੂੰ ਬਣਾਉਣ ਦੇ ਵਿੱਚ ਇਹਦਾ ਬਹੁਤ ਵੱਡਾ ਰੋਲ ਆ, ਠੀਕ ਹੈ? ਸਾਰੀਆਂ ਹੱਡੀਆਂ ਦਾ ਬਹੁਤ ਇੰਪੋਰਟੈਂਟ ਰੋਲ ਹੈਗਾ। ਕਲੀਅਰ ਹੈ? ਕੋਈ ਕਲੀਅਰ ਨਹੀਂ ਹੈ, ਤੁਸੀਂ ਪੁੱਛ ਸਕਦੇ ਹੋ। ਹਾਂਜੀ, ਹੁਣ ਦੱਸੋ, ਪੁੱਛੋ ਡਾਊਟ। ਟੋਟਲ ਹੋ ਗਈਆਂ 14 ਹੱਡੀਆਂ। ਆਈ ਨੋ ਤੁਸੀਂ ਦੇਖੋ ਇਹ ਬੀਪੀ ਐਂਡ ਐਮਪੀਆਰ ਚ ਤੁਸੀਂ ਪੜ੍ਹੀਆਂ ਨੇ, ਮੇਰਾ ਕੁਐਸਚਨ ਪਹਿਲਾਂ ਆਇਆ ਤੁਹਾਨੂੰ ਕੀ ਆਪਾਂ ਇਹ ਬੀਪੀ ਐਂਡ ਐਮਪੀਆਰ ਚ ਇੱਦਾਂ ਪੜ੍ਹਿਆ ਆ,
ਇੰਦੂ, ਏਕਤਾ, ਅੰਮ੍ਰਿਤ, ਸ਼ਿਵਾਨੀ, ਅਨੂ ਮੈਮ ਤੇ ਭੁਪਿੰਦਰ, ਦੱਸੋ। ਨਹੀਂ ਸਰ, ਨੋ ਸਰ, ਬਿਲਕੁਲ ਵੀ ਨਹੀਂ ਸਰ। ਦੇਖੋ ਸਾਡੀ ਵੀ ਗਲਤੀ ਹੈਗੀ ਹੈ, ਕਿਉਂਕਿ ਜ਼ਿਆਦਾਤਰ ਸਟੂਡੈਂਟ ਸਾਡੇ ਮਾਲਪੁਰ ਦੇ ਹੀ ਨੇ, ਹੈ ਨਾ। ਸੋ ਇੱਦਾਂ ਪੜ੍ਹਾਉਣਾ ਚਾਹੀਦਾ ਹੈਗਾ ਵੈਸੇ, ਕਿਉਂਕਿ ਇੱਦਾਂ ਸਾਡੇ ਕੋਲ ਐਨਾਟਮੀ ਨਾ ਹੋਵੇ ਨਾ, ਸਾਡੇ ਕੋਲ ਇੱਦਾਂ ਦਾ ਵਧੀਆ ਤਰੀਕੇ ਨਾਲ ਤੁਹਾਨੂੰ ਪੜ੍ਹਾਈਏ ਪੜ੍ਹਾਈਏ ਤੁਹਾਨੂੰ ਇੱਦਾਂ ਕੋਰਸ ਦਾ ਕੋਰਸ ਲੋੜੀ ਨਾ ਪਰੋ, ਇਹ ਬੇਸਿਕ ਚੀਜ਼ਾਂ ਹੈ, ਇਹੀ ਨਹੀਂ ਪਤਾ। ਠੀਕ ਹੈ, ਸੋ ਇਹ ਬੇਸਿਕ ਚੀਜ਼ਾਂ ਨੇ, ਇਹ ਬੇਸਿਕਸ ਤੁਹਾਡੇ ਕਲੀਅਰ ਹੋਣਗੇ ਤੇ ਤੁਸੀਂ ਕੋਈ ਵੀ ਐਗਜ਼ਾਮ ਕਲੀਅਰ ਕਰ ਸਕਦੇ ਹੋ, ਕੋਈ ਵੀ ਐਗਜ਼ਾਮ। ਮੈਂ ਤੁਹਾਨੂੰ ਦੱਸਦਾ ਆ, ਇਸ ਵਾਰੀ UGC ਨੈਟ ਦਾ ਐਗਜ਼ਾਮ ਹੋਇਆ ਹੈ ਨਾ, ਐਂਡ ਮੈਂ ਹਰ ਵਾਰ ਦੀ ਤਰ੍ਹਾਂ ਇਸ ਵਾਰੀ ਵੀ ਵਿਦਆਊਟ ਪ੍ਰਿਪਰੇਸ਼ਨ ਕਰਕੇ ਬੈਠਾ UGC ਨੈਟ ਦੇ ਐਗਜ਼ਾਮ ਦੇ ਵਿੱਚ। ਠੀਕ ਹੈ ਜੀ, ਐਂਡ ਕੁਐਸਚਨਸ ਜਿਹੜੇ ਸੀਗੇ ਉਹ ਅੰਡਰਸਟੈਂਡਿੰਗ ਲੈਵਲ ਦੇ ਆਏ। ਅੰਡਰਸਟੈਂਡਿੰਗ ਜਦੋਂ ਤੁਹਾਡੇ ਇੱਥੇ ਪਈ ਹੈ ਨਾ ਚੀਜ਼, ਹੈ ਨਾ, ਕੁਐਸਚਨ ਤੁਹਾਨੂੰ ਤਿਆਰੀ ਕਰਨ ਦੀ ਲੋੜ ਹੀ ਨਹੀਂ ਹੈਗੀ, ਕੁਐਸਚਨ ਜਿੱਥੋਂ ਮਰਜ਼ੀ ਆ ਜਾਵੇ। ਕਈ ਹੁੰਦੇ ਰੱਟੇ ਵਾਲੇ ਕੁਐਸਚਨ ਕਿ ਆਹ ਦੱਸੋ ਜੀ ਫੁੱਟਬਾਲ ਦਾ ਜਿਹੜਾ ਗੋਲ ਪੋਸਟ ਆ ਉਹਦੀ ਚੜਾਈ ਕਿੰਨੀ ਆ, ਹੈ ਨਾ। ਉਹ ਤਾਂ ਰਾਮੂ ਵੀ ਦੱਸ ਦੇਗਾ, ਸ਼ਾਮੂ ਵੀ ਦੱਸ ਦੇਗਾ। ਠੀਕ ਹੈ, ਕੁਐਸਚਨ ਉਹ ਪੁੱਛੋ ਜਿਹੜਾ ਅੰਡਰਸਟੈਂਡਿੰਗ ਲੈਵਲ ਦਾ ਹੋਵੇ, ਜਿੱਥੋਂ ਪਤਾ ਲੱਗੇ ਕਿ ਹਾਂ ਇਹ ਬੰਦਾ ਅਲੱਗ ਆ ਦੂਸਰੇ ਨਾਲੋਂ। ਠੀਕ ਹੈ, ਸੋ ਉਹ ਪੇਪਰ ਚਲੋ ਕੈਂਸਲ ਹੋ ਗਿਆ, ਬਟ ਨਿਊਜ਼ ਇਹ ਆ ਰਹੀ ਹੈ ਵਧੀਆ, ਐਤਕੀ ਮੈਨੂੰ ਲੱਗਦਾ ਹੈਗਾ ਕਿ ਮੇਰਾ JRF ਕਲੀਅਰ ਹੋ ਜਾਏਗਾ। ਨਿਊਜ਼ ਇਹ ਆ ਰਹੀ ਹੈ, ਰੱਬ ਨੇ ਕਿਰਪਾ ਕੀਤੀ ਆ ਕਿ ਸ਼ਾਇਦ ਉਹ ਜਿਹੜਾ ਐਗਜ਼ਾਮ ਕੈਂਸਲ ਹੋਇਆ ਸੀ ਉਹ ਕੈਂਸਲ ਨਾ ਹੋਵੇ, ਉਹਦੇ ਬੇਸਿਸ 'ਤੇ ਹੀ ਰਿਜ਼ਲਟ ਬਣ ਜਾਵੇ। ਕਿਉਂਕਿ ਜਿਹੜੀ CBI ਨੇ ਜਿਹੜੀ ਜਾਂਚ ਕੀਤੀ ਆ, ਹੈ ਨਾ, NTA UGC ਨੈਟ ਦਾ ਜਿਹੜਾ ਐਗਜ਼ਾਮ ਹੋਇਆ, ਉਹਨੇ ਇਹ ਪਾਇਆ ਆਪਣੀ ਜਾਂਚ ਦੇ ਵਿੱਚ, ਜਿਹੜੀ ਇਨੀਸ਼ੀਅਲ ਜਾਂਚ ਆ, ਕਿ ਕਿਤੇ ਵੀ ਕੋਈ ਪੇਪਰ ਲੀਕ ਨਹੀਂ ਹੋਇਆ, ਹੈ ਨਾ। ਅਤੇ ਇਹਦੇ ਖਿਲਾਫ PLA ਜਿਹੜੀ ਹੈਗੀ ਆ ਉਹ ਲਗਾ ਦਿੱਤੀ ਗਈ ਹੈ ਸੁਪਰੀਮ ਕੋਰਟ ਦੇ ਵਿੱਚ, ਅਤੇ ਉਹਦੇ ਵਿੱਚ ਇਹ ਡਿਮਾਂਡ ਕੀਤੀ ਗਈ ਹੈ ਕਿ ਜਿਹੜਾ ਐਗਜ਼ਾਮ ਆ UGC ਨੈਟ ਦਾ ਰੀ ਐਗਜ਼ਾਮ ਉਹ ਨਾ ਕੰਡਕਟ ਕਰਾਇਆ ਜਾਵੇ ਜਦ ਤੱਕ CBI ਆਪਣੀ ਰਿਪੋਰਟ ਪੂਰੀ ਨਹੀਂ ਦੇ ਦਿੰਦੀ, ਅਤੇ 18 ਤਰੀਕ ਜੂਨ ਨੂੰ ਜਿਹੜਾ ਐਗਜ਼ਾਮ ਹੋਇਆ ਸੀ ਉਹਦੇ ਬੇਸਿਸ 'ਤੇ ਹੀ ਰਿਜ਼ਲਟ ਦਿੱਤਾ ਜਾਵੇ। ਠੀਕ ਹੈ ਜੀ, ਸੋ ਤੁਹਾਡੀ ਅੰਡਰਸਟੈਂਡਿੰਗ ਹੋਏਗੀ, ਤੁਸੀਂ ਕੋਈ ਵੀ ਕੁਐਸਚਨ ਕਰ ਸਕਦੇ ਹੋ। ਕਲੀਅਰ ਹੈ ਇੰਨਾ, ਅੱਗੇ ਚੱਲੀਏ, ਦੱਸੋ ਜਲਦੀ ਜਲਦੀ। ਠੀਕ ਹੈ, ਪੜ੍ਹ ਲਈਆਂ ਆਪਾਂ 14 ਹੱਡੀਆਂ ਇਹ ਤੇ 8 ਹੱਡੀਆਂ ਸਾਡੇ ਸਕਲ ਦੀਆਂ, ਟੋਟਲ 22 ਹੱਡੀਆਂ ਹੋ ਗਈਆਂ ਨਾ। ਨਹੀਂ ਮੈਮ, ਹਲੇ ਮਤਲਬ ਫੇਸ ਔਰ, ਹਾਂਜੀ ਮਤਲਬ ਫੇਸ ਔਰ ਪ੍ਰੀਮੀਅਮ ਮਿਲਾ ਕੇ, ਹਾਂਜੀ ਪ੍ਰੀਮੀਅਮ ਮਿਲਾ ਕੇ ਟੋਟਲ ਸਾਡੇ ਕੋਲ ਕਿੰਨੀਆਂ ਹੋ ਗਈਆਂ, 14 ਤੇ 8 14 8 22 ਹੱਡੀਆਂ। ਹਾਂਜੀ ਇਹ ਹੁਣ ਤੁਹਾਨੂੰ ਭੁੱਲਣੀਆਂ ਨਹੀਂ ਹੈਗੀਆਂ, ਲੈਕਚਰ ਜਿੰਨੀ ਵਾਰੀ ਮਰਜ਼ੀ ਦੇਖੋ। ਠੀਕ ਹੈ ਜੀ, ਇਹਦੀ ਰਿਕਾਰਡਿੰਗ ਹੋ ਜਾਣੀ ਹੈ, ਹੋ ਰਹੀ ਹੈ ਰਿਕਾਰਡਿੰਗ ਆਲਰੇਡੀ। ਹੁਣ ਆਪਾਂ ਜਾਣਾ ਆ ਆਪਣੀ PDF ਤੇ ਬੈਕ। ਓਕੇ, ਸੋ ਮੈਂ ਇੱਦਾਂ ਰਹਿਣ ਦਿੰਦਾ, ਇੱਦਾਂ ਸਹੀ ਹੈ ਵਿਊ, ਕੋਈ ਪ੍ਰੋਬਲਮ ਤਾਂ ਨਹੀਂ, ਵੈਸੇ ਕਰ ਹੀ ਲੈਂਦੇ ਹਾਂ। ਓਕੇ, ਹੁਣ ਸਾਡੇ ਕੋਲ ਆਹ ਵੀ ਦੇਖ ਲਓ, ਆਹ ਵੀ ਬਣਾਇਆ ਹੋਇਆ, ਇਹਦੇ ਵਿੱਚ ਤੁਸੀਂ ਮਾਰਕਿੰਗ ਕਰਨੀ ਆ। ਹੁਣ ਕਈ ਅੰਦਰ ਵਾਲੀਆਂ ਹੱਡੀਆਂ ਉਹਦੀ ਮਾਰਕਿੰਗ ਕਰਨੀ ਔਖੀ ਹੈਗੀ ਆ, ਉਹਦੇ ਲਈ ਤੁਸੀਂ ਵੀਡੀਓ ਦੇਖ ਲਿਓ। ਹੁਣ ਅਗਲੀ ਗੱਲ ਆ ਗਈ ਸਾਡੇ ਕੋਲ ਈਅਰ ਬੋਨਸ ਦੀ। ਈਅਰ ਦੇ ਵਿੱਚ ਸਾਡੇ 6 ਹੱਡੀਆਂ ਹੁੰਦੀਆਂ, 2 ਹੁੰਦੀਆਂ ਮੈਲੀਅਸ, ਇਨਕਸ ਐਂਡ ਸਟੇਪਸ। ਟੋਟਲ 6 ਹੱਡੀਆਂ, ਮੈਲੀਅਸ 2, ਇਨਕਸ 2 ਤੇ ਸਟੇਪਸ 2। ਮਤਲਬ ਜਿਹੜਾ ਇੱਧਰ ਵਾਲਾ ਕੰਨ ਆ ਇੱਧਰ 3 ਹੱਡੀਆਂ, ਇੱਧਰ ਵਾਲਾ ਕੰਨ ਇੱਧਰ ਵੀ 3 ਹੱਡੀਆਂ, 3 ਤੇ 3 ਕਿੰਨੇ ਹੋ ਗਏ, 6। ਹੁਣ ਆਹ ਦੇਖ ਲੈਂਦੇ ਹਾਂ, ਕਿਉਂਕਿ ਜਿਹੜਾ ਉਹ ਮਾਡਲ ਹੈਗਾ ਸਕੈਲੇਟਲ ਉਹਦੇ ਕੰਨ ਨਹੀਂ ਲੱਗੇ ਹੋਏ। ਠੀਕ ਹੈ, ਕਿਉਂਕਿ ਇਹ ਹੱਡੀਆਂ ਜਿਹੜੀਆਂ ਹੁੰਦੀਆਂ ਇਹ ਜਿਹੜਾ ਤੁਹਾਡਾ ਪੜਦਾ ਆ ਨਾ ਉਹਦੇ ਨਾਲ ਲੱਗੀਆਂ ਹੁੰਦੀਆਂ ਅੰਦਰ ਨੂੰ, ਸੋ ਇਹਦੇ ਵਿੱਚ ਸਕੈਲੇਟਲ ਦੇ ਵਿੱਚ ਪੋਸੀਬਲ ਨਹੀਂ ਹੈਗਾ ਕਿ ਉਹ ਆਪਾਂ ਹੱਡੀਆਂ ਤੁਹਾਨੂੰ ਦਿਖਾ ਸਕੀਏ।
ਠੀਕ ਹੈ। ਸੋ ਇੱਥੇ ਮੈਂ ਇਹਦੀ ਇੱਕ ਇਮੇਜ ਇੱਥੇ ਲਗਾਈ ਹੈ। ਸੋ ਇੱਥੇ ਤੁਸੀਂ ਦੇਖ ਰਹੇ ਹੋ ਇਹ ਵਾਲੀ ਹੱਡੀ, ਆਹ ਵਾਲੀ ਹੱਡੀ, ਇਹ ਕੀ ਹੈ ਤੁਹਾਡੀ? ਮੈਲੀਅਸ। ਉਸ ਤੋਂ ਬਾਅਦ ਆਹ ਦੇਖ ਰਹੇ ਹੋ ਤੁਸੀਂ, ਆਹ ਵਾਲੀ ਹੱਡੀ, ਇਹ ਕੀ ਹੈ ਤੁਹਾਡੀ? ਇਨਕਸ। ਤੇ ਆਹ ਦੇਖ ਰਹੇ ਹੋ ਤੁਸੀਂ, ਇਹ ਕੀ ਹੈ ਤੁਹਾਡੀ? ਸਟੇਪਸ। ਤੇ ਕੁਸ਼ਚਨ ਹਮੇਸ਼ਾ ਤੁਹਾਨੂੰ ਐਗਜ਼ਾਮ ਦੇ ਵਿੱਚ ਇਹ ਫੇਵਰੇਟ ਕੁਸ਼ਚਨ ਹੈਗਾ ਐਗਜ਼ਾਮੀਨਰ ਦਾ ਕਿ ਸਾਡੇ ਸਰੀਰ ਦੇ ਵਿੱਚ ਸਭ ਤੋਂ ਛੋਟੀ ਹੱਡੀ ਕਿਹੜੀ ਹੈ? ਕਿਹੜੀ ਹੈ ਜੀ? ਦੇਖੋ ਆਹ ਵਾਲੀ ਹੱਡੀ ਮੈਲੀਅਸ ਵੱਡੀ ਹੈਗੀ ਆ, ਠੀਕ ਹੈ, ਇਨਕਸ ਵੀ ਵੱਡੀ ਆ, ਤੇ ਜਿਹੜੀ ਤੁਹਾਡੀ ਸਟੇਪਸ ਆ, ਠੀਕ ਹੈ, ਇਹ ਸਭ ਤੋਂ ਛੋਟੀ ਹੱਡੀ ਆ ਤੁਹਾਡੇ ਸਰੀਰ ਦੇ ਵਿੱਚ, ਇਹ ਕੁਸ਼ਚਨ ਬਣਦਾ। ਕਲੀਅਰ? ਕਲੀਅਰ ਹੈ ਜੀ? ਤਿੰਨ ਇੱਧਰ ਹੋ ਗਈਆਂ, ਇੱਧਰ ਇੱਧਰ ਹੋ ਗਈਆਂ, ਕਿੰਨੀਆਂ ਹੋ ਗਈਆਂ? 6। ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਅੱਗੇ। ਦੈਨ ਨੈਕਸਟ ਆ ਗਈ ਤੁਹਾਡੀ ਹਾਇਡ ਬੋਨ, ਠੀਕ ਹੈ ਜੀ। ਇਹ ਕਿੱਥੇ ਹੁੰਦੀ ਹੈ ਤੁਹਾਡੇ? ਤੁਹਾਡਾ ਸਰਵਾਈਕਲ ਦਾ C3 ਵਰਟੀਬਰਾ ਹੁੰਦਾ ਨਾ, ਆਪਾਂ ਪੜ੍ਹਾਂਗੇ ਹੁਣ, ਉਹਦੇ ਪੈਰਲਰ ਹੁੰਦੀ ਹੈ। ਐਂਡ ਇਹ ਹੱਡੀ ਦੀ ਖਾਸੀਅਤ ਇਹ ਹੈਗੀ ਆ ਕਿ ਇਹ ਹੱਡੀ ਕਿਸੇ ਦੇ ਨਾਲ ਵੀ, ਕਿਸੇ ਵੀ ਹੱਡੀ ਦੇ ਨਾਲ ਆਰਟੀਕੂਲੇਟ ਨਹੀਂ ਕਰਦੀ। ਸਾਡੇ ਸਰੀਰ ਦੇ ਵਿੱਚ ਹਾਇਡ ਬੋਨ ਇੱਕ ਇੱਦਾਂ ਦੀ ਬੋਨ ਹੈਗੀ ਆ ਜਿਹੜੀ ਕਿਸੇ ਵੀ ਹੱਡੀ ਦੇ ਨਾਲ ਆਰਟੀਕੂਲੇਟ, ਮਤਲਬ ਆਰਟੀਕੂਲੇਟ ਦਾ ਮਤਲਬ ਕੀ ਹੁੰਦਾ? ਜੋੜ ਨਹੀਂ ਬਣਾਉਂਦੀ, ਠੀਕ ਹੈ। ਇਹਨੂੰ ਯਾਦ ਰੱਖਣਾ, ਕੁਸ਼ਚਨ ਪੁੱਛਿਆ ਜਾ ਸਕਦਾ, ਮੈਂ ਸਟਾਰ ਲਗਾਤਾ, ਕਿਹੜੀ ਹੱਡੀ ਸਾਡੇ ਸਰੀਰ ਦੇ ਵਿੱਚ ਕਿਸੇ ਵੀ ਹੱਡੀ ਨਾਲ ਮਿਲ ਕੇ ਜੋੜ ਨਹੀਂ ਬਣਾਉਂਦੀ, ਉਹਦਾ ਕੀ ਨਾਮ ਹੈ? ਹਾਇਡ ਬੋਨ। ਹੁਣ ਮੈਂ ਤੁਹਾਨੂੰ ਦਿਖਾ ਦਿੰਦਾ ਇਹ ਵਾਲੀ ਹੱਡੀ, ਚਲੋ ਇਹਨੂੰ ਦੇਖਦੇ ਹਾਂ, ਨਾਲ ਦੇਖਦੇ ਹਾਂ, ਕੋਈ ਗੱਲ ਨਹੀਂ। ਹੁਣ ਇਹਦੇ ਨਾਲ ਦੇਖਾਂਗੇ ਸਪਾਈਨਲ ਕੋਲਮਸ ਦੇ ਨਾਲ। ਹੁਣ ਅੱਗੇ ਆਪਾਂ ਗੱਲ ਕਰਾਂਗੇ ਸਪਾਈਨਲ ਕੋਲਮਸ ਦੀ। ਬੋਰ ਤਾਂ ਨਹੀਂ ਹੋ ਰਹੇ ਕਿਉਂਕਿ 9:05 ਹੋ ਚੁੱਕੇ ਆ, ਠੀਕ ਹੈ। ਸੋ ਆਪਾਂ ਇਹ ਸੈਸ਼ਨ ਖਤਮ ਕਰਨਾ ਹੈਗਾ ਅੱਜ ਇੱਥੇ। ਨਹੀਂ ਨਹੀਂ ਸਰ। ਓਕੇ, ਸੋ ਸਾਡੇ ਕੋਲ ਆ ਗਿਆ ਸਪਾਈਨਲ ਕੋਲਮ। ਸਪਾਈਨਲ ਕੋਲਮ ਦੇ ਵਿੱਚ ਸਾਡੇ ਕੋਲ 26 ਬੋਨਸ ਹੁੰਦੀਆਂ ਨੇ। ਕਿੰਨੀਆਂ? 26 ਬੋਨਸ, ਉਹ ਆਪਾਂ ਗਿਣਾਂਗੇ, ਠੀਕ ਹੈ ਜੀ। ਸਭ ਤੋਂ ਪਹਿਲੀ ਸਾਡੇ ਕੋਲ ਹੈਗੀ ਹੈ ਸਰਵਾਈਕਲ ਵਰਟੀਬ੍ਰੇ। ਕੀ ਹੈ ਸਾਡੇ ਕੋਲ? ਸਰਵਾਈਕਲ ਵਰਟੀਬ੍ਰੇ। ਤੁਸੀਂ ਸੁਣਿਆ ਹੋਣਾ ਮਣਕਾ, ਕਹਿੰਦੇ ਉਹਦਾ ਮਣਕਾ ਹਿੱਲ ਗਿਆ ਜਾਂ ਹਨਾ, ਤੇ ਮਣਕਿਆਂ ਦੇ ਵਿੱਚ ਕੀ ਹੁੰਦੀ ਹੈ? ਡਿਸਕ ਹੁੰਦੀ ਹੈ। ਓਕੇ, ਸੋ ਜਦੋਂ ਸਾਡੇ ਕੋਲ ਇੱਕ ਵਰਟੀ, ਮਤਲਬ ਜਿੱਦਾਂ ਇੱਥੇ ਲਿਖਿਆ ਵਰਟੀਬ੍ਰੇ, ਵਰਟੀਬ੍ਰੇ ਮਤਲਬ ਕੀ ਹੈ? ਇੱਕ ਪਲੂਰਲ ਟਰਮ ਹੈਗੀ ਆ, ਮਤਲਬ ਇੱਕ ਤੋਂ ਜ਼ਿਆਦਾ ਵਾਸਤੇ ਆਪਾਂ ਵਰਤ ਰਹੇ ਹਾਂ, ਹਨਾ। ਸਿੰਗੂਲਰ ਪਲੂਰਲ ਪੜ੍ਹਿਆ ਹੋਣਾ ਤੁਸੀਂ। ਤੇ ਜਦੋਂ ਆ ਜਾਂਦਾ ਵਰਟੀਬ੍ਰਾ, ਮਤਲਬ ਆਪਾਂ ਇੱਕ ਦੀ ਗੱਲ ਕਰ ਰਹੇ ਹਾਂ, ਵਰਟੀਬ੍ਰੇ ਮਤਲਬ ਆਪਾਂ ਜ਼ਿਆਦਾ ਦੀ ਗੱਲ ਕਰ ਰਹੇ ਹਾਂ। ਸੋ ਸਰਵਾਈਕਲ ਵਰਟੀਬ੍ਰੇ, ਤੁਸੀਂ ਸੁਣਿਆ ਹੋਣਾ ਸਰਵਾਈਕਲ ਦੀ ਪ੍ਰੋਬਲਮ ਹੋ ਗਈ, ਹਨਾ। ਤੁਹਾਡੀ ਸਰਵਾਈਕਲ ਵਰਟੀਬ੍ਰੇ ਕੀ ਹੈ? ਤੁਹਾਡੀ ਨੈਕ ਦਾ ਪਾਰਟ ਆ। ਕਿਹਦਾ ਪਾਰਟ ਆ? ਤੁਹਾਡੀ ਨੈਕ ਦਾ ਪਾਰਟ। ਇਹਦੇ ਵਿੱਚ ਕਿੰਨੇ ਮਣਕੇ ਹੁੰਦੇ ਆ? ਇੱਥੇ ਲਿਖਿਆ 7, ਮਤਲਬ C1 ਤੋਂ ਲੈ ਕੇ C7 ਤੱਕ। ਸੋ ਜਿਹੜਾ C1 ਹੁੰਦਾ ਸਾਡਾ, ਉਹਨੂੰ ਕੀ ਬੋਲਦੇ ਹਾਂ ਆਪਾਂ? ਉਹਨੂੰ ਬੋਲਦੇ ਹਾਂ ਆਪਾਂ ਐਟਲਸ, ਇਹਨੂੰ ਯਾਦ ਰੱਖ ਲਿਓ। ਜਿਹੜਾ C2 ਹੁੰਦਾ ਉਹਨੂੰ ਕੀ ਬੋਲਦੇ ਹਾਂ ਆਪਾਂ? ਐਕਸਿਸ। ਇਹ ਮੈਂ UGC ਨੈੱਟ ਵਾਲੇ ਕੋਰਸ ਦੇ ਵਿੱਚ ਬੜਾ ਡੀਪ ਆਪਾਂ ਇਹਨੂੰ ਪੜ੍ਹਿਆ ਸੀਗਾ, ਹਨਾ, ਜੇ ਤੁਹਾਨੂੰ ਯਾਦ ਹੋਏਗਾ, ਸ਼ਿਵਾਨੀ, ਏਕਤਾ, ਹਨਾ, ਐਂਡ ਭੁਪਿੰਦਰ, ਬੜਾ ਡੀਟੇਲ ਦੇ ਵਿੱਚ ਐਟਲਸ ਦੇ ਇਕੱਲੇ ਇਕੱਲੇ ਲੈਂਡਮਾਰਕ ਦੇਖੇ ਸੀਗੇ, ਇੱਥੇ ਨਹੀਂ ਆਪਾਂ ਦੇਖਣੇ ਹੈਗੇ, ਠੀਕ ਹੈ। ਇੱਥੇ ਮਤਲਬ ਉਹ ਪੁੱਛਣੇ ਨਹੀਂ ਹੈਗੇ। C2 ਕੀ ਹੈ ਸਾਡਾ? ਐਕਸਿਸ। C1 ਨੂੰ ਐਟਲਸ, C2 ਨੂੰ ਐਕਸਿਸ ਬੋਲਦੇ ਹਾਂ, ਤੇ C1 ਤੋਂ ਲੈ ਕੇ C7 ਤੱਕ ਸਾਡੀ ਸਰਵਾਈਕਲ ਹੁੰਦੀ ਹੈ। ਉਸ ਤੋਂ ਬਾਅਦ ਗੱਲ ਕਰੀਏ ਆਪਾਂ ਥੋਰੈਸਿਕ ਵਰਟੀਬ੍ਰੇ। ਥੋਰੈਸਿਕ ਵਰਟੀਬ੍ਰੇ ਜਿਹੜੇ ਹੁੰਦੇ ਆ ਸਾਡੇ, ਥੋਰੈਕਸ ਨੂੰ ਬਣਾਉਂਦੇ, ਜਿੱਦਾਂ ਤੁਹਾਡੀ ਰਿਬ ਕੇਜ ਹੈਗੀ ਹੈ ਨਾ,
ਇਹ ਰਿਪ ਕੇਜ ਦੇ ਨਾਲ ਅਟੈਚ ਹੁੰਦੇ ਨੇ ਥੋਰੈਸਿਕ ਵਰਟੀਬ੍ਰੇ, ਠੀਕ ਹੈ, ਤੁਹਾਡੇ ਟਰੰਕ ਦਾ ਪਾਰਟ ਹੈ। ਤੁਹਾਨੂੰ ਕੁਐਸਚਨ ਪੁੱਛ ਲਏ ਕਿ ਥੋਰੈਸਿਕ ਵਰਟੀਬ੍ਰੇ ਦੱਸੋ ਸਾਡੀ ਨੈਕ ਦਾ ਪਾਰਟ ਹੈ, ਹੈਡ ਦਾ ਪਾਰਟ ਹੈ ਕਿ ਟਰੰਕ ਦਾ ਪਾਰਟ ਹੈ, ਕੀ ਦੱਸਣਾ? ਟਰੰਕ ਦਾ ਪਾਰਟ ਹੈਗਾ। ਸੋ ਇਹ ਕਿਹਦੇ ਨਾਲ ਤੁਹਾਡੀ ਜਿਹੜੀ ਪਸਲੀਆਂ ਆ ਰਿਬ ਕੇਜ ਹੈਗੀ ਆ ਉਹਦੇ ਨਾਲ ਇਹ ਆਰਟੀਕੁਲੇਟ ਹੁੰਦੇ ਆ, ਉਹ ਵੀ ਆਪਾਂ ਦੇਖਾਂਗੇ, ਠੀਕ ਹੈ ਜੀ। ਸੋ ਇਹ ਕਿੰਨੇ ਸਾਡੇ ਕੋਲ? 12, T1 ਤੋਂ ਲੈ ਕੇ T12 ਤੱਕ। ਉਸ ਤੋਂ ਬਾਅਦ ਸਾਡੇ ਕੋਲ ਕੀ ਆ? ਲੰਬਰ ਵਰਟੀਬ੍ਰੇ, ਠੀਕ ਹੈ। ਲੰਬਰ ਮਤਲਬ ਜਿੱਥੇ ਤੁਹਾਡੀਆਂ ਪਸਲੀਆਂ ਖਤਮ ਹੁੰਦੀਆਂ, ਹਨਾ, ਤੁਹਾਡਾ ਥੋਰੈਸਿਕ ਵਰਟੀਬ੍ਰੇ ਖਤਮ ਹੁੰਦੇ ਆ, ਉੱਥੋਂ ਲੰਬਰ ਸ਼ੁਰੂ ਹੋ ਜਾਂਦਾ, ਠੀਕ ਹੈ। L1 ਤੋਂ ਲੈ ਕੇ L5 ਸਭ ਤੋਂ ਜ਼ਿਆਦਾ ਲੋਅਰ ਬੈਕ ਦੀ ਪ੍ਰੋਬਲਮ ਆਉਂਦੀ ਹੈ, ਹਨਾ। ਆਪਾਂ ਤੁਸੀਂ ਸੁਣਿਆ ਹੋਣਾ ਲੋਅਰ ਬੈਕ ਦੀ ਬੈਕ ਏਕ ਹੋ ਰਹੀ ਆ, ਲੋਅਰ ਬੈਕ 'ਚ ਦਰਦ ਹੋ ਰਹੀ ਆ, ਡਿਸਕ ਹਿਲ ਗਈ ਆ, ਮਤਲਬ ਉਹ ਕਿਹੜਾ ਰੀਜਨ ਜ਼ਿਆਦਾ ਇਫੈਕਟਡ ਹੁੰਦਾ? ਤੁਹਾਡਾ ਲੰਬਰ, ਸਭ ਤੋਂ ਜ਼ਿਆਦਾ ਇੰਜਰੀਜ਼ ਇੱਥੇ ਹੁੰਦੀਆਂ। ਥੋਰੈਸਿਕ 'ਤੇ ਤੁਸੀਂ ਬਹੁਤ ਘੱਟ ਸੁਣਿਆ ਹੋਏਗਾ ਕਿ ਇੰਜਰੀਜ਼ ਹੁੰਦੀਆਂ। ਕਿਉਂ ਨਹੀਂ ਇੰਜਰੀਜ਼ ਹੁੰਦੀਆਂ ਥੋਰੈਸਿਕ ਸਪਾਈਨ 'ਤੇ? ਕਦੀ ਇਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਹੈ? ਦੱਸੋ ਥੋਰੈਸਿਕ ਸਪਾਈਨ 'ਤੇ ਇੰਜਰੀ ਕਿਉਂ ਨਹੀਂ ਹੁੰਦੀ ਜ਼ਿਆਦਾ? ਕੋਈ ਆਈਡੀਆ? ਕਿਉਂਕਿ ਜਿਹੜੀ ਤੁਹਾਡੀ ਥੋਰੈਸਿਕ ਸਪਾਈਨ ਹੈ ਨਾ, ਉਹ ਤੁਹਾਡੀ ਪਸਲੀਆਂ ਨਾਲ ਜੁੜੀ ਹੋਈ ਆ, ਪਸਲੀਆਂ ਨਾਲ ਜੁੜੀ ਹੋਣ ਕਰਕੇ ਉਹ ਕੀ ਆ, ਬਹੁਤ ਜ਼ਿਆਦਾ ਕੀ ਆ, ਸਟੇਬਲ ਆ, ਠੀਕ ਹੈ। ਉੱਥੇ ਤੁਹਾਡੀ ਜਿਹੜੀ ਆਹ ਲੰਬਰ ਆ ਉਹ ਕੀ ਆ, ਸਟੇਬਲ ਨਹੀਂ ਹੈਗੀ, ਠੀਕ ਹੈ। ਇਸ ਕਰਕੇ ਕੀ ਆ, ਉੱਥੇ ਇੰਜਰੀ ਦੇ ਚਾਂਸਿਸ ਜ਼ਿਆਦਾ, ਥੋਰੈਸਿਕ ਵਰਟੀਬਰੇ ਸਪਾਈਨ 'ਤੇ ਇੰਜਰੀ ਦੇ ਚਾਂਸਿਸ ਘੱਟ ਹੁੰਦੇ, ਬਟ ਥੋਰੈਸਿਕ ਵਰਟੀਬਰੇ ਜਿਹੜੇ ਹੈਗੇ ਉਹ ਬਹੁਤ ਜ਼ਿਆਦਾ ਸਟਿਫਨੈਸ ਬਹੁਤ ਜ਼ਿਆਦਾ ਹੁੰਦੀ ਆ, ਠੀਕ ਹੈ। ਸੋ ਇਹ ਸਪੋਰਟਸ ਮੈਡੀਸਨ ਦਾ ਟੋਪਿਕ ਹੈ, ਇੱਥੇ ਆਪਾਂ ਜਦੋਂ ਗੱਲ ਕਰਾਂਗੇ ਉਦੋਂ ਇਹਨੂੰ ਛੇੜਾਂਗੇ। ਉਸ ਤੋਂ ਬਾਅਦ ਲਾਸਟ ਤੁਹਾਡੇ ਕੋਲ ਕੀ ਆ? ਸੈਕਰਮ। ਸੈਕਰਮ ਇੱਕ ਹੁੰਦੀ ਆ ਟੋਟਲ, ਇਹਦੇ ਵਿੱਚ ਉਦਾਂ 5 ਹੱਡੀਆਂ ਹੁੰਦੀਆਂ, SO1, 2, SO5, ਠੀਕ ਹੈ ਜੀ। 5 ਹੱਡੀਆਂ ਜਦੋਂ ਅਸੀਂ ਪੈਦਾ ਹੁੰਦੇ ਹਾਂ ਤਾਂ 5 ਹੁੰਦੀਆਂ, ਬਟ ਜਿੱਦਾਂ ਸਾਡੀ ਕੀ ਹੁੰਦੀ ਆ, ਗਰੋਥ ਐਂਡ ਡਿਵੈਲਪਮੈਂਟ ਹੁੰਦੀ ਆ, ਅਤੇ ਇਹ ਇਕੱਠੀਆਂ ਫਿਊਜ਼ ਹੋ ਜਾਂਦੀਆਂ ਇੱਕ ਦੂਸਰੇ ਦੇ ਵਿੱਚ। ਸੋ ਇਹਨੂੰ ਆਪਾਂ ਇੱਕ ਹੀ ਮੰਨਦੇ ਹਾਂ, ਠੀਕ ਹੈ ਜੀ। ਲਾਸਟ ਕੋਕਿਕਸ, ਠੀਕ ਹੈ ਜੀ। ਇਹਦੇ ਵਿੱਚ ਵੀ ਕੀ ਹੁੰਦੀਆਂ? 4 ਹੱਡੀਆਂ ਹੁੰਦੀਆਂ, ਬਟ ਇਹ ਵੀ ਫਿਊਜ਼ ਹੋ ਜਾਂਦੀਆਂ ਸੈਕਰਮ ਵਾਂਗੂ, ਅਤੇ ਇਹਨੂੰ ਵੀ ਆਪਾਂ ਇੱਕ ਮੰਨਦੇ ਹਾਂ। ਹੁਣ ਇਹ ਸੈਕਰਮ ਅਤੇ ਕੋਕਿਕਸ ਜਿਹੜੀ ਹੱਡੀ ਆ ਇਹ ਕੀ ਆ? ਪੈਲਵਿਸ ਦਾ ਪਾਰਟ ਹੈਗੀ ਆ, ਬਟ ਇਹ ਸੈਕਰਮ ਤੇ ਕੋਕਿਕਸ ਨੂੰ ਆਪਾਂ ਕਿਹਦੇ ਵਿੱਚ ਕਾਊਂਟ ਕਰਦੇ ਹਾਂ? ਐਕਸੀਅਲ, ਚਲੋ ਐਕਸੀਅਲ ਸਕੈਲੇਟਲ ਦੇ ਵਿੱਚ, ਠੀਕ ਹੈ। ਐਕਸੀਅਲ ਸਕੈਲੇਟਨ ਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਨਾ ਪੈਲਵਿਸ ਦੀ ਪਿੱਛੇ, ਹੁਣ ਮੈਂ ਦਿਖਾਊਂਗਾ ਤੁਹਾਨੂੰ ਇਹ, ਠੀਕ ਹੈ ਜੀ। ਸੋ ਹੁਣ ਆਪਾਂ ਥੋੜੀ ਝਾਂਕ ਮਾਰਦੇ ਹਾਂ, ਮੈਂ ਕਹਿੰਦਾ ਥੋੜਾ ਜਿਹਾ ਆਪਾਂ ਰਿਬ ਕੇਜ ਵੀ ਕਰ ਲਈਏ ਨਾਲ, ਕਿਉਂਕਿ ਫਿਰ ਰਿਬਸ ਵੀ ਇਕੱਠੀਆਂ ਪੜ ਲਾਂਗੇ। ਸੋ ਅੱਗੇ ਸਾਡੇ ਕੋਲ ਹੈਗੀ ਆ, ਚਲੋ ਆਹ ਸਾਡੇ ਕੋਲ ਆ ਗਈ ਆ, ਨੈਕਸਟ ਆਪਾਂ ਪੜ ਲੈਂਦੇ ਹਾਂ ਆਹ ਰਿਬ ਕੇਜ ਐਂਡ ਸਟਰਨਮ, ਠੀਕ ਹੈ। ਤੁਹਾਡੀ ਜਿਹੜੀ ਆਹ ਵਾਲੀ ਬੋਨ ਆ, ਆਹ ਵਾਲੀ ਹੈ ਨਾ, ਆਹ ਵਾਲੀ ਬੋਨ, ਇਹਨੂੰ ਆਪਾਂ ਕੀ ਬੋਲਦੇ ਹਾਂ? ਇਹਨੂੰ ਆਪਾਂ ਬੋਲਦੇ ਹਾਂ ਸਟਰਨਮ। ਸਟਰਨਮ ਸਾਡੇ ਕੋਲ ਇੱਕ ਆ। ਉਸ ਤੋਂ ਬਾਅਦ ਸਾਡੇ ਕੋਲ ਕੀ ਹੁੰਦੀਆਂ? ਰਿਬਸ ਹੁੰਦੀਆਂ। ਟੋਟਲ ਸਾਡੇ ਸਰੀਰ ਦੇ ਵਿੱਚ ਕਿੰਨੀਆਂ ਪਸਲੀਆਂ ਨੇ ਦੱਸੋ? ਲਿਖਿਆ ਹੋਇਆ ਟੋਟਲ ਸਾਡੇ ਕੋਲੇ 12 ਪੇਅਰਸ ਹੁੰਦੇ ਨੇ। ਕਿੰਨੇ ਪੇਅਰਸ? 12 ਪੇਅਰਸ ਆਫ ਰਿਬਸ, ਠੀਕ ਹੈ। ਮਤਲਬ 14 ਪਲੱਸ 10 ਕਿੰਨੇ ਹੋਏ?
24 ਹੱਡੀਆਂ ਹੋ ਗਈਆਂ, 12 ਇੱਧਰ ਹੁੰਦੀਆਂ ਤੇ 12 ਇੱਧਰ ਹੁੰਦੀਆਂ। ਪੇਅਰਸ ਦੀ ਗੱਲ ਕਰਤੀ ਨਾ ਆਪਾਂ, ਪੇਅਰ ਜਿੱਦਾਂ ਆਪਾਂ ਕਹੀਏ ਸ਼ੂਜ਼ ਤੁਹਾਡੇ ਹੈਗੇ ਆ ਰਾਈਟ ਤੇ ਲੈਫਟ, ਹੈ ਨਾ, ਪੇਅਰ ਆਫ ਸ਼ੂਜ਼। ਇੱਦਾਂ ਹੀ ਕੀ ਆ, ਪੇਅਰ ਆਫ ਰਿਬਸ, 12 ਇੱਧਰ ਤੇ 12 ਇੱਧਰ, ਤੇ ਕਿੰਨੀਆਂ ਹੋ ਗਈਆਂ 24। ਹੁਣ ਇਹਦੇ ਵਿੱਚ ਕੀ ਹੁੰਦਾ, ਰਿਬਸ ਨੂੰ ਆਪਾਂ ਤਿੰਨ ਟਾਈਪਸ 'ਚ ਡਿਵਾਈਡ ਕਰ ਦਿੰਦੇ ਹਾਂ। ਇੱਕ ਹੁੰਦੀ ਸਾਡੇ ਕੋਲ ਟ੍ਰੂ ਰਿਬਸ, ਇੱਕ ਹੁੰਦੀ ਸਾਡੇ ਕੋਲ ਫਾਲਸ ਰਿਬਸ, ਇੱਕ ਹੁੰਦੀ ਸਾਡੇ ਕੋਲ ਫਲੋਟਿੰਗ। ਇੱਕ ਮਿੰਟ, ਫਲੋਟਿੰਗ ਫਲੋਟਿੰਗ ਦਾ ਮਤਲਬ ਕੀ ਹੁੰਦਾ, ਬਸ ਤੈਰ ਰਹੀਆਂ ਆ, ਠੀਕ ਹੈ ਜੀ। ਸੋ ਟ੍ਰੂ ਰਿਬਸ, ਫਾਲਸ ਰਿਬਸ ਐਂਡ ਫਲੋਟਿੰਗ ਰਿਬਸ, ਸੋ ਇਹਨਾਂ ਨੂੰ ਆਪਾਂ ਹੁਣ ਦੇਖਾਂਗੇ, ਠੀਕ ਹੈ ਜੀ। ਓਕੇ, ਇੱਕ ਮਿੰਟ, ਓਕੇ। ਸੋ ਇਹਨੂੰ ਮੈਂ ਮਿਨੀਮਾਈਜ਼ ਕਰ ਦਿੰਦਾ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਸਾਡੀ ਸਪਾਈਨ। ਮੈਂ ਮਾਡਲਸ 'ਤੇ ਜਾਣਾ ਐਂਡ ਮਾਡਲਸ 'ਤੇ ਸਪਾਈਨ ਦਿੱਤੀ ਨਹੀਂ ਗਈ, ਓਕੇ, ਨਹੀਂ, ਓਕੇ, ਇੱਥੇ ਕਲਿੱਕ ਕਰਦੇ। ਸੋ ਇਹ ਦੇਖ ਰਹੇ ਹੋ ਤੁਸੀਂ, ਸਭ ਤੋਂ ਪਹਿਲਾਂ ਆਪਾਂ ਕਿਹਦੀ ਗੱਲ ਕਰਨੀ ਹੈ, ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸਰਵਾਈਕਲ ਦੀ, ਓਕੇ। C1 ਆਹ ਦੇਖ ਰਹੇ ਹੋ, ਆਹ ਵਾਲੀ ਹੱਡੀ ਤੁਹਾਡੀ C1 ਆ। ਮੈਂ ਇੱਥੇ ਕਲਿੱਕ ਵੀ ਕਰ ਦਿੰਦਾ, ਇਹ ਤੁਹਾਡੀ ਮਿੰਟ, ਇਹ ਕੀ ਹੈ ਤੁਹਾਡੀ C1। C1 ਤੋਂ ਬਾਅਦ ਕੀ ਹੈ ਸਾਡੇ ਕੋਲ, C2, C3, C4, C5, C6, C7। ਸੋ C1 ਤੋਂ ਲੈ ਕੇ C7 ਤੱਕ ਕੀ ਆ ਗਈ ਸਾਡੇ ਕੋਲ, ਸਰਵਾਈਕਲ ਸਪਾਈਨ। ਉਸ ਤੋਂ ਬਾਅਦ ਸਾਡੇ ਕੋਲ ਸ਼ੁਰੂ ਹੋ ਜਾਂਦੀ ਹੈ T1, T2, T3, T4, T5, T6, T7, T8, T9, T10, T11 ਤੇ T12। ਹੁਣ ਇੱਕ ਚੀਜ਼ ਦੇਖੀਓ, ਜਿੱਥੇ ਤੁਹਾਨੂੰ ਮੈਂ ਕਿਹਾ ਸੀਗਾ T12, ਮੈਂ ਕਿਹਾ ਸੀਗਾ ਕਿ ਥੋਰੈਸਿਕ ਸਪਾਈਨ ਜਿੱਥੇ ਤੱਕ ਹੈਗੀ ਆ ਉੱਥੇ ਤੱਕ ਹੀ ਤੁਹਾਡੀ ਪਸਲੀਆਂ ਹੈਗੀਆਂ, ਉਸ ਤੋਂ ਬਾਅਦ ਤੁਹਾਡੀ ਪਸਲੀ ਨਹੀਂ ਹੈਗੀ। ਦਿਖ ਰਹੀ ਹੈ ਚੀਜ਼ ਕਿ ਥੋੜ੍ਹਾ ਹੋਰ ਜ਼ੂਮ ਕਰਾਂ, ਆਹ ਵੇਖੋ ਲਾਸਟ ਜਿਹੜੀ ਪਸਲੀ ਆ ਤੁਹਾਡੀ, ਇਹ ਲਾਸਟ ਪਸਲੀ ਆ ਤੇ ਇਹ ਜਿਹੜਾ ਤੁਹਾਡਾ T12। ਸੋ 12 ਪਸਲੀਆਂ ਨੇ ਤੇ 12 ਹੀ ਸਾਡੇ ਥੋਰੈਸਿਕ ਤੇ ਵਰਟੀਬਰੇ ਨੇ, ਠੀਕ ਹੈ। ਇਸ ਇੱਦਾਂ ਤੁਸੀਂ ਯਾਦ ਰੱਖਣਾ, ਕਲੀਅਰ ਹੋ ਗਿਆ। ਸੋ T1 ਤੋਂ ਲੈ ਕੇ ਇੱਕ ਮਿੰਟ ਰੁਕੇ, ਜਸਟ ਅ ਮਿੰਟ, ਓਕੇ। ਸੋ ਕਲੀਅਰ ਹੈ ਜੀ ਇੱਥੇ ਤੱਕ, ਕਲੀਅਰ ਕਲੀਅਰ ਕਲੀਅਰ, ਓਕੇ। ਸੋ ਉਸ ਤੋਂ ਬਾਅਦ ਸਾਡੇ ਕੋਲ ਇੱਥੇ ਦੇਖੋ L1 ਥੱਲੇ, L1, L2, L3, L4 ਤੇ L5, ਮਤਲਬ ਇਹ ਕਿੰਨੇ ਹੋ ਗਏ ਸਾਡੇ ਕੋਲ, 5 ਲੰਬਰ ਦੇ ਵਰਟੀਬਰਸ, L1 ਤੋਂ ਲੈ ਕੇ L5 ਤੱਕ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਦੇਖੋ ਆਹ ਵਾਲੀ ਜਿਹੜੀ ਹੱਡੀ ਆ ਤੁਹਾਡੀ, ਇਹ ਕੀ ਆ ਤੁਹਾਡੀ,
ਇਹਨੂੰ ਬੋਲਦੇ ਆ ਆਪਾਂ ਸੈਕਰਮ। ਤੇ ਆਹ ਪੂੰਛ ਜੀ ਦੇਖ ਰਹੇ ਹੋ, ਇੱਕ ਮਿੰਟ ਮੈਂ ਥੋੜਾ ਜ਼ੂਮ ਕਰ ਦਿੰਦਾ, ਦਿਖ ਰਿਹਾ ਤੁਹਾਨੂੰ? ਸੋ ਇਹ ਕੀ ਆ ਤੁਹਾਡੀ ਸੈਕਰਮ, ਇਹ ਪੰਜ ਹੁੰਦੀਆਂ ਨੇ, ਇੱਕ ਦੋ ਤਿੰਨ ਚਾਰ ਤੇ ਪੰਜ, ਠੀਕ ਆ, ਇਹ ਪੰਜ ਹੁੰਦੀਆਂ ਨੇ। ਉਸ ਤੋਂ ਬਾਅਦ ਆਹ ਪੂੰਛ ਜੀ ਦੇਖ ਰਹੇ ਹੋ, ਆਹ ਵਾਲੀ, ਇਹ ਚਾਰ ਹੁੰਦੀਆਂ ਨੇ, ਇਹਨੂੰ ਬੋਲਦੇ ਆਪਾਂ ਕੋਕਿਕਸ। ਹੁਣ ਆਹ ਦੇਖ ਰਹੇ ਹੋ ਤੁਸੀਂ, ਇਹ ਕੀ ਆ ਤੁਹਾਡੀ, ਇਹ ਕੀ ਆ ਬੋਲੋ? ਪੈਲਵਿਸ, ਪੈਲਵਿਕ ਗ੍ਰਿਡਲ, ਇਹ ਉਹਦਾ ਪਾਰਟ ਆ, ਬਟ ਇਹਨੂੰ ਆਪਾਂ ਐਕਸੀਐਲ ਚ, ਇਹਨੂੰ ਐਕਸੀਐਲ ਚ ਕਾਊਂਟ ਕਰਦੇ ਹਾਂ, ਐਕਸੀਐਲ, ਇਹ ਵੀ ਐਕਸੀਐਲ। ਐਂਡ ਆਹ ਜਿਹੜਾ ਆ ਗਿਆ, ਇਹ ਕੀ ਆ? ਅਪੈਂਡੀਕੁਲਰ। ਕਲੀਅਰ? ਹੁਣ ਤਾਂ ਕੋਈ ਡਾਊਟ ਤਾਂ ਨਹੀਂ, ਅੱਗੇ ਚਲੀਏ? ਓਕੇ, ਅੱਗੇ ਚੱਲਦੇ ਹਾਂ ਜੀ। ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਨੀ ਆ ਰਿਪਸ ਦੀ, ਠੀਕ ਹੈ। ਸਾਡੇ ਕੋਲ ਆਹ ਤੁਸੀਂ ਬੋਨ ਦੇਖ ਰਹੇ ਹੋ, ਇੱਕ ਮਿੰਟ ਰੁਕਿਓ, ਇਹ ਸਾਡੀ ਸਟਰਨਮ ਹੈਗੀ ਆ। ਉਸ ਤੋਂ ਬਾਅਦ ਇਹ ਨਾ ਰਿਪਸ ਇੱਥੇ ਜੁੜੀਆਂ ਨਹੀਂ ਹੋਈਆਂ, ਹੈ ਨਾ, ਅਤੇ ਸਾਡੇ ਕੋਲ ਉੱਥੇ ਡਾਇਗ੍ਰਾਮ ਮੈਂ ਤੁਹਾਨੂੰ ਦਿੱਤਾ ਹੋਇਆ, ਆਪਾਂ ਆਪਣੇ ਜਿਹੜੀ PDF ਹੈਗੀ ਉਹਦੇ ਵਿੱਚ ਚੱਲਦੇ ਹਾਂ। ਇੱਕ ਮਿੰਟ ਦਿਓ ਮੈਨੂੰ। ਓਕੇ, ਸੋ ਵਿਊ ਰੀਡ ਮੋਡ। ਸੋ ਸਾਡੇ ਕੋਲ ਕਿੰਨੀਆਂ ਟੋਟਲ ਹੱਡੀਆਂ ਹੋ ਗਈਆਂ? 28 ਆਹ ਪੜ੍ਹ ਲਈਆਂ ਅਤੇ 26 ਆਪਾਂ ਆਹ ਪੜ੍ਹ ਲਈਆਂ ਹੋਈਆਂ। 28 26 ਕਿੰਨੇ ਹੋ ਗਏ? 28 ਅਤੇ 26, ਇੱਕ ਸੋਰੀ ਇੱਕ ਇੱਕ ਹੱਡੀ ਮੈਂ ਤੁਹਾਨੂੰ ਨਹੀਂ ਪੜ੍ਹਾਈ, ਉਹ ਤੁਹਾਨੂੰ ਪਹਿਲਾਂ ਪੜ੍ਹਾ ਦੇਵਾਂ, ਫਿਰ ਉਹ ਰਹਿੰਦੀ ਰਹਿ ਜਾਣੀ ਹੈ। ਇੱਕ ਮਿੰਟ ਰੁਕੋ, ਮੈਂ ਗੱਲ ਕੀਤੀ ਸੀਗੀ ਇੱਕ ਬਹੁਤ ਹੀ ਇੰਪੋਰਟੈਂਟ ਬੋਨ, ਆਹ ਦੇਖ ਰਹੇ ਹੋ ਤੁਸੀਂ, ਇੱਕ ਮਿੰਟ, ਆਹ ਦਿਖ ਰਹੀ ਹੱਡੀ ਕਿਹੜੀ ਭਲਾ, ਜਿਹੜੀ ਕਿਸੇ ਦੇ ਨਾਲ ਵੀ ਅਟੈਚ ਨਹੀਂ ਹੈਗੀ, ਆਹ ਵਾਲੀ ਹੱਡੀ, ਇਹਨੂੰ ਕੀ ਬੋਲਦੇ ਆ ਆਪਾਂ ਬੋਲੋ? ਮੈਂ ਹੁਣੇ ਕਰਾਇਆ ਸੀ ਤੁਹਾਨੂੰ, ਇਹਨੂੰ ਕੀ ਬੋਲਦੇ ਆ ਆਪਾਂ? ਇਹਨੂੰ ਬੋਲਦੇ ਆ ਆਪਾਂ ਹਾਇਰਡ, ਹਾਇਰਡ ਬੋਨ, ਬੋਨ, ਬੋਨ। ਹੁਣ ਆਹ ਬੋਨ ਦੇਖੋ, ਦੇਖੋ ਕਿਸੇ ਨਾਲ ਵੀ ਅਟੈਚ ਨਹੀਂ ਹੈਗੀ, ਦੇਖੋ ਹਵਾ ਦੇ ਵਿੱਚ ਹੀ ਹੈ, ਹੈ ਕਿ ਨਹੀਂ, ਮਤਲਬ ਅਜੀਬ ਗੱਲ, ਠੀਕ ਹੈ ਨਾ, ਕਿਸੇ ਵੀ ਹੱਡੀ ਨਾਲ ਇਹ ਆਰਟੀਕੁਲੇਟ ਨਹੀਂ ਕਰਦੀ, ਠੀਕ ਹੈ। ਹੁਣ ਆਪਾਂ ਅੱਗੇ ਚੱਲਦੇ ਹਾਂ। ਸੋ ਮੈਂ ਕਿਹਾ ਤੁਹਾਨੂੰ ਦਿਖਾ ਦੇਵਾਂ, ਕਿਉਂਕਿ ਰਹਿੰਦੀ ਰਹਿੰਦੀ ਇਹ ਰਹਿ ਜਾਣੀ ਹੈ। ਨੈਕਸਟ ਨੈਕਸਟ ਨੈਕਸਟ, ਆਹ ਵੀ ਬਣਾਏ ਹੋਏ ਆ, ਤੁਸੀਂ ਮਾਰਕਿੰਗ ਕਰਨੀ ਹੈ ਇਹਦੀ, ਠੀਕ ਹੈ, ਤੁਹਾਡੇ ਵਾਸਤੇ ਹੀ ਮੈਂ ਇਹ ਲਗਾਏ ਨੇ। ਹੁਣ ਆ ਗਈਆਂ ਸਾਡੇ ਕੋਲ ਰਿਪਸ, ਰਿਪਸ ਦੇ ਵਿੱਚ ਮੈਂ ਬੋਲਿਆ ਸੀ ਸਾਡੇ ਕੋਲ ਕਿੰਨੀਆਂ ਟੋਟਲ ਨੇ, ਸਾਡੇ ਕੋਲ ਟੋਟਲ 12 ਪੇਅਰਸ ਹੁੰਦੇ ਨੇ। ਸੋ ਆਪਾਂ ਕਾਊਂਟ ਕਰਦੇ ਹਾਂ, ਰਿਬ ਨੰਬਰ 1, 2, 3, 4, 5, 6 and 7, ਪਹਿਲੀਆਂ 7 ਰਿਪਸ ਜਿਹੜੀਆਂ ਹੁੰਦੀਆਂ ਉਹ ਕਿਹੜੀਆਂ ਹੁੰਦੀਆਂ ਸਾਡੇ ਕੋਲ? ਟ੍ਰੂ ਰਿਪਸ। ਉਸ ਤੋਂ ਬਾਅਦ ਰਿਬ ਨੰਬਰ 8, 9 ਤੇ 10, ਠੀਕ ਹੈ, 8, 9 ਤੇ 10 ਜਿਹੜੀਆਂ ਹੁੰਦੀ ਆ ਇਹਨੂੰ ਆਪਾਂ ਕੀ ਬੋਲਦੇ ਹਾਂ? ਫਾਲਸ ਰਿਬਸ, ਕਿਉਂਕਿ ਇਹ ਆਪਣੇ ਬਲਬੂਤੇ ਦੇ ਨਹੀਂ, ਬਲਕਿ ਜਿਹੜੀ ਰਿਬ ਨੰਬਰ 7 ਆ ਉਹਦੇ ਬਲਬੂਤੇ ਦੇ ਰਾਹੀਂ ਇਹ ਉਹਦੇ ਨਾਲ ਜਿਹੜੀ ਤੁਹਾਡੀ ਸਟਰਨਮ ਆ ਉਹਦੇ ਨਾਲ ਜੋੜ ਬਣਾ ਰਹੀ ਹੈ। ਉਸ ਤੋਂ ਬਾਅਦ ਜਿਹੜੀ ਸਾਡੇ ਕੋਲ 11ਵੀਂ ਰਿਬ ਹੁੰਦੀ ਆ ਤੇ ਜਿਹੜੀ ਸਾਡੇ ਕੋਲ 12ਵੀਂ ਰਿਬ ਹੁੰਦੀ ਆ, ਇਹ ਕੀ ਹੁੰਦੀ ਆ? ਫਲੋਟਿੰਗ ਰਿਬਸ ਹੁੰਦੀਆਂ ਨੇ।
ਸੋ ਰਿਬ ਨੰਬਰ 1, 2, 3, 4, 5, 6 and 7 ਠੀਕ ਹੈ ਇਹ ਕੀ ਨੇ ਟ੍ਰਿਓ ਰਿਬਸ ਉਸ ਤੋਂ ਬਾਅਦ 8th, 9th and 10th ਇਹ ਕੀ ਹੈ ਸਾਡੇ ਕੋਲ ਫਾਲਸ ਰਿਬਸ ਮਤਲਬ ਮੈਂ ਇੱਥੇ ਕਰ ਦਿੰਦਾ ਇੱਦਾਂ ਇਹ ਫਾਲਸ ਆ ਅਤੇ ਇਹ ਟ੍ਰਿਓ ਆ ਉਸ ਤੋਂ ਬਾਅਦ ਸਾਡੇ ਕੋਲ 11ਵੀਂ ਅਤੇ 12ਵੀਂ ਇੱਥੇ ਥੋੜ੍ਹੀ ਕਨਫਿਊਜ਼ਨ ਜੀ ਲੱਗ ਰਹੀ ਕਿਉਂਕਿ ਦੇਖਣ ਨੂੰ ਇੱਦਾਂ ਲੱਗਦਾ ਕਿ ਉਹ ਨਾ ਮਤਲਬ ਥੋੜ੍ਹਾ ਜਿਹਾ ਕਿਉਂਕਿ ਇਹ 3D ਨਹੀਂ ਹੈਗਾ ਹੈ ਨਾ ਸਾਡੇ ਕੋਲ ਬਟ ਇੱਥੇ ਹੁਣ ਜਦੋਂ ਸਾਈਡ ਤੋਂ ਦੇਖਿਆ ਤਾਂ ਟੋਟਲ ਸਾਡੇ ਕੋਲ 12 ਆ ਰਹੀਆਂ ਇੱਥੇ ਇੱਦਾਂ ਲੱਗਦਾ ਸੀ ਕਿ 13 ਆ ਰਹੀਆਂ ਨੇ ਠੀਕ ਹੈ ਤੁਸੀਂ ਵੀ ਕਰੋਗੇ ਤੁਹਾਨੂੰ ਵੀ ਕਨਫਿਊਜ਼ਨ ਹੋਏਗੀ ਇੱਕ ਵਾਰੀ ਕਰਕੇ ਦੇਖਿਓ ਸੋ ਪਹਿਲੀ ਦੂਜੀ ਤੀਜੀ ਚੌਥੀ ਪੰਜਵੀਂ ਛੇਵੀਂ ਸੱਤਵੀਂ ਇਹ ਕੀ ਹੈ ਸਾਡੇ ਕੋਲ ਬੋਲੋ ਟ੍ਰਿਓ ਰਿਬਸ ਅੱਠਵੀਂ ਨੌਵੀਂ ਦਸਵੀਂ ਕੀ ਹੈ ਸਾਡੇ ਕੋਲ ਫਾਲਸ ਰਿਬਸ ਐਂਡ ਆਹ ਜਿਹੜੀ ਹੈਗੀ ਹੈ ਸਾਡੇ ਕੋਲ 11ਵੀਂ 12ਵੀਂ ਇਹਨੂੰ ਕੀ ਬੋਲਦੇ ਹਾਂ ਆਪਾਂ ਫਲੋਟਿੰਗ ਰਿਬਸ ਤੇ ਕਈ ਬੁੱਕਸ ਦੇ ਵਿੱਚ ਇਹਨਾਂ ਨੂੰ ਹੀ ਜਿਹੜੀ 8ਵੀਂ 9ਵੀਂ 10ਵੀਂ 11ਵੀਂ 12ਵੀਂ ਨੂੰ ਹੀ ਮਤਲਬ ਕੀ ਮੰਨ ਲੈਂਦੇ ਨੇ ਫਾਲਸ ਰਿਬਸ ਮੰਨ ਲੈਂਦੇ ਨੇ ਸੋ 5 ਪੇਅਰਸ ਦੇ ਵਿੱਚ ਸਾਡੇ ਕੋਲ ਫਾਲਸ ਰਿਬਸ ਹੁੰਦੀਆਂ ਇਸੇ ਲਈ ਆਪਾਂ ਨੋਟਸ ਦੇ ਵਿੱਚ ਵੀ ਲਿਖਿਆ ਹੋਇਆ ਇੱਕ ਮਿੰਟ ਰੁਕਿਓ ਨੋਟਸ ਦੇ ਵਿੱਚ ਵੀ ਲਿਖਿਆ ਹੋਇਆ 14 ਟ੍ਰਿਓ ਰਿਬਸ ਮਤਲਬ 7 ਤੇ 7 ਤੇ 5 ਤੇ 5 ਕਲੀਅਰ ਹੋ ਗਿਆ 25 ਹੱਡੀਆਂ ਇਹ ਹੋ ਗਈਆਂ ਸਾਡੇ ਕੋਲ ਹੁਣ ਗਿਣੋ ਕਿੰਨੀਆਂ ਹੋ ਗਈਆਂ ਸਾਡੇ ਕੋਲ ਟੋਟਲ ਹੱਡੀਆਂ ਦੱਸੋ ਇੱਥੇ ਮੈਂ ਲਿਖਦਾ ਕਾਊਂਟ ਕਾਊਂਟ ਲਿਖ ਲੈਂਦੇ ਹਾਂ ਆਪਾਂ ਇੱਥੇ ਕਾਊਂਟ ਲਿਖ ਲੈਂਦੇ ਹਾਂ ਆਪਾਂ ਓਕੇ ਸੋ ਪਹਿਲਾਂ ਆਪਾਂ ਕੀ ਕਾਊਂਟ ਕੀ ਕਰਦੇ ਹਾਂ ਜਿਹੜੀ ਸਾਡੇ ਹੈੱਡ ਦੇ ਵਿੱਚ ਇੱਕ ਮਿੰਟ ਓਕੇ ਪਹਿਲਾਂ ਆਪਾਂ ਕਾਊਂਟ ਕਰਦੇ ਸਾਡੇ ਕੋਲ ਸਕਲ ਦੇ ਵਿੱਚ ਕਿੰਨੀਆਂ ਨੇ ਬੋਲੋ ਤੁਸੀਂ ਬੋਲੋ ਸਕਲ ਦੇ ਵਿੱਚ ਕਿੰਨੀਆਂ ਨੇ 20 ਸਕਲ ਦੇ ਵਿੱਚ 28 ਆ ਗਈਆਂ ਸਾਡੇ ਕੋਲ ਠੀਕ ਹੈ ਜੀ ਉਸ ਤੋਂ ਬਾਅਦ ਕੀ ਪੜਿਆ ਆਪਾਂ ਆਹ ਕਿਹੜੀ ਬੋਨ ਹਾਇਡ ਬੋਨ ਕਿੰਨੀ ਆ ਗਈ ਇੱਕ ਹੱਡੀ ਠੀਕ ਹੈ ਜੀ ਉਸ ਤੋਂ ਬਾਅਦ ਕੀ ਪੜਿਆ ਆਪਾਂ ਸਪਾਈਨਲ ਕੋਲਮ ਕਿੰਨੀਆਂ ਆ ਗਈਆਂ ਇਹਦੇ ਵਿੱਚ ਸਾਡੇ ਕੋਲੇ 26 ਹੱਡੀਆਂ ਹੁਣ 28 ਤੇ 26 ਕਿੰਨੇ ਹੋ ਗਏ ਕਰੋ ਕਰੋ 54 ਤੇ 1 55 ਹਾਂਜੀ ਠੀਕ ਹੈ ਜੀ ਠੀਕ ਉਸ ਤੋਂ ਬਾਅਦ ਕਿਹੜੀ ਵਾਰੀ ਆ ਰਿਬਸ ਹਾਂਜੀ 24 ਰਿਬਸ ਹੋ ਗਈਆਂ ਇੱਕ ਸਟਰਨਮ ਇੱਕ 25 ਤੇ 55 ਕਿੰਨੇ ਹੋ ਗਏ ਟੋਟਲ 80 ਠੀਕ ਹੈ ਸੋ ਆਪਾਂ ਗੱਲ ਕੀਤੀ ਸੀ ਕਿ ਐਕਸੀਐਲ ਦੇ ਵਿੱਚ ਕਿੰਨੀਆਂ ਹੁੰਦੀਆਂ ਸਾਡੇ ਕੋਲ 80 ਐਂਡ 80 ਬੋਨਸ ਦੇ ਆਪਾਂ ਦੇਖੋ ਇੱਕ ਡੇਢ ਘੰਟੇ 'ਚ ਨਾਮ ਵੀ ਯਾਦ ਕਰ ਲਿਆ ਅਤੇ ਇਹ ਵੀ ਦੇਖ ਲਿਆ ਕਿਹੜੀ ਕਿੱਥੇ ਹੁੰਦੀ ਆ ਹੈ ਨਾ ਸੋ ਅੱਜ ਦਾ ਸੈਸ਼ਨ ਫਿਰ ਆਪਾਂ ਇੱਥੇ ਹੀ ਖਤਮ ਕਰਾਂਗੇ ਕਿਉਂਕਿ ਡੇਢ ਘੰਟੇ ਦਾ ਹੋ ਗਿਆ ਸੈਸ਼ਨ ਐਂਡ ਤੁਹਾਡੀ ਭਾਬੀ ਦਾ ਫੋਨ ਆਈ ਜਾ ਰਿਹਾ ਠੀਕ ਹੈ ਠੀਕ ਹੈ ਆਪਾਂ ਇਹ ਸਕਲ ਚ ਨਹੀਂ ਗਿਣ ਸਕਦੇ 29 ਨਹੀਂ ਕਰ ਸਕਦੇ ਨਹੀਂ 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 ਉਹਦੇ ਚ ਨਹੀਂ ਕਰਦੇ ਇਹਨੂੰ ਇਹਨੂੰ ਲੱਗ ਗਿਣਦੇ ਆ ਓਕੇ ਓਕੇ ਠੀਕ ਹੈ ਨਾ 28 28 ਓਕੇ ਸਰ ਓਕੇ ਠੀਕ ਹੈ ਨਾ ਸੋ ਇਹ ਸਾਡੇ ਕੋਲ ਟੋਟਲ 80 ਬੋਨਸ ਹੋ ਗਈਆਂ ਨੇ
ਸੋ ਕਿਵੇਂ ਦਾ ਲੱਗਿਆ ਅੱਜ ਦਾ ਸੈਸ਼ਨ 1x1 ਬਹੁਤ ਵਧੀਆ ਸਰ ਠੀਕ ਹੈ ਸਮਝ ਆ ਰਿਹਾ ਹਾਂਜੀ ਹਾਂਜੀ ਓਕੇ ਦੈਨ ਅਲੀ ਸਰ ਮੈਨੂੰ ਪੁੱਛਿਆ ਹਾਂਜੀ ਹਾਂਜੀ ਕਿੱਦਾਂ ਲੱਗਿਆ ਸੈਸ਼ਨ ਅੱਜ ਦਾ ਹਾਂਜੀ ਸਰ ਬਹੁਤ ਵਧੀਆ ਕੋਈ ਚੀਜ਼ ਨਹੀਂ ਕੋਈ ਓਕੇ ਸਭ ਸਮਝ ਆਇਆ ਜੋ ਪੜਾਇਆ ਠੀਕ ਹੈ ਉਸ ਤੋਂ ਬਾਅਦ ਏਕਤਾ ਹਾਂਜੀ ਸਰ ਬਹੁਤ ਵਧੀਆ ਸੀ ਸਾਰਾ ਸਮਝ ਆਇਆ ਠੀਕ ਹੈ ਸ਼ਿਵਾਨੀ ਠੀਕ ਹੈ ਹਾਂਜੀ ਸਰ ਵਧੀਆ ਸੀ ਸਮਝ ਆਇਆ ਸਾਰਾ ਅੰਮ੍ਰਿਤ ਡਾਕਟਰ ਸਾਹਿਬ ਹੈਲੋ ਹਾਂਜੀ ਡਾਕਟਰ ਸਾਹਿਬ ਹਾਂਜੀ ਕਿੱਦਾਂ ਦਾ ਲੱਗਿਆ ਸੈਸ਼ਨ ਸਰ ਬਹੁਤ ਵਧੀਆ ਲੱਗਿਆ ਸਰ ਮੈਨੂੰ ਕੱਲੀ ਕੱਲੀ ਗੱਲ ਸਮਝ ਆਈ ਹੈ ਬਸ ਲਾਸਟ ਵਿੱਚ ਨਾ ਥੋੜਾ ਜਿਹਾ ਮੈਨੂੰ ਕਾਲ ਆ ਗਈ ਸੀ ਮਿਸ ਹੋ ਗਿਆ ਤੇ ਰਿਕਾਰਡਡ ਮਿਲ ਜੂਗਾ ਨਾ ਕਲਾਸ ਹਾਂ ਰਿਕਾਰਡਡ ਮਿਲ ਜਾਣੀ ਹੈ ਤੁਸੀਂ ਦੇਖ ਸਕਦੇ ਹੋ ਹਾਂਜੀ ਸਰ ਅੰਮ੍ਰਿਤ ਨੇ ਵੀ SGGS ਖਾਲਸਾ ਕਾਲਜ MPED ਫਸਟ ਈਅਰ ਦੇ ਵਿੱਚ ਐਡਮਿਸ਼ਨ ਲਿੱਤੀ ਹੈ ਤੇ ਇਹ ਮੇਰੇ ਨਾਲ 168 DP ਜਿਹੜੀ ਪੋਸਟਾਂ ਸੀਗੀਆਂ ਉਹਦੇ ਵਿੱਚ ਸਿਲੈਕਟ ਹੋਏ ਸੀਗੇ ਬਟ ਕਿਸੇ ਕਾਰਨ ਵਿੱਚ ਸਾਡਾ ਮਤਲਬ ਸਿਰੇ ਨਹੀਂ ਚੜ ਸਕੀ ਸਾਡੀ ਭਰਤੀ ਤੇ ਕੋਈ ਗੱਲ ਨਹੀਂ ਦੁਬਾਰਾ ਪੋਸਟਾਂ ਆ ਰਹੀਆਂ ਨੇ ਤੇ ਡਟੇ ਰਹੋ ਅਪੈਂਡੀਕੁਲਰ ਦੇ ਕੁਐਸਚਨਸ ਵੀ ਹੈਗੇ ਨੇ ਠੀਕ ਹੈ ਸੋ ਉਹ ਪਾਰਟ ਕੰਪਲੀਟ ਕਰਨ ਤੋਂ ਬਾਅਦ ਕੱਲ ਆਪਾਂ ਅਪੈਂਡੀਕੁਲਰ ਕਰਾਂਗੇ ਕੰਪਲੀਟ ਠੀਕ ਹੈ ਜੀ ਕੱਲ ਛੋਟਾ ਜਿਹਾ ਸੈਸ਼ਨ ਲਗਾ ਲਾਂਗੇ ਅੱਧੇ ਘੰਟੇ 45 ਮਿੰਟ ਦਾ ਠੀਕ ਹੈ ਸੋ ਉਸ ਤੋਂ ਬਾਅਦ ਤੁਸੀਂ ਉਹ ਕੁਇਜ਼ ਅਟੈਂਪਟ ਕਰ ਲਿਓ ਠੀਕ ਹੈ ਜੀ ਸੋ ਮਿਲਦੇ ਹਾਂ ਕੱਲ ਦੇ ਸੈਸ਼ਨ ਦੇ ਵਿੱਚ ਹੁਣ ਤੁਸੀਂ ਲੀਵ ਕਰ ਸਕਦੇ ਹੋ ਯੂਜੁਅਲੀ ਡੇਢ ਕੁ ਘੰਟੇ ਦੇ ਨੇੜੇ ਨੇੜੇ ਹੋ ਸਕਦਾ ਸੈਸ਼ਨ ਜ਼ਿਆਦਾ ਤੋਂ ਜ਼ਿਆਦਾ ਠੀਕ ਹੈ ਹੁਣ ਲੀਵ ਕਰ ਸਕਦੇ ਹੋ ਥੈਂਕ ਯੂ ਸੋ ਮੱਚ